ਸਵਾਗਤ ਮੈਂ ਹਰਜਿੰਦਰ ਸਿੰਘ ਰੰਧਾਵਾ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਹਮੇਸ਼ਿੰਦਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ ਮੈਂ ਜੀ ਆਇਆਂ ਨੂੰ ਥੈਂਕ ਯੂ ਸ਼ੁਕਰੀਆ ਕਿਤਨ ਐਮ ਮਾਮਲੇ ਵਿਚਾਰਾਂਗੇ ਸਭ ਤੋਂ ਪਹਿਲਾਂ ਕਿ ਕੇਂਦਰੀ ਸੜਕ ਤੇ ਰਾਜ ਮਾਰਗ ਮੰਤਰੀ ਨਿਤਨ ਗੜਕਰੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਚਿੱਠੀ ਲਿਖੀ ਹੈ ਔਰ ਚਿੱਠੀ ਬੜੀ ਡੈਮੇਜਿੰਗ ਆ ਉਹਦੇ ਵਿੱਚ ਉਹਨਾਂ ਨੇ ਅਮਨ ਕਾਨੂੰਨ ਦੀ ਸਥਿਤੀ ਤੇ ਚਿੰਤਾਜਾਰ ਕੀਤੀ ਆ ਔਰ ਉਹਨਾਂ ਨੇ ਕੁਝ ਪ੍ਰੋਜੈਕਟ ਰੱਦ ਕੀਤੇ ਜਾਣ ਦੀ ਗੱਲ ਕੀਤੀ ਔਰ ਕੁਝ ਰੱਦ ਕੀਤੇ ਜਾ ਸਕਣ ਦੀ ਗੱਲ ਕੀਤੀ ਗਈ ਹੈ ਜੇ ਸਥਿਤੀ ਨਾ ਸੁਧਰੀ ਇਹਨੂੰ ਆਪਾਂ ਲੈਣੇ ਆ ਇਹਦੇ ਵਿੱਚ ਜਿਹੜੇ ਨੁਕਤੇ ਸਾਂਝੇ ਕੀਤੇ ਗਏ ਨੇ ਉਹ ਬੜੇ ਐਮ ਨੇ ਉਹਨਾਂ ਨਾਲ ਤੁਹਾਡੀ ਸਾਂਝ ਪਾਉਣੇ ਆ ਦੂਜਾ ਮਾਮਲਾ ਲਵਾਂਗੇ ਕਿ ਕੀ ਜੇ ਸੁਖਵੀਰ ਸਿੰਘ ਬਾਦਲ ਪ੍ਰਜੀਡੀਅਮ ਬਣਾ ਕੇ ਆਪ ਪ੍ਰਧਾਨਗੀ ਤੋਂ ਪਾਸੇ ਹੋ ਜਾਂਦੇ ਨੇ ਤਾਂ ਇਸ ਤੋਂ ਬਾਅਦ ਦੀ ਸਿਚੁਏਸ਼ਨ ਕਿਹੋ ਜਿਹੀ ਹੋਏਗੀ ਕਿ ਉਹਨਾਂ ਦੀ ਵਾਪਸੀ ਜਿਵੇਂ ਕਿ ਜ਼ਿਕਰ ਕੀਤਾ ਜਾ ਰਿਹਾ ਨਵੰਬਰ ਦੇ ਵਿੱਚ ਡੈਲੀਗੇਟ اجلاس ਦਾ ਕੀ ਉਹ ਵਾਪਸ ਪ੍ਰਧਾਨਗੀ ਹਾਸਲ ਕਰਨ ਲਈ ਸਰਗਰਮ ਹੋਣਗੇ ਇਸ ਸਥਿਤੀ ਦੇ ਵਿੱਚ ਅਕਾਲੀ ਦਲ ਦੀ ਸਿਚੁਏਸ਼ਨ ਦੇ ਵਿੱਚ ਕੋਈ ਬਦਲਾਅ ਆਏਗਾ ਕਿ ਇਹਨੂੰ ਆਪਾਂ ਸਮਝਣ ਦਾ ਯਤਨ ਕਰਦੇ ਹਾਂ ਕਿ ਲੋਕ ਪ੍ਰਬੰਾਨਗੀ ਮਿਲ ਜਾਏਗੀ ਲੋਕ ਇਸ ਕਦਮ ਦੇ ਨਾਲ ਨਾਲ ਤੁਰ ਪੈਣਗੇ ਤੀਜਾ ਮਾਮਲਾ ਜਦੋਂ ਸੁਨੀਲ ਜਾਖੜ ਪ੍ਰਧਾਨ ਨੇ ਇਸ ਵੇਲੇ ਪ੍ਰਦੇਸ਼ ਭਾਜਪਾ ਦੇ ਉਹਨਾਂ ਨੂੰ ਹਟਾਏ ਜਾਣ ਦੀ ਖਬਰ ਕਿੱਥੋਂ ਆ ਰਹੀ ਹੈ ਜਦੋਂ ਕਿ ਵਿਜੇ ਰupani ਜਿਹੜੇ ਕਿ ਇੰਚਾਰਜ ਵੀ ਨੇ ਪੰਜਾਬ ਮਾਮਲਿਆਂ ਦੇ ਉਹ ਇਹਨੂੰ ਬੇਸਲੈਸ ਆਧਾਰਹੀਨ ਕਹਿ ਰਹੇ ਲੇਕਿਨ ਖਬਰਾਂ ਬੜੀ ਤੇਜ਼ੀ ਨਾਲ ਅੱਗੇ ਵੱਧ ਰਹੀਆਂ ਨੇ ਕਿ ਉਹਨਾਂ ਦੇ ਰਾਈਵਲ ਉਹਨਾਂ ਦੇ ਸ਼ਰੀਕ ਉਹਨਾਂ ਨੂੰ ਇਸ ਅਹੁਦੇ ਤੋਂ ਪਾਸੇ ਹਟਾਉਣ ਲਈ ਬੜੇ ਕਾਲੇ ਨੇ ਤਾਂ ਉਹ ਕਿਸੇ ਵੇਲੇ ਹਟਾਏ ਜਾ ਸਕਦੇ ਆ ਆਖਰੀ ਖਬਰ ਦਾ ਆਧਾਰ ਕੀ ਆਪਾਂ ਇਹਨੂੰ ਸਮਝਣ ਦਾ ਯਤਨ ਕਰਦੇ ਆ ਸਭ ਤੋਂ ਪਹਿਲਾਂ ਮੈਂ ਸਦਾ ਜਗਤਾਰ ਸਿੰਘ ਜੀ ਜੇ ਤੁਹਾਡੇ ਤੋਂ ਇਹ ਸਮਝਾ ਜਿਹੜਾ ਇਹ ਮਾਮਲਾ ਮੁਲਾ ਨੇਤਨ ਗਠਕਰੀ ਵੱਲੋਂ ਪੰਜਾਬ ਸਰਕਾਰ ਦੇ ਧਿਆਨ ਚ ਲਿਆਂਦਾ ਗਿਆ ਬਕਾਇਦਾ ਉਹਨਾਂ ਨੇ ਆਪਣਾ ਡਿਓ ਲੈਟਰ ਲਿਖਿਆ ਪੱਤਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਤਿੰਨ ਪ੍ਰੋਜੈਕਟ ਜਿਨ੍ਹਾਂ ਦੀ ਕੀਮਤ 3263 ਕਰੋੜ ਰੁਪਏ ਸੀਗੀ ਮਨਸੂਖ ਕਰ ਚੁੱਕੇ ਆ ਤੇ ਚਾਰ ਹੋਰ ਪ੍ਰੋਜੈਕਟ ਜਿਨ੍ਹਾਂ ਦੀ ਕੀਮਤ 4000 ਕਰੋੜ ਰੁਪਏ ਆ ਰੱਦ ਕਰਨ ਤੇ ਵਿਚਾਰ ਕਰ ਰਹੇ ਆ ਪਰ ਉਹਨਾਂ ਨੇ ਕਿਹਾ ਵੀ ਜੇ ਨਾ ਸਥਿਤੀ ਸੁਧਾਰੀ ਗਈ ਤਾਂ 14288 ਕਰੋੜ ਰੁਪਏ ਦੇ ਅੱਠ ਪ੍ਰੋਜੈਕਟ ਰੱਦ ਕਰਨ ਲਈ ਸਾਨੂੰ ਮਜਬੂਰ ਹੋਣਾ ਪੈ ਸਕਦਾ ਤੇ ਮਾਮਲਾ ਇਹ ਹੈ ਕਿ ਜਿਹੜੇ ਉਹਨਾਂ ਦੇ ਇੰਜੀਨੀਅਰ ਨੇ ਔਰ ਪ੍ਰੋਜੈਕਟ ਸਾਈਟਾਂ ਤੇ ਹਮਲੇ ਹੋ ਰਹੇ ਨੇ ਉਹਦਾ ਉਹਨਾਂ ਨੇ ਧਿਆਨ ਦਿਵਾਇਆ ਮੁੱਖ ਮੰਤਰੀ ਨੂੰ ਕਿ ਸਾਡੇ ਠੇਕੇਦਾਰਾਂ ਤੇ ਇੰਜੀਨੀਅਰਸ ਤੇ ਹਮਲੇ ਹੋ ਰਹੇ ਉਹਨਾਂ ਦੀ ਮਾਰਕੁਟਾਈ ਹੋ ਰਹੀ ਆ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਔਰ ਇਹ ਸ਼ਾਸਨ ਦੀ ਨਾਕਾਮੀ ਹੈ ਮੈਂ ਜੇ ਤੁਹਾਡੇ ਤੋਂ ਇਸ ਗੱਲ ਨੂੰ ਸਮਝਾ ਕਿ ਜੇ ਕੇਂਦਰ ਦਾ ਇੱਕ ਅਹਿਮ ਮੰਤਰੀ ਜਿਹਦੇ ਅਹਿਮ ਪ੍ਰੋਜੈਕਟ ਪੰਜਾਬ ਦੇ ਵਿੱਚ ਅੱਗੇ ਵਧ ਰਹੇ ਨੇ ਜੇ ਉਹ ਤੱਥਾਂ ਦੇ ਉੱਤੇ ਇਹ ਕੁਝ ਕਹਿ ਰਿਹਾ ਤਾਂ ਇਹਨੂੰ ਕਿਵੇਂ ਲਿਆ ਜਾਵੇ ਇਹ ਇੱਕ ਤਰ੍ਹਾਂ ਨਾਲ ਪ੍ਰਸ਼ਾਸਨ ਦੇ ਉੱਤੇ ਤੱਬਾ ਨਹੀਂ ਹੈ ਅੱਜ ਸਵੇਰੇ ਵੀ ਅਸੀਂ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕੀਤੀ ਸੀ ਇਹ ਸਾਰੇ ਮਸਲੇ ਤੇ ਤੇ ਉਹਦਾ ਸੰਦਰਭ ਸੀਗਾ ਵੀ ਪੰਜਾਬ ਆਪਣੇ ਖਬਰ ਕੀਤੀ ਗਈ ਹੈ ਤਫਾਰ ਦੇ ਵਿੱਚ ਪੰਜਾਬੀ ਜਾਗਰਣ ਚ ਕਵਰ ਸੀਗੀ ਤੇ ਕੋਰਟ ਕੀਤਾ ਗਿਆ ਕਿ ਵਿਭਾਗ ਦੇ ਸੈਕਟਰੀ ਨੂੰ ਤੇ ਪੰਜਾਬ ਸਰਕਾਰ ਦਾ ਉਹ ਪੱਖ ਸੀਗਾ ਵੀ ਜਿਹੜੀ ਗੱਲ ਸੈਨੇਟਰ ਵਾਲੇ ਕਹਿ ਰਹੇ ਆ ਉਹ ਉਸ ਤੱਕ ਦੇ ਨਾਲ ਨਹੀਂ ਹੈ ਇਸ ਤੋਂ ਪਹਿਲਾਂ ਲੋਕ ਸਭਾ ਦੇ ਵਿੱਚ ਇਹ ਇਸ਼ੂ ਆਇਆ ਸੀ ਤੇ ਉਹਦੇ ਚਾਹੀ ਡਿਟੇਲ ਆਈ ਸੀ ਜਿਹੜੀ ਹੁਣ ਗੜਕਰੀ ਜੀ ਨੇ ਰੀ ਅਫਰਟ ਕੀਤੀ ਹੈ ਤੇ ਜਿਹੜੀ ਪੰਜਾਬ ਸਰਕਾਰ ਦਾ ਸੀਗਾ ਵਰਜਨ ਥੋੜੀ ਜਿਹੀ ਡਿਫਰੈਂਸ ਸੀ ਕਿ ਵੀ ਇਹ ਜਿਹੜੇ ਆਪਣੇ ਕੰਟਰੈਕਟਰ ਹੈਗੇ ਆ ਉਹ ਖੁਦ ਛੱਡ ਰਹੇ ਆ ਕਿਉਂਕਿ ਪ੍ਰੋਜੈਕਟ ਡਿਲੇ ਹੋ ਰਿਹਾ ਹੈ ਜ਼ਮੀਨ ਐਕਵਾਇਰ ਕਰਨ ਦੇ ਮਾਮਲਿਆਂ ਤੇ ਇਸ ਤੋਂ ਪਹਿਲਾਂ ਵੀ ਜਦੋਂ ਇਹ ਮਸਲਾ ਸ਼ੁਰੂ ਹੁੰਦਾ ਹੈ ਜਦੋਂ ਪਹਿਲੀ ਚਿੱਠੀ ਸਾਹਮਣੇ ਆਉਂਦੀ ਹੈ ਅਸੀਂ ਕਿ ਅਸੀਂ ਕੋਈ ਕੈਂਸਲ ਹੋਣ ਦੀ ਖਬਰ ਛੱਪਦੀ ਹੈ ਉਦੋਂ ਵੀ ਆਪਾਂ ਗੱਲ ਇਹਦੇ ਬਾਰੇ ਕੀਤੀ ਸੀ ਆਪਾਂ ਸਦਾਤਕ ਪਹਿਲਾਂ ਵੀ ਇਹਨਾਂ ਡਿਸਕਸ ਕੀਤਾ ਸੀਗਾ ਤੇ ਇੱਥੋਂ ਤੱਕ ਵੀ ਗੱਲ ਆਪਾਂ ਕੀਤੀ ਸੀ ਵੀ ਪੰਜਾਬ ਨੂੰ ਇਹਨਾਂ ਪ੍ਰੋਜੈਕਟ ਦੇ ਲੋਡ ਹੈ ਕਿ ਨਹੀਂ ਕਿ ਇਹ ਜਿਹੜਾ ਵਿਕਾਸ ਮਾਡਲ ਹੈ ਸਾਨੂੰ ਸੂਟ ਕਰਦਾ ਹੈ ਕਿ ਨਹੀਂ ਕਰਦਾ ਤੇ ਨਾਲ ਆਪਾਂ ਇਹ ਵੀ ਗੱਲ ਕੀਤੀ ਸੀ ਕਿ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਮੋਰੀ ਰੋਲ ਅਦਾ ਕਰ ਰਿਹਾ ਹੈ ਜ਼ਮੀਨ ਅਕਵਾਇਰ ਕਰਨ ਦੇ ਮਾਮਲਿਆਂ ਦੇ ਵਿੱਚ ਜਿਹੜੀ ਵਰਸ਼ਨ ਹੈ ਕਿਉਂਕਿ ਪੰਜਾਬ ਤੋਂ ਬਾਹਰ ਹੋਰ ਕਿਤੇ ਇਹ ਦਿੱਕਤ ਬਹੁਤੇ ਨਹੀਂ ਆ ਰਹੀ ਸਾਡੇ ਆ ਰਹੀ ਹੈ ਪੰਜਾਬ 'ਚ ਵੀ ਐਸੇ ਹੋਣੇ ਆਉਣ ਲੱਗੇ ਪਹਿਲਾਂ ਇੱਕ ਸਟੇਜ ਤੇ ਆਈ ਸੀਗੀ ਫਿਰ ਪ੍ਰਕਾਸ਼ ਸਿੰਘ ਬਾਦਲ ਖਾਨ ਦੀ ਸਰਕਾਰ ਦੇ ਵੇਲੇ ਉਹ ਕਲੇਮ ਕਰਦੇ ਉਹ ਕਲੇਮ ਕੀਤਾ ਸੀ ਵੀ ਹੁਣ ਤਾਂ ਲੋਕ ਖੁਦ ਆਫਰ ਲੈ ਕੇ ਆਉਂਦੇ ਆ ਜ਼ਮੀਨ ਕੋਈ ਸਾਡੀ ਜ਼ਮੀਨ ਕਵਾਇਰ ਕਰ ਲਓ ਅੱਜ ਵੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਖਾਨ ਜਿਹੜਾ ਰਿਐਕਸ਼ਨ ਉਹਨਾਂ ਦਾ ਇਸ ਮਾਮਲੇ ਤੇ ਆਇਆ ਉਹਨਾਂ ਨੇ ਵੀ ਕੋਟ ਕੀਤੀ ਵੀ ਇਹ ਗੱਲ ਹੁਣ ਮਸਲਾ ਇਹ ਬਹੁਤ ਸੀਰੀਅਸ ਹੈ ਇਹ ਪੰਜਾਬ ਨੇ ਕਿਸ ਪਾਸੇ ਜਾਣਾ ਹੈ ਦਿਸ਼ਾ ਤੇ ਦਿਸ਼ਾ ਦੋਨਾਂ ਦਾ ਮਾਮਲਾ ਹੈ ਜੇ ਪ੍ਰੋਜੈਕਟ ਇਸ ਧੰਦੇ ਨਾਲ ਕੈਨਸਲ ਹੁੰਦੇ ਆ ਇੱਕ ਤਾਂ ਜਿਹੜੀ ਪੰਜਾਬ ਸਰਕਾਰ ਹੈ ਇਹਦੀ ਜਿਹੜੀ ਕਾਰਗੁਜ਼ਾਰੀ ਹੈ ਪਹਿਲਾਂ ਤਾਂ ਕੁਸਚਨ ਮਾਰਕ ਹੋ ਰਿਹਾ ਕਿ ਇਹ ਜਪਾ ਲੈਣਵਾਫੀਆ ਦੀ ਗੱਲ ਕਰੀਏ ਵੀ ਲੈਣਵਾਫੀਆ ਦੇ ਵਿਚ ਆ ਰਿਹਾ ਆਪਾਂ ਸੁਧਾਰ ਦੀ ਵੀ ਪਹਿਲਾਂ ਗੱਲ ਕੀਤੀ ਸਾਰਾ ਕੁਝ ਇਕੱਠਾ ਹੀ ਹੋ ਜਾਂਦਾ ਫਿਰ ਸਿਧਾਂਤਵੀ ਨੂੰ ਅਗਲੇ ਜਿਹੜੇ ਲੈਣਵਾਫੀਆ ਉਸ ਸਪਲਟ ਕਰੇਗਾ ਉਸ ਚੀਜ਼ ਨੂੰ ਕਿ ਪੰਜਾਬ ਸਰਕਾਰ ਹੁਣ ਦੋ ਸਪੈਸੀਫਿਕ ਕੇਸਸ ਗੜਕੜੀ ਜੀ ਨੇ ਕੋਰਟ ਕੀਤੇ ਉਹਨਾਂ ਨੇ ਕਿਹਾ ਵੀ ਇੱਕ ਦੇ ਵਿੱਚ ਐਫ ਆਈ ਆਰ ਕਟਿਆ ਨਹੀਂ ਗਿਆ ਹੇ ਤੱਕ ਤੇ ਇੱਕ ਦੇ ਵਿੱਚ ਐਫ ਆਈ ਆਰ ਕਟਿਆ ਗਿਆ ਜੇ ਇਸ ਲੈਵਲ ਤੇ ਆ ਕੇ ਉਹਨਾਂ ਨੇ ਕਿਹਾ ਵੀ ਅਟੈਕ ਹੋਇਆ ਹੈ ਇੱਕ ਠੇਕੇਦਾਰ ਤੇ ਇਹਦੇ ਪਿੱਛੇ ਸਾਰੇ ਤੇ ਕੌਣ ਹੈ ਜੋ ਇਹ ਭਾਲਾ ਵਾਪਰ ਰਿਹਾ ਹੈ ਕੀ ਇਕੱਲੇ ਕਿਸਾਨ ਹੈ ਜੇ ਕਿਸਾਨ ਹੈ ਤੇ ਉਹਨਾਂ ਨਾਲ ਬੈਠ ਕੇ ਇਹਨੂੰ ਸੌਲਟ ਆਊਟ ਕਿਉਂ ਨਹੀਂ ਕੀਤਾ ਗਿਆ ਜੇ ਇਹ ਕਿਸੇ ਵळे ਕਲੇਮ ਕੀਤਾ ਜਾਂਦਾ ਸੀ ਕਿ ਪੰਜਾਬ ਸਰਕਾਰ ਦਾ ਜਿਹੜਾ ਲੈਂਡ ਐਕ acquisition ਦਾ ਮਾਡਲ ਹੈ ਇਹ ਹਿੰਦੁਸਤਾਨ ਨੂੰ ਸਭ ਤੋਂ ਵਧੀਆ ਹੈ ਤੇ ਉਹ ਮਾਡਲ ਤੋਂ ਹੁਣ ਵੀ ਹੈਗਾ ਉਹ ਤਾਂ ਕੋਈ ਚੇਂਜ ਆਈ ਨਹੀਂ ਗਈ ਜੇ ਲੈਂਡ ਐਕ acquisition ਐ ਕਿਹੜਾ ਕੇਂਦਰ ਦਾ ਆਇਆ ਉਹਨੇ ਕੋਈ ਚੇਂਜ ਕੀਤੀ ਵੀ ਤਾਂ ਮੈਂ ਉਹਦੇ ਬਾਰੇ ਕਹਿ ਨਹੀਂ ਸਕਦਾ ਲੇਕਿਨ ਇਸ਼ੂ ਵੱਡਾ ਹੈ ਦੋਵੇਂ ਲੈਵਲ ਹੈਗੇ ਆ ਇੱਕ ਕਿ ਪੰਜਾਬ ਨੂੰ ਇਸ ਤਰ੍ਹਾਂ ਦਾ ਵਿਕਾਸ ਨਹੀਂ ਚਾਹੀਦਾ ਦੂਜਾ ਕਿ ਪੰਜਾਬ ਦੀ ਸਰਕਾਰ ਐਨੀ ਲਾਚਾਰ ਹੋ ਗਈ ਐ ਕਿ ਇੱਕ ਧੰਗ ਦੇ ਨਾਲ ਉਹ ਬਲੈਕਮੇਲ ਹੋ ਰਹੀ ਐ ਕਿ ਇਹ ਜਿਹੜੇ ਵੀ ਪ੍ਰੋਜੈਕਟ ਹੁਣ ਕੋਈ ਪ੍ਰੋਜੈਕਟ ਇਸ ਤੋਂ ਬਾਅਦ ਕੋਈ ਆਏਗਾ ਇੱਕ ਪਾਸੇ ਅਸੀਂ ਕਹਿੰਨੇ ਕਿ ਪੰਜਾਬ ਨਾਲ ਤਕਾ ਹੋ ਰਿਹਾ ਇੱਥੇ ਇਨਵੈਸਟਮੈਂਟ ਨਹੀਂ ਆਉਂਦੀ ਦੂਜੇ ਪਾਸੇ ਅਸੀਂ ਇਹ ਇਹ ਮਾਡਲ ਪੇਸ਼ ਕਰ ਰਹੇ ਆਂ ਵੀ ਅਸੀਂ ਇੱਥੇ ਹੋਣੇ ਕੁਝ ਨਹੀਂ ਦੇਣਾ ਉਹ ਇਹ ਗੱਲ ਕਲੀਅਰ ਹੋ ਗਈ ਆ ਜਿਹੜੀ ਚਿੱਠੀ ਆਈ ਹੈ ਚਿੱਠੀ ਕੱਲ ਉਹਨਾਂ ਨੇ ਪੋਸਟ ਕੀਤੀ ਕੱਲ ਦੀ ਡੇਟ ਪਈ ਵੇ ਚਿੱਠੀ ਤੇ ਔਰ ਸਪੈਸਿਫਿਕ ਸਾਰਾ ਕੁਝ ਕੋਟ ਕਰਤਾ ਤੇ ਗੱਲ ਕਲੀਅਰ ਕਰਤੀ ਮੈਂ ਐਕਸਪੈਕਟ ਕਰਦਾ ਸੀ ਵੀ ਸ਼ਾਮ ਤੱਕ ਪੰਜਾਬ ਸਰਕਾਰ ਇਹ ਤੇ ਰਿਐਕਟ ਕਰੇਗੀ ਹੁਣ ਤੱਕ ਪੰਜਾਬ ਸਰਕਾਰ ਦਾ ਰਿਐਕਸ਼ਨ ਹੀ ਕੋਈ ਨਹੀਂ ਗਾ ਇਹ ਹੋਰ ਵੀ ਸੀਰੀਅਸ ਇਸ਼ੂ ਹੈ ਹੁਣ ਤੱਕ ਪੰਜਾਬ ਸਵੇਰ ਦਾ ਇਹ ਸਰਕੂਲੇਟ ਹੋ ਰਿਹਾ ਲੈਟਰ ਐਕਸਪੈਕਟ ਕੀਤਾ ਜਾਂਦਾ ਸੀਗਾ ਕਿ ਇਹ ਪੰਜਾਬ ਸਰਕਾਰ ਇਹਦੇ ਤੇ ਕੋਈ ਆਪਣਾ ਵਿਆਨ ਦੇਗੀ ਸਿਚੁਏਸ਼ਨ ਐਕਸਪਲੇਨ ਕਰੇਗੀ ਇਹ ਗੱਲ ਸਿਰਫ ਹੁਣ ਹਾਈਵੇ ਤੇ ਨਹੀਂ ਖੜ ਗਈ ਇਹ ਹਾਈਵੇ ਇਕੱਲੇ ਪੰਜਾਬ ਵਾਸਤੇ ਨਹੀਂ ਸੀਗੇ ਇਹ ਪ੍ਰੋਜੈਕਟ ਆਲ ਇੰਡੀਆ ਹੈ ਭਾਰਤ ਮਾਲਾ ਦਾ ਪਾਰਟ ਹੈਗਾ ਤੇ ਗੜਕਰੀ ਹਾਈਵੇ ਤੇ ਬਹੁਤ ਕੰਸਟਰਕਸ਼ਨ ਦੇ ਵਿੱਚ ਬਹੁਤ ਆਪਣੇ ਐਫੀਸ਼ੀਐਂਟ ਮਿਨਿਸਟਰ ਬਣਨਾ ਚਾਹੁੰਦਾ ਵੀ ਜਿੰਨੀ ਤੇਜ਼ੀ ਨਾਲ ਇਹਨਾਂ ਨੇ ਇਹ ਹਾਈਵੇ ਬਾਕੀ ਮੁਲਕ ਦੇ ਵਿੱਚ ਬਣਾਏ ਆ ਪੰਜਾਬ ਤੇ ਆ ਕੇ ਉਹ ਗਤੀ ਰੋਗੇ ਫੋ ਮਲਟੀਪਲ ਇਸ਼ੂਜ਼ ਹੈਗੇ ਪਹਿਲਾ ਤਾਂ ਜਵਾਬ ਪੰਜਾਬ ਸਰਕਾਰ ਨੇ ਦੇਣਾ ਹੈ ਕਿ ਜਿਹੜੀ ਇਹ ਸਿਚੁਏਸ਼ਨ ਹੈ ਇਹ ਹੁਣ ਤੱਕ ਹੈਂਡਲ ਕਿਉਂ ਨਹੀਂ ਕੀਤੀ ਇਹ ਕੱਲਾ ਹੀ ਨਹੀਂ ਹੈ ਇਸ ਤੋਂ ਪਹਿਲਾਂ ਮੈਂ ਗੱਲ ਕੀਤੀ ਸੀਗੀ ਕਿ ਤੁਹਾਡਾ ਮੋਹਲੀ ਰਾਜਪੁਰਾ 18 ਕਿਲੋਮੀਟਰ ਦਾ ਰੇਲ ਲਿੰਕ ਉਹੀ ਵਿੱਚ ਇਸੇ ਕਰਕੇ ਜੜਿਆ ਹੋਇਆ ਹੈ ਕਿ ਲੈਂਡ ਕਵਾਇਰ ਨਹੀਂ ਹੋ ਰਹੀ ਜਿਹੜੀ ਸਰਕਾਰ ਨੇ ਖੁਦ ਗੱਲ ਕੀਤੀ ਹੈ ਉਹ ਲੈਂਡ ਕਵਾਇਰ ਕਰਨ ਦੀ ਗੱਲ ਕੀਤੀ ਹੈ ਉਹ ਉਹ ਆਪਣੇ ਰਵਰੇਜ ਬਿੱਟੋ ਜਿਹੜੋ ਬਣੇ ਮਨਿਸਟਰ ਰਹੇ ਤੇ ਉਹ ਐਕਚੁਅਲ ਪੋਲਿਸ਼ਨ ਸਾਹਮਣੇ ਆਇਆ ਕਿਸੇ ਵੇਲੇ ਧਰਮਵੀਰ ਗਾਂਧੀ ਐਮਪੀਸੀ ਦੇ ਜੋ ਪਹਿਲੇ ਟਰਮ ਦੇ ਵਿੱਚ ਉਹਨਾਂ ਨੇ ਬਹੁਤ ਜ਼ੋਰ ਲਾਇਆ ਸੀਗਾ ਉਹ ਅਲਟੀਮੇਟਲੀ ਕੇਂਦਰ ਨੇ ਪ੍ਰੋਜੈਕਟੇਡ ਸ਼ੈਲ ਕਰਤਾ ਵੀ ਜੇ ਲੈਂਡ ਤੁਸੀਂ ਅਕਵਾਇਰ ਨਹੀਂ ਕਰਾ ਸਕਦੇ ਉਹ ਪੰਜਾਬ ਸਰਕਾਰ ਨੇ ਕਰਾਉਣੇ ਸੀਗੇ ਪੰਜਾਬ ਸਰਕਾਰ ਫੇਲ ਹੋ ਗਈ ਕਿਹੜੀ ਕਿਹੜੀਆਂ ਫੋਰਸ ਜੇ ਕਰਨੀਆਂ ਉਹ ਪੜ੍ਹ ਕੇ ਨਹੀਂ ਸਕਦੇ ਉਹੀ ਹਾਲਤ ਇੱਥੇ ਹੋ ਰਹੀ ਹੈ ਸੋ ਇਹ ਜਿਹੜੇ ਲੰਗ ਟਰਮ ਇੰਪੈਕਟ ਹੈ ਕਿ ਪੰਜਾਬ ਚ ਇਕੱਲੇ ਕਿਸਾਨ ਵਸਦੇ ਇਹ ਬਾਕੀ ਟ੍ਰੇਡ ਐਂਡ ਇੰਡਸਟਰੀ ਨੂੰ ਵਿਕਾਸੇ ਨਹੀਂ ਚਾਹੀਦਾ ਇਨਫਰਾਸਟ੍ਰਕਚਰ ਨਹੀਂ ਚਾਹੀਦਾ ਟ੍ਰੇਡ ਐਂਡ ਇੰਡਸਟਰੀ ਆਸਤੇ ਇਹ ਬੇਸਿਕ ਜ਼ਰੂਰਤਾਂ ਹੈ ਐਨਾ ਗੱਲਾਂ ਦੀਆਂ ਰਾਦਰ ਕਿਸਾਨੇ ਨੂੰ ਵੀ ਹੈ ਜੇ ਉਹਨਾਂ ਨੇ ਆਪਣਾ ਮਾਲ ਜਦ ਤੱਕ ਮੰਡੀ ਨਾਲ ਲਿੰਕ ਨਹੀਂ ਹੁੰਦਾ ਪੰਜਾਬ ਦੇ ਵਿੱਚ ਮੰਡੀਆਂ ਹਿੰਦੁਸਤਾਨ ਤੋਂ ਸਭ ਤੋਂ ਜ਼ਿਆਦਾ ਡਵੈਲਪਡ ਹੈ ਮੰਡੀ ਸਿਸਟਮ ਬਹੁਤ ਪੁਰਾਣਾ ਇੱਥੇ ਕਿਸੇ ਜਮਾਨੇ ਦਾ ਇਹ ਐਫੀਸ਼ੀਐਂਸੀ ਇਹਦੇ ਚ ਆਈ ਸੀ ਜਨਰਲ ਰਕਸ਼ਨ ਸਿੰਘ ਗਿਲਦੀ ਸਰਕਾਰ ਵੇਲੇ ਪਿੰਡਾਂ ਨੂੰ ਲਿੰਕ ਰੋਡਸ ਨਾਲ ਜੋੜਿਆ ਗਿਆ ਸੀਗਾ ਉਹਦੇ ਨਾਲ ਤੁਹਾਡੀ ਟਰਾਂਸਪੋਰਟੇਸ਼ਨ ਈਜ਼ੀ ਹੋ ਗਈ ਸੀ ਦੀ ਹਮੇਸ਼ਾ ਹੀ ਜੇ ਕਿਸਾਨ ਨੇ ਆਪਣਾ ਮਾਲ ਵੇਚਣਾ ਹੈ ਨਾ ਮੰਡੀ ਚ ਲਿਆ ਕੇ ਵੇਚਣਾ ਤਾਂ ਮੰਡੀ ਚ ਹੀ ਹੈ ਹੁਣ ਤੱਕ ਤਾਂ ਵਿਕਣਾ ਨਹੀਂ ਉਹ ਤੇ ਉਹਦੇ ਵਾਸਤੇ ਐਫੀਸ਼ੀਐਂਸੀ ਬਹੁਤ ਜ਼ਰੂਰੀ ਹੈ ਤੇ ਉਹਦੇ ਵਾਸਤੇ ਇਹ ਸਟਕਰ ਉਹਦੇ ਵਾਸਤੇ ਵੀ ਉਨਾ ਹੀ ਜ਼ਰੂਰੀ ਹੈ ਜਿੰਨਾ ਟ੍ਰੇਡ ਤੇ ਇੰਡਸਟਰੀ ਵਾਸਤੇ ਜ਼ਰੂਰੀ ਹੈ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਲੇਕਿਨ ਪੰਜਾਬ ਸਰਕਾਰ ਨੂੰ ਇਹਦੇ ਤੇ ਵਿਆਦ ਡਣਾ ਚਾਹੀਦਾ ਹੈ ਜੀ ਸਹਮੀਰ ਸਿੰਘ ਦੀ ਜਿਹੜੀ ਇਹ ਪੱਤਰ ਹੈ ਇਹਦੇ ਵਿੱਚ ਜਲੰਧਰ ਤੇ ਲੁਧਿਆਣੇ ਦੀਆਂ ਦੋ ਘਟਨਾਵਾਂ ਦਾ ਜ਼ਿਕਰ ਹੈ ਔਰ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਫੋਟੋਗ੍ਰਾਫਸ ਨਾਲ ਨਾ ਕਿਨ ਹੈ ਜਿਹੜੀ ਚਿੱਠੀ ਲਿਖੀ ਆ ਉਹਦੇ ਵਿੱਚ ਕੋਈ ਦਸਤਾਵੇਜ਼ ਵੀ ਨਾ ਕੀਤੇ ਗਏ ਨੇ ਚਿੱਠੀ ਜਿਹੜੀ ਆ ਉਹ ਬਾਹਰ ਕੱਢੀ ਗਈ ਆ ਜਾਂ ਬਾਹਰ ਨਿਕਲੀ ਆ ਇਹ ਵੀ ਇੱਕ ਪਹਿਲੂ ਆ ਇਦੇ ਨਾਲ ਉਹਨਾਂ ਨੇ ਕਿਹਾ ਕਿ ਜਲੰਧਰ ਦੇ ਮਾਮਲੇ 'ਚ ਤਾਂ ਐਫ ਆਈ ਆਰ ਦਰਜ ਹੋਈ ਆ ਲੇਕਿਨ ਲੁਧਿਆਣੇ ਦੇ ਮਾਮਲੇ 'ਚ ਐਫ ਆਈ ਆਰ ਵੀ ਨਹੀਂ ਦਰਜ ਹੋਈ ਹੁਣ ਇਹਦੇ ਵਿੱਚ ਇਹ ਕੈਟੈਗੋਰਿਕ ਤਾਂ ਕਿਤੇ ਨਹੀਂ ਹੈਗਾ ਕਿ ਕੋਈ ਸਥਾਨੀ ਸਿੱਧੇ ਤੌਰ ਤੇ ਇਨਵਾਲਵ ਬਾਇ ਦੇ ਵਿੱਚ ਜੇ ਕੋਈ ਕਿਤੇ ਹਮਲੇ ਹੋਏ ਨੇ ਜਾਂ ਕੁਝ ਹਾਂ ਜਿਹੜੀ ਜ਼ਮੀਨ ਐਕਵਾਇਰ ਕਰਨ ਦਾ ਮਾਮਲਾ ਉਹਦਾ ਜ਼ਿਕਰ ਉਹਨਾਂ ਨੇ ਜ਼ਰੂਰ ਕੀਤਾ ਨਤਨ ਗੜਕਰੀ ਨੇ ਕਿ ਮੇਰੀ ਪੀ ਡਬਲਯੂ ਡੀ ਮਿਨਿਸਟਰ ਨਾਲ ਜਿਹੜੀ ਮੀਟਿੰਗ ਹੋਈ ਉਸ ਤੋਂ ਬਾਅਦ ਮੈਨੂੰ ਯਕੀਨ ਦਿਵਾਇਆ ਗਿਆ ਸੀ ਕਿ ਬੜੀ ਕਾਲੀ ਦੇ ਵਿੱਚ ਕਰਾਂਗੇ ਮੈਨੂੰ ਉਮੀਦ ਸੀ ਹੁਣ ਤੱਕ ਕੁਝ ਹੋ ਜਾਂਦਾ ਪਰ ਕੁਝ ਹੋਇਆ ਨਹੀਂ ਤੇ ਤੁਸੀਂ ਇੱਥੇ ਧਿਆਨ ਦਿਓਗੇ ਸਾਰੀਆਂ ਗੱਲਾਂ ਨੇ ਇਹ ਇੱਕ ਸਰਕਾਰੀ ਪੱਤਰ ਹੈ ਜਿਹੜਾ ਪੱਤਰ ਐਕਸਪੋਜ਼ ਕਰ ਰਿਹਾ ਕਿ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕੀ ਵਿਰੋਧੀ ਤਰੋਜ ਰੌਲਾ ਪਾਉਂਦੇ ਨੇ ਇਹ ਤਾਂ ਕੋਈ ਦੋ ਰਾਵਾਂ ਹੀ ਨਹੀਂ ਤੇ ਜ਼ਮੀਨ ਤੇ ਆਪਾਂ ਦੇਖ ਵੀ ਰਹੇ ਹਾਂ ਕਿ ਸਨੇਚਿੰਗ ਤੋਂ ਲੈ ਕੇ ਐਕਸਟਰਸ਼ਨ ਤੱਕ ਕੋਈ ਦਿਨ ਇਹੋ ਜਿਹਾ ਨਹੀਂ ਜਦੋਂ ਇਹ ਦਰਜਣਾ ਤੋਂ ਵੱਧ ਕੇ ਹਰੇਕ ਏਰੀਆ ਦੇ ਵਿੱਚ ਘਟਨਾਵਾਂ ਹੋ ਰਹੀਆਂ ਨੇ ਲੋਕ ਤਰਾ ਤਰਾ ਕਰ ਰਹੇ ਆ ਇਹ ਘਟਨਾਵਾਂ ਵਧੀਆਂ ਨੇ ਪੁਲਿਸ ਨੇ ਇੱਥੇ ਆਪਣਾ ਅਜੇ ਆਪਣੀ ਭੂਮਿਕਾ ਅਦਾ ਕਰਣੀ ਹੈ ਪਰ ਇਹ ਚਿੱਠੀ ਕਈ ਪੱਖ ਤੋਂ ਪੰਜਾਬ ਸਰਕਾਰ ਨੂੰ ਘਟਾਰੇ ਵਿੱਚ ਖੜਾ ਕਰ ਰਹੀ ਆ ਇਹਦੇ ਵਿੱਚ ਸਿੱਧੇ ਰੂਪ ਦੇ ਵਿੱਚ ਆਪਾਂ ਕਿਸੇ ਧਿਰ ਨੂੰ ਜ਼ਿੰਮੇਵਾਰ ਮੰਨੀਏ ਕਿਸਾਨੀ ਨੂੰ ਇਹ ਅਜੇ ਦੇ ਵਿੱਚ ਲਿਖਿਆ ਨਹੀਂ ਗਿਆ ਜਾਂ ਇਹਦੇ ਸੰਬੰਧੀ ਕੋਈ ਗੱਲ ਕੀਤੀ ਨਹੀਂ ਗਈ ਪਰ ਮੋٹے ਤੌਰ ਤੇ ਇਹਨੂੰ ਹੁਣ ਪੰਜਾਬ ਸਰਕਾਰ ਤੇ ਹਮਲੇ ਲਈ ਇੱਕ ਹਥਿਆਰ ਵਜੋਂ ਵਿਰੋਧੀ ਪੂਰਾ ਜ਼ੋਰ ਨਾਲ ਵਰਤ ਰਿਹਾ ਠੀਕ ਹੈ ਨਹੀਂ ਰੌਲਾ ਇਹਦੇ ਦੋ ਤਿੰਨ ਪੁਆਇੰਟ ਅਲੱਗ-ਅਲੱਗ ਨੇ ਇੱਕ ਤਾਂ ਗੱਲ ਇਹ ਆ ਕਿ ਕੋਈ ਵੀ ਅਫਸਰ ਜਾਂ ਕੋਈ ਠੇਕੇਦਾਰ ਜਾਂ ਕੋਈ ਉਹਦਾ ਇੰਜੀਨੀਅਰ ਜੇ ਕੁਟਮਾਰ ਹੁੰਦੀ ਹੈ ਲਾਅ ਆਰਡਰ ਦਾ ਇਸ਼ੂ ਹੈ ਔਰ ਉਹ ਕੁੱਟਮਾਰ ਐਫ ਆਈ ਆਰ ਦਰਜ ਕਰੋ ਜਾਂਚ ਕਰੋ ਕੌਣ ਨੇ ਕੌਣ ਕਰਾ ਰਹੇ ਨੇ ਕੁੱਟਮਾਰ ਸਾਜਸ਼ ਹੋ ਰਹੀ ਹੈ ਕੋਈ ਸਾਜਸ਼ ਦੇ ਤਹਿਤ ਦੋ ਬੰਦੇ ਕੁੱਟਦੇ ਪੰਜਾਬ ਨਾਲ ਬਾਰ ਬਾਰ ਹੋ ਰਹੀ ਹੈ ਕਿ ਜੀ ਬਰਨਾਨਾ ਕਰਾ ਦਿਓ ਬਹੁਤ ਸਾਰੇ ਏਜੰਸੀ ਪੈਟਰਨ ਬਾਰ ਬਾਰ ਚੱਲੇ ਆ ਪੰਜਾਬ ਵਿੱਚ ਬਖ ਬਖ ਹਜੇ ਤੱਕ ਤਾਂ ਅਸੀਂ ਕੁਝ ਵੀ ਨਹੀਂ ਕਹਿ ਸਕਦੇ ਪਰ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਮੂਵਮੈਂਟ ਦੇ ਵਿੱਚ ਆਏ ਬੰਦਿਆਂ ਨੇ ਕਿਸੇ ਦੀ ਕੁੱਟਮਾਰ ਕੀਤੀ ਹੋਵੇ ਕੋਈ ਗੱਲ ਕੀਤੀ ਹੋਵੇ ਮੈਂ ਤਾਂ ਦੇਖਿਆ ਨਹੀਂ ਹਜੇ ਤੱਕ ਕੋਈ ਘਟਨਾ ਕਰਾਂ ਇਹੋ ਜਿਹਾ ਇਸ ਤਰੀਕੇ ਨਾਲ ਕੋਈ ਜਮੀਨ ਐਕਵਾਇਰ ਨਾ ਹੋਣ ਦੇਣੀ ਜਦੋਂ ਦੇ ਪੂਰੇ ਪੈਸੇ ਮੰਗਣਾ ਹੋ ਡੈਮੋਕ੍ਰੈਟਿਕ ਰਾਈਟ ਆ ਹੋਰ ਤਰ੍ਹਾਂ ਦਾ ਉਹ ਮੁਜਾਰਾ ਕਰਦੇ ਨੇ ਧਰਨਾ ਦਿੰਦੇ ਨੇ ਜਾਮ ਲਾਉਂਦੇ ਨੇ ਉਹ ਇੱਕ ਅਲੱਗ ਪਹਿਲੂ ਆ ਪਰ ਜਿਹੜੀ ਇਹ ਇੰਡੀਵਿਜੂਅਲ ਹਿੰਸ ਆ ਇਹ ਇੱਕ ਅਲੱਗ ਟਾਈਪ ਦੀ ਇਹ ਕਲੈਰਿਟੀ ਹੋਣੀ ਚਾਹੀਦੀ ਆ ਵੈਸੇ ਤਾਂ ਕਿੱਛੋ ਵੀ ਮਾਮਲੇ 'ਚ ਗੱਲ ਕੀ ਆ ਕੌਣ ਆ ਕੀ ਕੌਣ ਇਹਦੇ ਪਿੱਛੇ ਆ ਕੀ ਰੀਜਨ ਨੇ ਕਿਉਂ ਕਿਸੇ ਨੂੰ ਕੋਈ ਕੁੱਟੂਗਾ ਉਹ ਸਾਰੇ ਮਾਮਲੇ ਦੇ ਵਿੱਚ ਆ ਕੇ ਕਿ ਤਾਂ ਫਿਰ ਦੂਜੇ ਮਾਮਲਿਆਂ ਦੇ ਵਿੱਚ ਕੀ ਕੋਈ ਐਕਸਟਰਸ਼ਨ ਜਾਂ ਇਸ਼ੂ ਆ ਇਹ ਕੋ ਗੈਂਗਸਟਰ ਪੈਸੇ ਮੰਗਦਾ ਸੀ ਜਿਹੜੇ ਨਹੀਂ ਦਿੱਤੇ ਉਹਨੇ ਥ੍ਰੈਟ ਕੀਤੀ ਆ ਜਾਂ ਬਾਕੀ ਕਿਹਨੇ ਕੀਤੀ ਕਿ ਸ਼ਾਂਤਾ ਕੋਈ ਹਥਿਆਰ ਨਹੀਂ ਚੱਕੀ ਫਿਰਦਾ ਜਾਂ ਲੌਬੀ ਬਣਾ ਕੇ ਰਾਤ ਨੂੰ ਕੁੱਟਦਾ ਨਾਜ਼ਰ ਕਿਸੇ ਨੂੰ ਮੈਂਤਦਾ ਨਹੀਂ ਆਇਆ ਹਜੇ ਬੜੀ ਦੇਰ ਤੋਂ ਲੈ ਕੇ ਇੱਕ ਤਾਂ ਇਹ ਵੈਸੇ ਹੀ ਹੋਰ ਟਾਈਪ ਦੇ ਚਿੱਠੀ ਮੇਰਾ ਖਿਆਲ ਹੈ ਕਿ ਕਲੈਰਿਟੀ ਨਹੀਂ ਕਰਦੀ ਉਸ ਪੱਧਰ ਦੇ ਉੱਤੇ ਜਾ ਕੇ ਇਹ ਚ ਡਿਮਾਰਕੇਸ਼ਨ ਨਹੀਂ ਕਰ ਰਹੀ ਉਹ ਕਿਸਾਨ ਔਰ ਦੇ ਚ ਜਿਹੜੇ ਹਿੰਸਕ ਇੱਕ ਗੱਲ ਹੈ ਦੋ ਪੈਟਰਨ ਨਾਲ ਅਲੱਗ-ਅਲੱਗ ਪੈਟਰਨ ਨੇ ਦੂਜੀ ਗੱਲ ਇਹ ਹੈ ਕਿ ਮੇਰਾ ਖਿਆਲ ਹੈ ਕਿ ਪੰਜਾਬ ਆਪਦੇ ਆਪ ਵੀ ਔਰ ਬਾਹਰ ਲੀਆਂ ਜਿਹੜੇ ਨੈਰੇਟਿਵ ਆ ਉਹ ਵੀ ਉਹ ਬਹੁਤ ਫੋਰਸਫੁਲੀ ਪੰਜਾਬ ਨੂੰ ਆਈਸੋਲੇਟ ਕਰਨ ਦੇ ਚੱਕਰ ਚ ਰਹਿੰਦਾ ਹੈ ਹਮੇਸ਼ਾ ਅਸੀਂ ਵੀ ਬੜੀ ਵਾਰ ਰਹਿੰਦੇ ਆ ਔਰ ਜਿੰਨਾ ਕ੍ਰਾਈਮ ਰੇਟ ਪੰਜਾਬ ਚ ਹੈ ਤੇ ਜੁਪੀ ਚ ਹਰ ਸਮੇ ਉਦੋਂ ਜ਼ਿਆਦਾ ਹੁੰਦਾ ਔਰ ਤੁਸੀਂ ਜੁਪੀ ਦੇ ਵਿੱਚ ਲੈ ਕੇ ਸੁਪਰੀਮ ਕੋਰਟਾਂ ਤੱਕ ਦਿੱਲੀ ਜਾਂਦੀਆਂ ਨੇ ਗੁਜਰਾਤ ਜੁਪੀ ਮਹਾਰਾਸ਼ਟਰ ਜਿੱਥੇ ਆ ਕਿ ਇੱਕ ਇੱਕ ਭਾਈਚਾਰੇ ਤੇ ਬਲਡੋਜ਼ਰ ਵੀ ਚੱਲਦਾ ਬੰਦੇ ਮਾਰਦੇ ਨੇ ਬਾਕੀ ਚੀਜ਼ਾਂ ਹੋ ਰਹੀਆਂ ਨੇ ਸਹਿਮ ਦਾ ਵਾਤਾਵਰਨ ਹੈ ਚਾਰ ਸਪੇਰੇ ਨਮਸਕਾਰ ਫਿਰ ਕਾ ਫਿਰ ਕੋ ਮਾਹੌਲ ਹੈ ਬੜੇ ਵੱਡੇ ਪੰਦਰ ਦੇ ਉੱਤੇ ਬਾਰ ਬਾਰ ਉੱਥੇ ਤਾਂ ਐਡਾ ਨਾ ਮੀਡੀਆ ਨਾਲੇ ਦੋਲੇ ਕੋਈ ਚੀਕ ਚਾੜ ਮੈਨੂੰ ਨਹੀਂ ਲੱਗਦੇ ਕਦੇ ਹੁੰਦੀ ਹੈ ਜਿੱਥੇ ਭਾਈਚਾਰਕ ਮੁਹੱਬਤ ਹੈ ਜਿੱਥੇ ਕੋਈ ਕੇਸ ਨਹੀਂ ਵਾਪਰ ਰਿਹਾ ਆਪਸ ਦੇ ਵਿੱਚ ਉਹ ਸਾਰੇ ਮਾਮਲੇ ਦੇ ਵਿੱਚ ਉਹ ਪਿੰਪੁਆਇੰਟ ਕਰਕੇ ਆਊਟ ਆਫ ਪ੍ਰੋਪੋਰਸ਼ਨੇਟ ਕਿਉਂ ਉੱਭਰਦਾ ਹਰ ਮਾਰ ਡਿਬੇਟ ਦੇ ਵਿੱਚ ਕੀ ਅਸੀਂ ਆਪ ਵੀ ਓਮੇ ਕਰਾਂਗੇ ਜਾਂ ਬਾਕੀ ਜਾਂ ਚਾ ਜਨ ਇੱਕ ਤਾਂ ਉਹ ਹੈ ਕਿ ਲੋਕਾਂ ਨੂੰ ਸਹਿਮ ਹੈ ਜੀ ਪੂੰਜੀ ਨੂੰ ਫਲਾਨੀ ਨੂੰ ਆਏ ਜੇ ਉਹ ਪੰਜਾਬ ਦਾ ਰਿਕਾਰਡ ਡਾਟਾ ਤੇ ਬਾਕੀਆਂ ਦਾ ਰਿਕਾਰਡ ਡਾਟਾ ਕਦੇ ਦੇਖ ਲਓ ਕੰਪੈਰੀਸ਼ਨ ਕਰਕੇ ਉਥੇ ਨਾਲ ਗੱਡ ਕਰੀ ਹੋਣੀ ਆਪਣੀ ਸਟੇਟ ਚ ਬੋਲਦੇ ਨੇ ਤੇ ਨਾ ਬਾਕੀ ਜਗ੍ਹਾ ਉਥੇ ਰਾਜਪਾਤਰੇ ਦੀ ਪਾਰਟੀ ਬਾਰ-ਬਾਰ ਕਿੰਨੇ ਵਾਰ ਉਹਨਾਂ ਨੇ ਟੋਲ ਪਲਾਜੇ ਤੋੜਤੇ ਨੇ ਕਦ ਕਿੰਨੇ ਵਾਰ ਰੋਡ ਜਾਂ ਐਕਸਪ੍ਰੈਸ ਹਾਈਵੇ ਬੰਦ ਹੁੰਦੇ ਨੇ ਤੇ ਸਾਰਾ ਕੁਝ ਜਦੋਂ ਬਾਪਰ ਦਾ ਕੋਈ ਰੌਲਾ ਨਹੀਂ ਪਾਉਂਦਾ ਕਿ ਮੁੰਬਈ ਚ ਤਾਂ ਹੋ ਰਿਹਾ ਬਾਕੀ ਚੀਜ਼ਾਂ ਤਾਂ ਹੋ ਰਹੀਆਂ ਨੇ ਬਾਕੀ ਕੀ ਹੋ ਗਿਆ ਏ ਵੀ ਕੈਂਗਲ ਹੈ ਮੇਰਾ ਕਹਿਣਾ ਉਹਨੂੰ ਵੀ ਨਜ਼ਰ ਅੰਦਾਜ਼ ਨਹੀਂ 100% ਕੀਤਾ ਜਾ ਸਕਦਾ ਉਹਨੂੰ ਵੀ ਦੇਖਿਆ ਜਾਣਾ ਚਾਹੀਦਾ ਪੰਜਾਬ ਦੇ ਸੰਦਰਭ ਦੇ ਵਿੱਚ ਤੇ ਦੂਜੇ ਦੇਸ਼ ਦੇ ਸੰਦਰਭ ਦੇ ਵਿੱਚੋਂ ਦੂਜੀ ਗੱਲ ਦੂਜੀ ਗੱਲ ਜਿਹੜਾ ਇਹ ਥ੍ਰੈਟ ਕਿਤੇ ਹੋਰ ਕਿਉਂ ਨਹੀਂ ਇਹ ਤੁਸੀਂ ਕਾਨੂੰਨ ਕਿਉਂ ਬਦਲਤਾ ਇਹਦਾ ਜਵਾਬ ਕੋਈ ਨਹੀਂ ਦੇ ਰਿਹਾ ਗੜਖਰੀ ਸਾਹਿਬ ਇਹਦਾ ਜਵਾਬ ਨਹੀਂ ਦੇ ਰਹੇ 2013 ਦਾ ਲੈਂਡ ਐਕੁਇਜੀਸ਼ਨ ਐਕਟ ਭਾਜੀਪੀ ਰੂਲਡ ਸਟੇਟ ਦੇ ਵਿੱਚ ਬਦਲ ਕਿਉਂ ਦਿੱਤਾ ਗਿਆ ਜਿਹੜਾ ਤੁਸੀਂ ਪਾਰਲੀਮੈਂਟ 'ਚ ਨਹੀਂ ਬਦਲ ਸਕੇ ਤੁਸੀਂ ਉੱਥੋਂ ਬਦਲਵਾ ਕਿਉਂ ਦਿੱਤਾ ਔਰ ਉਸ ਤੋਂ ਬਾਅਦ ਇਹ ਹੈ ਕਿ ਤੁਸੀਂ ਮਾਡਲ ਐਕ ਬਣਾਤਾ ਇੱਕ ਮਾਡਲ ਐਕ ਇੰਪਲੀਮੈਂਟਿੰਗ ਨਹੀਂ ਹੁੰਦੀ ਉਹ ਸਟੇਟ ਬਦਲਦੀ ਹੁੰਦੀ ਹੈ ਰੌਲਾ ਜ਼ਮੀਨ ਅਕਵਾਇਰ ਕਰਦੇ ਕੀ ਹੈ ਇਹਨੂੰ ਬਹੁਤ ਪੁਖਤ ਜੀ ਨਾਲ ਸਮਝਣ ਦਾ ਕੁਐਸਚਨ ਹੁੰਦਾ ਜੇਕਰ ਨਹੀਂ ਤਾਂ ਜੋ ਮਰਜੀ ਖਰ ਹਰੇਕ ਨੂੰ ਕਹਿਣ ਦਾ ਹੱਕ ਹੁੰਦਾ ਆਪਣੀ ਗੱਲ ਐਕਟ ਇਹ ਕਹਿੰਦਾ ਮਾਰਕੀਟ ਰੇਟ ਉਜਾੜਾ ਭੱਤਾ ਮਲਟੀਪਲਾਈ ਬਾਈ 4 ਜੇ ਜ਼ਮੀਨ ਤੁਸੀਂ ਅਕਵਾਇਰ ਕਰਨੀ ਹੈ ਕਿਤੇ ਦੋ ਗੱਲਾਂ ਹੋਰ ਕਰਦਾ ਸਭ ਤੋਂ ਇੰਪੋਰਟੈਂਟ ਉਹ ਐਨਵਾਇਰਨਮੈਂਟਲ ਤੇ ਸੋਸ਼ਲ ਇੰਪੈਕਟ ਅਸੈਸਮੈਂਟ ਔਰ ਨਾਲ ਦੀ ਨਾਲ ਗ੍ਰਾਮ ਸਭਾਵਾਂ ਦੇ 70% ਜੇ ਸਰਕਾਰ ਨੇ ਲੈਣੀ ਆ ਪਬਲਿਕ ਪਾਰਟਨਰਸ਼ਿਪ ਤੇ ਉਹਦੀ ਕਨਸੈਂਟ ਕੋਈ ਇਹ ਦੱਸੇ ਗੱਟਕਰੀ ਸਾਹਿਬ ਇਹ ਵੀ ਦੱਸਣ ਕਿ ਪੰਜਾਬ ਵਿੱਚ ਕਿਤੇ ਵੀ ਸੋਸ਼ਲ এনਵਾਇਰਨਮੈਂਟ ਇੰਪੈਕਟ ਅਸੈਸਮੈਂਟ ਹੋਈ ਹੈ ਜੇ ਤੁਸੀਂ ਜਿਹੜਾ ਹਿਸਾਬ ਦਾ ਲਾ ਦਾ ਵਾਇਲਟ ਕਰਦੇ ਹੋ ਪੰਜਾਬ ਸਰਕਾਰ ਵੀ ਦੱਸੇ ਤੇ ਗੱਟਖਰੀ ਸਾਹਿਬ ਵੀ ਦੱਸਣ ਕਿਤੇ ਹੋਈ ਐ ਇਹਦਾ এনवायरमेंटਲ ਕੀ ਅਸਰ ਪੈ ਰਿਹਾ ਐ ਇਹਦਾ ਲੋਕਾਂ ਦੀ ਬਾਕੀ ਦੀ ਜ਼ਿੰਦਗੀ ਤੇ ਕਿਸਾਨਾਂ ਤੋਂ ਬਿਨਾਂ ਕੀ ਅਸਰ ਪੈ ਰਿਹਾ ਕਿਉਂ ਕਿਉਂਕਿ ਉਹ ਸੈਕਟਰ ਦੇ ਵਿੱਚ ਇਹ ਐ ਕਿ ਉਹਨਾਂ ਨੂੰ ਵੀ 5 ਤੋਂ 50 ਲੱਖ ਰੁਪਈਆ 20 ਸਾਲ ਤੱਕ 2-2000 ਰੁਪਏ ਪਰ ਮਹੀਨਾ ਦੇਣਾ ਪਏਗਾ ਤੁਹਾਨੂੰ ਰੋਜੀ ਰੋਟੀ ਲਈ ਚਾਹੇ ਉਹ ਮਜ਼ਦੂਰ ਐ ਦੁਕਾਨਦਾਰ ਐ ਜਿਹੜੇ ਵੀ ਮਰਜੇ ਉਹ ਕਿਉਂ ਨਹੀਂ ਹੋ ਰਿਹਾ ਜੀ ਇਹ ਸਵਾਲ ਕੌਣ ਪੁੱਛੂਗਾ ਜਿਹੜਾ ਪੁੱਛੂਗਾ ਉਹ ਗਿਆ ਵਿਕਾਸ ਵਿਰੋਧੀ ਐ ਤੇ ਉਸ ਤੋਂ ਬਾਅਦ ਕੀ ਇਹ ਮਾਰਕੀਟ ਰੇਟ ਤੋਂ ਸਟਾਰਟ ਹੁੰਦਾ ਕੰਮ ਜਾਂ ਡੀਸੀ ਰੇਟ ਤੋਂ ਸਟਾਰਟ ਹੁੰਦਾ ਜੇ ਲਾਓ ਮਾਰਕੀਟ ਰੇਟ ਤੋਂ ਕਹਿੰਦਾ ਸਾਨੂੰ ਕਿਹਨੂੰ ਨਹੀਂ ਪਤਾ ਕਿ ਮਾਰਕੀਟ ਰੇਟ ਤੇ ਰਜਿਸਟਰੀਆਂ ਹੁੰਦੀਆਂ ਨੇ ਪੰਜਾਬ ਚ ਜਾਂ ਵਾਈਟ ਔਰ ਬਲੈਕ ਮਨੀ ਦੇ ਇਹ ਹਾਜਦੇ ਨਾਲ ਅਧ ਮੁੱਲ ਤੇ ਹੁੰਦੀਆਂ ਨੇ ਤੇ ਅਧ ਮੁੱਲ ਤੇ ਤੁਸੀਂ ਡੀਸੀ ਰੇਟ ਲਿਆ ਕੇ ਤੇ ਕਿਸਾਨ ਦਾ ਤਾਂ ਪੱਠਾ ਬਿਠਾ ਰਹੇ ਹੋ ਨਾ ਸਭ ਨੂੰ ਪਤਾ ਜਦੋਂ ਜਦੋਂ ਤੁਸੀਂ ਅਕਾਲੀ ਦਲ ਦੀ ਗੱਲ ਕਰਦੇ ਹੋ ਸੁਖਵੀਰ ਨੇ ਕਿਹਾ ਉਹ ਠੀਕ ਹੈ ਉਦੋਂ ਜਦੋਂ ਜ਼ਮੀਨ ਅਕਵਾਇਰ ਹੋਈ ਉਦੋਂ ਕੈਬਿਨੇਟ ਚ ਅਪਰੂਵ ਬਣ ਲੈ ਕੇ ਇੱਕ ਬੇਸ ਰੇਟ ਤੈਅ ਕੀਤਾ ਜਾਂਦਾ ਸੀ ਕਿ ਆਹ ਬੇਸ ਰੇਟ ਹੈ। ਔਰ ਉਹ ਬੇਸ ਰੇਟ ਨਾਲ ਫਿਰ ਬਾਕੀ ਦਾ ਇੱਕ ਰੇਟ ਓਪਨ ਹੋ ਜਾਂਦਾ ਸੀ ਤੇ ਬਿਲਕੁਲ ਕਿਸਾਨ ਆਪ ਜਾਂਦੇ ਸੀ ਹੁਣ ਵੀ ਜਾਣਗੇ। ਕਿਸਾਨ ਟੁੱਟਿਆ ਪਿਆ ਉਹ ਆਪਣੀ ਜ਼ਮੀਨ ਦਾ ਇਹ ਕਹਿੰਦਾ ਕਿ ਲੁਧਿਆਣੇ ਤੋਂ ਇੱਥੋਂ ਤੱਕ ਸ਼ੁਰੂ ਕਰਕੇ ਜ਼ਮੀਨ ਲਗਾਤਾਰ ਅਮਰਸਰ ਤੱਕ ਜਾਂਦੇ ਜਾਂਦੇ ਕਿਸੇ ਨੂੰ 25 ਲੱਖ ਦਿੰਦੇ ਹਾਂ। ਕਿਸੇ ਨੂੰ 45 ਦਿੰਦੇ ਹਾਂ। ਕਿਸੇ ਨੂੰ 50 ਦਿੰਦੇ ਹਾਂ। ਇੱਕੋ ਜਿਹਾ ਕਿ ਉਹ ਨਹੀਂ ਵੰਡ ਦਿੰਦੇ ਰੇਟ ਉਹਦਾ ਜ਼ਮੀਨ ਆ ਉਹ ਜੀਟੀ ਰੋਡ ਹੀ ਬਣੂਗੀ ਐਕਸਪ੍ਰੈਸਵੇ ਦੇ ਨਾਲ-ਨਾਲ ਉਹ ਹੈਗੀ ਹੈ। ਤੇ ਇੱਕ ਬੇਸ ਰੇਟ ਤਾਂ ਕਿਉਂ ਨਹੀਂ ਹੋ ਜਾਂਦਾ ਉਹਦੇ ਮੁਤਾਬਕ ਜੋ ਬਣੂਗਾ ਐਕਟ ਦੇ ਮੁਤਾਬਕ ਉਹ ਦੇ ਦਿਓ ਇਹਦੇ ਚ ਪ੍ਰੋਬਲਮ ਕਿਸਾਨ ਕ੍ਰੀਏਟ ਕਰ ਰਿਹਾ ਜਾਂ ਪ੍ਰੋਬਲਮ ਦੇਸ਼ ਦੇ ਕਾਨੂੰਨ ਨੂੰ ਲਾਗੂ ਨਾ ਕਰਕੇ ਗਵਰਨਮੈਂਟ ਆਫ ਇੰਡੀਆ ਔਰ ਪੰਜਾਬ ਗਵਰਨਮੈਂਟ ਕ੍ਰੀਏਟ ਕਰ ਰਹੀ ਹੈ ਇਹ ਨੈਰੇਟਿਵ ਦਾ ਕੁਐਸਚਨ ਹੈ ਸੰਦੇ ਵਿੱਚ ਉਸੇ ਲੈਵਲ ਤੇ ਫਿਰ ਕਈ ਕਹਿੰਦੇ ਨੇ ਪੰਜਾਬ ਚ ਹੀ ਕਿਉਂ ਰੌਲਾ ਹੈ ਜੇ ਭਾਈ ਕਿਸੇ ਨੂੰ ਅਕਲ ਜਿਆਦਾ ਆ ਗਈ ਮਾੜੀ ਮੋਟੀ ਜੇ ਉਹ ਆਜ਼ਾਦੀ ਚ 70% ਕੁਰਬਾਨੀਆਂ ਕਰ ਸਕਦਾ ਜੇ ਕਿਸਾਨ ਅੰਦੋਲਨ ਦਾ ਸਾਰਾ ਭਾਰ ਆਪਣੇ ਬੋਢਿਆਂ ਤੇ ਚੱਕ ਸਕਦਾ ਤਾਂ ਉਹ ਇੱਥੇ ਵੀ ਲੜੂਗਾ ਆਪਣੀ ਹੋਂਦ ਲਈ ਵੀ ਲੜੂਗਾ ਇਨੀ ਇਕੱਲਾ ਇਹ ਕਹਿ ਕੇ ਵੀ ਸਾਡੇ ਹੀ ਕਿਉਂ ਆ ਉੱਥੇ ਨਹੀਂ ਆ ਉੱਥੇ ਜੇ ਤੁਸੀਂ ਸੁਪਤ ਸੁਤਾਇ ਸਤਾਏ ਆਪਣੇ ਰਾਜਸਥਾਨ ਦੇ ਵਿੱਚ ਵੀ ਹਰਿਆਣੇ 'ਚ ਵੀ ਲਾ ਬਦਲਵਾ ਲਿਆ ਬਦਲਵਾ ਲਿਆ ਫਿਰ ਕੀ ਹੈ ਤੁਸੀਂ ਉਹ ਲਾ ਦੇ ਮਤਲਬ ਕਰੋਗੇ ਇੱਥੇ ਉਹ ਆਪਣੇ ਲਾ ਦੇ ਮਤਲਬ ਗੱਲ ਕਰ ਰਿਹਾ ਕਿ ਸਾਡਾ ਇਹ ਦੱਸੋ ਕੀ ਹੈ ਇਹ ਗੱਲ ਨੂੰ ਬੇਹੱਦ ਗੰਭੀਰਤਾ ਨਾਲ ਡਿਬੇਟ ਚ ਲੈਣਾ ਚਾਹੀਦਾ ਜਿਹਦੇ ਚ ਉਹ ਸਾਇੰਟਿਸਟ ਵੀ ਲਿਆਓ ਜਿਹਦੇ ਚ ਐਗਰੋ ਸਾਇੰਟਿਸਟ ਵੀ ਨੇ ਉਹ ਜਿਹੜੇ ਬਾਕੀ ਲੋਕ ਵੀ ਨੇ ਉਹ ਡਿਬੇਟ ਤਾਂ ਸਾਰੇ ਪੱਖਾਂ ਦੀ ਹੁੰਦੀ ਹੈ ਨਹੀਂ ਦੋ ਪਾਲਟਿਸਨਾਂ ਦੀ ਡਿਬੇਟ ਚ ਡਿਬੇਟ ਨਹੀਂ ਆਉਣਗੀ ਆਉਗੀ ਗੱਟਕਰੀ ਔਰ ਚੀਫ ਮਿਨਿਸਟਰ ਦੇ ਆਪਸੀ ਰੌਲੇ ਰੱਪੇ ਦੇ ਵਿੱਚੋਂ ਹੁਣ ਅਗਲੀ ਗੱਲ ਇਹ ਆ ਕਿ ਕਿਤੇ ਨਹੀਂ ਮੈਨੂੰ ਲੱਗਦਾ ਜਾਏਗਾ ਜੇ ਇੱਕ ਪ੍ਰੋਜੈਕਟ ਵੀ ਤੁਸੀਂ ਰੱਦ ਕਰ ਦਿਓ ਤੋ ਤਾਂ ਟੋਟਲ ਪ੍ਰੋਜੈਕਟ ਫੇਲ ਹੈ 100% ਫੇਲ ਹੋ ਜਾਂਦਾ ਸਾਰਾ ਪ੍ਰੋਜੈਕਟ ਐਡਾ ਹੀ ਕਾਸਟ ਨਹੀਂ ਗਵਰਨਮੈਂਟ ਆਫ ਇੰਡੀਆ ਦੇ ਸਕਦੀ ਭਾਰਤ ਮਾਲਾ ਦਾ ਸਭ ਤੋਂ ਬੇਸਿਕ ਏਮ ਬਾਰਡਰ ਏਰੀਆ ਚ ਬਾਰਡਰ ਦੀਆਂ ਸੜਕਾਂ ਨੂੰ ਮਜ਼ਬੂਤ ਕਰਨਾ ਸਿਕਿਉਰਿਟੀ ਐਂਗਲ ਤੋਂ ਪ੍ਰਾਈਮ ਏਮ ਨੰਬਰ 1 ਹੈ ਉਹਦਾ ਸਾਰਾ ਦੇਖ ਲੋ ਟੋਟਲ ਪ੍ਰੋਜੈਕਟ ਖੁੱਲ ਕੇ ਨੰਬਰ 1 ਹੋ ਏਮ ਹੈ ਔਰ ਪੰਜਾਬ ਦਾ ਬਾਰਡਰ ਲਾਈਵ ਬਾਰਡਰ ਹੈ ਗੁਜਰਾਤ ਦਾ ਤੇ ਬਾਕੀ ਬਾਰਡਰ ਲਾਈਵ ਬਾਰਡਰ ਨਹੀਂ ਹੈ ਇਸੇ ਪੰਜਾਬ ਨੂੰ ਛੱਡ ਦੇਗੀ ਗਵਰਨਮੈਂਟ ਹੋਣੀ ਹੈ ਇਹ ਨਹੀਂ ਹੈ ਇਹ ਹੋ ਹੀ ਨਹੀਂ ਸਕਦਾ ਕਦੇ ਵੀ ਇਸ ਮਾਮਲੇ ਦੇ ਵਿੱਚ ਉਹ ਐਂ ਚਲੇ ਜਾਣਗੇ ਇਹ ਬਾਹਰ ਰੋੜੂ ਸੌਦੇ ਹੈਗੇ ਨੇ ਜੋ ਮਰਜੀ ਹੋਊਗਾ ਜਿਸ ਵੀ ਤਰੀਕੇ ਦਾ ਗੰਨ ਜਿਸ ਤਰ੍ਹਾਂ ਢੱਗ ਦੇ ਨਾਲ ਚੱਲੂਗੀ ਉਹ ਇੱਕ ਅਲੱਗ ਗੱਲ ਹੈ ਕਿਉਂਕਿ ਝਟਕਾ ਆਊਗਾ ਆਏਗਾ ਉਸ ਚਿੱਠੀ 'ਚ ਵੀ ਲਿਖਿਆ ਕਿ ਪਹਿਲਾਂ ਅਸੀਂ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਕੀਤਾ ਗਿਆ ਕਿ ਕੋਈ ਗੱਲ ਨਹੀਂ ਲੈਂਡ ਐਕਵਾਇਰ ਫਰਮ ਦਾ ਇੱਕ ਥੋੜਾ ਜਿਹਾ ਰੌਲਾ ਉਹ ਠੀਕ ਕਰ ਲਾਂਗੇ ਅਸੀਂ ਐਡੀ ਕੋਈ ਗੱਲ ਨਹੀਂ ਲੈਂਡ ਆਂਡ ਆਰਡਰ ਆਪਾਂ ਚੇਅਰ ਮਿਨਿਸਟਰ ਨੂੰ ਕਹਤਾ ਤੇ ਹੁਣ ਉਹਨਾਂ ਦੇ ਚਿੱਠੇ ਲੱਗਿਆ ਚੇਅਰ ਮਿਨਿਸਟਰ ਨੂੰ ਕਿ ਆਹ ਗੱਲ ਐ ਕਿਉਂ ਵਾਪਰ ਰਹੀ ਹੈ ਲੈਂਡ ਆਂਡ ਆਰਡਰ ਦੀ ਓਰ ਸੇ ਹੁਣ ਤਾਂ ਨਾਇਰ ਆਰਡਰ ਦੇ ਸਾਰੇ ਸਿਚੁਏਸ਼ਨ ਤੁਹਾਡੇ ਕੋਲ ਐਨਆਈਏ ਹੈਗੀ ਆ ਜੇ ਇਹ ਚੀਜ਼ ਮਿਨਿਸਟਰ ਨਹੀਂ ਕਰ ਰਿਹਾ ਕੁਛ ਤਾਂ ਐਨਆਈਏ ਤੁਹਾਡੇ ਕੋਲ ਆ ਹੋਰ ਵੀ ਤਾਂ ਕੇਸਾਂ ਚਾ ਕੇ ਫੜਦੇ ਹੋ ਬੰਦੇ ਉਹ ਬੰਦੇ ਆਇਡੈਂਟੀਫਾਈ ਕਰਕੇ ਦੱਸ ਦਿਓ ਲੋਕਾਂ ਨੂੰ ਕਿ ਕੌਣ ਨੇ ਔਰ ਜੇ ਟ੍ਰਾਈਬਨ ਵੈਲਟ ਦੇ ਲੋਕ ਲੜ ਰਹੇ ਨੇ ਕਿ ਸਾਡੇ ਅੰਦਰ ਜਿਹੜੀਆਂ ਖਾਣਾ ਦੇ ਵਿੱਚ ਪਿਆ ਬੇਹੱਦ ਕੀਮਤੀ ਚੀਜ਼ਾਂ ਨੇ ਸਮਾਨ ਹੈ ਇਹਨੂੰ ਆਕੇ ਜ਼ਬਰਦਸਤੀ ਪੱਟੋਂਗੇ ਤਾਂ ਅਸੀਂ ਹਰ ਲੜਾਈ ਲੜਾਂਗੇ ਇਹ ਲੜਾਈ ਕਾਰਪੋਰੇਟ ਕੈਪੀਟਲ ਤੇ ਸਧਾਰਨ ਲੋਕਾਂ ਦੀ ਜ਼ਿੰਦਗੀ ਦੀ ਹੈ ਇਹ ਐਕਸਪ੍ਰੈਸ ਬੇ ਤੁਸੀਂ ਦੱਸੋ ਕਿ ਜਿਹੜੀ ਕਿਸਾਨੀ ਮਾਰਕੀਟ ਦਾ ਸਵਾਲ ਹੈ ਪੰਜਾਬ ਤੇ ਹਰਿਆਣਾ ਛੱਡ ਦੋ ਉਹ ਸਟੇਟਾਂ ਨੇ ਆਪਣੀ ਮਿਹਨਤ ਦੇ ਨਾਲ ਕਿਉਂਕਿ ਗਵਰਨਮੈਂਟ ਆਫ ਇੰਡੀਆ ਨੂੰ ਅਨਾਜ ਚਾਹੀਦਾ ਸੀ ਦੇਸ਼ ਦੇ ਕਿਸੇ ਵੀ ਸੂਬੇ ਦੇ ਵਿੱਚ ਮੰਡੀਕਰਨ ਕਿਸਾਨੀ ਲਈ ਕਿੱਥੇ ਪੈਦਾ ਕੀਤਾ ਸਰ ਉਹ 2008 ਦਾ ਦਿਲ ਹੈ ਕਿ ਬਿਹਾਰ ਦਾ ਤੋੜ ਤਾਂ ਉਹ ਕਹਿੰਦੇ ਨੇ ਓਪਨ ਮਾਰਕੀਟ ਹੋਏਗੀ ਜੀ ਇੱਥੇ ਤਾਂ ਕਿਹੜਾ ਕਿਸਾਨੀ ਦਾ ਦਰਦ ਕਿਸਾਨ ਚ ਕਿੱਥੇ ਆ ਔਰ ਮੰਡੀਆਂ ਕਿੰਨੀਆਂ ਚਾਹੀਦੀਆਂ ਨੇ ਘਟੋ ਘੱਟ ਹਜ਼ਾਰਾਂ ਮੰਡੀ ਫਾਰਮਰ ਮੰਡੀ ਚਾਹੀਦੀ ਹੈ ਜਿੱਥੇ ਲਿੰਕ ਰੋਡ ਚੱਜਦੀ ਹੋਵੇ ਜਿੱਥੇ ਉਹ ਆਪ ਦਾ ਪ੍ਰੋਡਿਊਸ ਲਿਜਾ ਸਕੇ ਇਹ ਉਹਨਾਂ ਲਈ ਨਹੀਂ ਨਾ ਤੰਦਾ ਇਹ ਜੇਕਰ ਕੋਈ ਇਹ ਕਹੇਗਾ ਕਿ ਜੀ ਕਿਸਾਨ ਇਸ ਲਈ ਆ ਇਹ ਕਿ ਕਿਸਾਨ ਨੂੰ ਫਾਇਦਾ ਹੋਏਗਾ ਇੱਕ ਕਿਸਾਨ ਦੇ ਫਾਇਦੇ ਵਾਲੀ ਗੱਲ ਬਹੁਤ ਪਿੱਛੇ ਰੁਕ ਜਾਂਦੀ ਹੈ ਇਹ ਕਿਸਾਨ ਤੋਂ ਅੱਧ ਮੁੱਲ ਜਾਂ ਜਿੰਨੇ ਮੁੱਲ ਚ ਲੈ ਕੇ ਉਸ ਤੋਂ ਬਾਅਦ ਐਕਸਪ੍ਰੈਸ ਵੇ ਬਣਦਾ ਐਕਸਪ੍ਰੈਸ ਵੇ ਦੇ ਵਿੱਚ ਫਿਰ ਕੌਣ ਆਉਂਦਾ ਖੇੜਦਾ ਉਸ ਖੇੜ ਨੂੰ ਜਿਹੜਾ 2 ਰੁਪਏ ਕਿਲੋ ਕਿੰਨੂੰ ਜਿਹੜਾ ਕਿਸੇ ਦਾ ਬਾਗ ਚ ਖੜਾ ਤੇ ਉਸ ਤੋਂ ਬਾਅਦ 40 ਰੁਪਏ ਵਿਕਨਦਾ ਜਿਹੜਾ ਰਸਤੇ ਦੇ 38 ਰੁਪਏ ਨੇ ਉਹ ਕਿਹਦੇ ਕੋਲ ਜਾਂਦੇ ਨੇ ਉਹਦੇ ਲਈ ਬਣ ਰਹੀ ਨਾ ਕਜਮਰ ਲਈ ਬਣਦੀ ਨਹੀਂ ਜਾਂ ਤੇ ਨਾ ਬਾਕੀ ਦੇ ਲਈ ਨਾ ਬਣੀ ਹੈ ਇਸ ਕਰਕੇ ਓਵਰਆਲ ਡਵੈਲਪਮੈਂਟ ਦਾ ਜਿਹੜਾ ਕੁਐਸਚਨ ਹੈ ਸਾਰੀ ਦੁਨੀਆ 'ਚ ਇਹ ਹੋਇਆ ਕਿਸਾਨੀ ਨਿਕਲ ਗਈ ਹੈ 1.5 ਤੋਂ 2% ਰਹਿ ਗਈ ਹੈ ਸਾਡੇ ਦੇਸ਼ ਦੀ ਕਿਸਾਨੀ ਅਜੇ ਵੀ 70 ਕਰੋੜ ਲੋਕ ਨੇ ਇਹ ਯੂਰਪ ਨਹੀਂ ਹੈ ਇਹ ਅਮਰੀਕਾ ਨਹੀਂ ਹੈ ਉਹਨਾਂ ਨੂੰ ਕੱਢ ਕੇ ਕਿੱਥੇ ਲਿਜਾਓਗੇ ਅਨਾਰਕਿਸਟ ਮਾਹੌਲ ਪੈਦਾ ਕਰੋਗੇ ਭੁੱਖਾ ਪਾਣਾ ਛੱਡ ਕੇ ਉਹ ਜਾਏਗਾ ਕਿੱਥੇ ਇਹ ਬਹੁਤ بڑا ਕੁਐਸਚਨ ਹੈ ਜੇ ਨਾਲ ਰੈਲੇਵੈਂਟ ਤੌਰ ਤੇ ਵਿਚਾਰਿਆ ਨਹੀਂ ਜਾਂਦਾ ਤਕਲਾ ਮਾਡਲ 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 ਉਹਦੇ ਪਿੱਛੇ ਲਾ ਕੇ ਵਿਕਾਸ 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 ਇਹੀ ਵਿਕਾਸ ਦਾ ਫਾਰਮੂਲਾ ਹੁੰਦਾ ਅੱਖਾਂ ਮੀਚ ਕੇ ਉਹਨੇ ਨਈਏ ਪ੍ਰੋਬਲਮ ਜਿਹੜਾ ਸੋਲਵ ਕਰਨਾ ਇਹਨੂੰ ਇੰਦੋਂ ਵੱਡੇ ਦਾਇਰੇ ਚ ਦੇਖਣ ਦੀ ਲੋੜ ਆ ਕੱਲੀ ਸੜਕ ਤੇ ਪੁਲ ਦਾ ਕੁਐਸਚਨ ਨਹੀਂ ਆ ਇਹ ਇਹ ਲੋਕਾਂ ਦੀਆਂ ਜ਼ਿੰਦਗੀਆਂ ਦਾ ਸਵਾਲ ਹੈ ਹਾਂ ਇਹ ਗੱਲ ਠੀਕ ਹੈ ਪੰਜਾਬ ਦੀ ਸਰਕਾਰ ਮੂਹਰ ਨੂੰ ਬੇਟੀ ਬਣ ਕੇ ਕਿਉਂ ਬੈਠੀ ਹੈ ਉਹ ਦੱਸੇ ਕਿ ਇਸੇ ਵਿਕਾਸ ਮਾਡਲ ਨੂੰ ਤਾਂ ਠੀਕ ਹੈ ਜੀ ਲੋਕਾਂ ਦੇ ਗਾਲ ਕੱਢ ਦੇ ਦਿਓ ਜੇ ਉਹ ਕਹਦੀ ਆ ਕਿਸਾਨਾਂ ਤੋਂ ਜ਼ਮੀਨ ਲੈ ਕੇ ਦੇਣੀ ਆ ਤਾਂ ਬੇਸ ਰੇਟ ਤੈਅ ਕਰ ਦਿਓ ਆਪਣੀ ਕੈਬਨਿਟ ਦੇ ਵਿੱਚ ਜਾ ਕੇ ਬੇਸ ਰੇਟ ਤੈਅ ਕਰੋ ਐਨਐਚਆਈ ਨੂੰ ਕਹੋ ਪਾਈਏ ਨੇ ਪੈਸੇ ਦੇਣੇ ਪੈਣਗੇ ਔਰ ਇਹ ਵੀ ਗੱਲ ਹੈ ਐਨਐਚਆਈ ਤਿਆਰ ਸੀਗੀ ਪਿਛਲੇ ਸਮੇਂ ਚ ਲੈਣਾ ਦਰਸ਼ਕ ਨੂੰ ਵੀ ਕਿਹਾ ਉਹਨਾਂ ਨੇ ਇਹਨਾਂ ਨੂੰ ਵੀ ਕਿਹਾ ਕਿ ਡੀਸੀ ਰੇਟ ਦੀ ਬਜਾਏ ਤੁਸੀਂ ਆਪ ਬੇਸ ਰੇਟ ਬਣਾ ਸਕਦੇ ਹੋ ਬਣਾ ਲਓ ਸਾਨੂੰ ਕੋਈ ਇਤਰਾਜ਼ ਨਹੀਂ ਹੈ ਉਹਨਾਂ ਨੂੰ ਪੈਸੇ ਦੋ ਦੁੱਗਣੇ ਚੌਗਣੇ ਦੇਣੇ ਵੀ ਕੋਈ ਪ੍ਰੋਬਲਮ ਨਹੀਂ ਹੈ ਜਿਹੜੇ ਵੀ ਭਾਏ ਸਖਿੱਤੇ ਦੀ ਜ਼ਮੀਨ 22000 ਏਕੜ ਹੈ 1628 ਕਿਲੋਮੀਟਰ ਇਹ ਜਿਹਦਾ ਰੌਲਾ ਆਪਾਂ ਪਾ ਰਿਹਾ ਇਹ ਅਜੇ 400 ਕੁ ਕਿਲੋਮੀਟਰ ਹੈ ਜਿਹਦੀ ਗੱਲ ਔਰ ਜੇ ਇਹਦਾ ਮਤਲਬ 52000 ਕਰੋੜ ਚੋਂ 38000 ਕਰੋੜ ਤੇ ਕੋਈ ਇਤਰਾਜ ਨਹੀਂ ਗਵਰਨਮੈਂਟ ਆਫ ਇੰਡੀਆ ਨੂੰ ਅੱਜ ਤੱਕ ਉਹਨਾਂ ਪ੍ਰੋਜੈਕਟਾਂ ਤੇ ਕੇਵਲ ਇਹ 14000 ਕਰੋੜ ਵਾਲੇ ਨੇ ਜਿਹਦੇ ਤੇ ਰੌਲਾ ਹੈ ਹਾਥੀ ਲੱਗ ਗਿਆ ਪੂਛ ਰਹਿ ਗਈ ਹੈ ਕੱਲੀ ਇਹ ਝਟਕਾ ਦੇਣ ਦਾ ਮਾਮਲਾ ਮਾੜਾ ਮੋਟਾ ਇਤੋਂ ਵੱਡਾ ਮੈਨੂੰ ਨਹੀਂ ਕੋਈ ਮਾਮਲਾ ਲੱਗਦਾ ਤੁਸੀਂ ਠੀਕ ਕਹਿ ਰਹੇ ਹੋ ਪਰ ਕੀ ਪੰਜਾਬ ਸਰਕਾਰ ਨੂੰ ਇਹਦੇ ਉੱਤੇ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਐਵੇਂ ਉਹਨੂੰ ਬੋਲਣਾ ਨਹੀਂ ਚਾਹੀਦਾ ਪੰਜਾਬ ਸਰਕਾਰ ਆਪਣਾ ਪੱਖ ਰੱਖੇ ਜ਼ੋਰਦਾਰ ਰੱਖੇ ਮੈਨੂੰ ਯਾਦ ਹੈ ਪਿੱਛੇ ਸੁਖਬੀਰ ਸਿੰਘ ਸੰਧੂ ਜਦੋਂ ਨੈਸ਼ਨਲ ਹਾਈਵੇ ਥਾਰਟੀ ਦੇ ਚੇਅਰਮੈਨ ਸੀ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਬੈਨੀਫਿਟ ਹੋ ਸਕਦਾ ਸੀ ਡੀਸੀ ਰੇਟ ਤੈਅ ਕਰਨ ਲੱਗੇ ਆ ਜਾਂ ਰਿਵਾਈਜ਼ ਕਰਨ ਦੇ ਵਿੱਚ ਮੁਸ਼ਕਲ ਕੀ ਹੈ ਔਰ ਸਾਡੇ ਪੰਜਾਬ ਸਰਕਾਰ ਦਾ ਇਹੀ ਨਹੀਂ ਇਸ ਤੋਂ ਪਹਿਲੀ ਸਰਕਾਰ ਤੇ ਉਸ ਤੋਂ ਵੀ ਪਹਿਲੀਆਂ ਸਰਕਾਰਾਂ ਨੇ ਕਦੇ ਇਹਨਾਂ ਚੀਜ਼ਾਂ ਵੱਲ ਧਿਆਨ ਹੀ ਨਹੀਂ ਦਿੱਤਾ ਔਰ ਇਹਦੇ ਵਿੱਚ ਸਾਡਾ ਜਿਹੜਾ ਭੂਮਾਫੀਆ ਹੈਗਾ ਉਹ ਬੜਾ ਸਰਗਰਮ ਰਿਹਾ ਸਦਾ ਹੀ ਰਿਹਾ ਹੁਣ ਪੰਜਾਬ ਦੇ ਮੁੱਖ ਮੰਤਰੀ ਇਸ ਗੱਲ ਨੂੰ ਜ਼ੋਰਦਾਰ ਤਰੀਕੇ ਨਾਲ ਰੱਖਣਗੇ ਇਹ ਸਵਾਲ ਤਾਂ ਅਹਿਮ ਆ ਸੱਜ ਗਗਤਾਰ ਸਿੰਘ ਜੀ ਇਹ ਵੈਸੇ ਬਣਦਾ ਤਾਂ ਇਹੀ ਆ ਸਬ ਮਹਿਰ ਸਿੰਘ ਹੋਰਾਂ ਦੇ ਜਿੰਨੇ ਵੀ ਤੋਖਲੇ ਨੇ ਬਿਲਕੁਲ ਜਾਇਜ਼ ਨੇ ਕਿ ਜੇ ਇਹਦੇ ਉੱਤੇ ਪੰਜਾਬ ਸਰਕਾਰ ਮੰਤਰੀ ਨੂੰ ਆਪਣਾ ਜ਼ੋਰ ਪੱਖ ਨਹੀਂ ਪੇਸ਼ ਕਰਦੀ ਤਾਂ ਇਹ ਤਾਂ ਕੁਦਰਤੀ ਤੌਰ ਤੇ ਉਹਨਾਂ ਨੇ ਕਟਾਰੇ 'ਚ ਖੜਾਤੇ ਨੇ ਜੇਕਰ ਇਹ ਆਪਣੇ ਕਿਸਾਨਾਂ ਨੂੰ ਡਿਫੈਂਡ ਨਹੀਂ ਕਰਦੇ ਜਾਂ ਇਹ ਕਿਸਾਨਾਂ ਨਾਲ ਗੱਲਬਾਤ ਕਿਉਂ ਨਹੀਂ ਕਰਦੇ ਜਿੱਥੇ-ਜਿੱਥੇ ਵੀ ਗੱਲ ਹੋਣ ਵਾਲੀ ਆ ਤੇ ਉਹ ਗੱਲ ਅੱਗੇ ਪਹੁੰਚਾ ਦੇਣ ਇਨਾਂ ਨੇ ਤਾਂ ਵਿੱਚ ਇੱਕ ਮਿਡਲਮੈਨ ਦੀ ਭੂਮਿਕਾ ਅਦਾ ਕਰਨੀ ਆ ਉੱਥੇ ਕਿਉਂ ਪਛੜ ਰਹੇ ਨੇ ਕਿਉਂ ਨਹੀਂ ਇਹਨਾਂ ਕੋਲ ਸਮਾਂ ਇਸ ਚੀਜ਼ ਲਈ ਮੈਂ ਪਹਿਲਾਂ ਗੱਲ ਕੀਤੀ ਹੈ ਜੇ ਪ੍ਰਕਾਸ਼ ਦੇ ਬਾਦਲ ਦੇ ਸਰਕਾਰ ਵੇਲੇ ਕਿਸਾਨ ਜ਼ਮੀਨ ਲੈ ਕੇ ਮੁਕੰਦੇ ਖੋਦਾ ਹੁੰਦਾ ਤੇ ਹੁਣ ਕੀ ਹੋਏ ਹੁਣ ਕੀ ਹੋ ਗਿਆ ਮੈਂ ਤਾਂ ਇਹ ਸਵਾਲ ਪੋਸਟ ਕੀਤਾ ਹੋਇਆ ਆਲਰੇਡੀ ਮੈਂ ਤਜੇ ਕਹਿ ਕੇ ਪੰਜਾਬ ਸਰਕਾਰ ਇਹਦਾ ਜਵਾਬ ਦੇਵੇ ਵੀ ਗੱਲ ਅੜੀ ਕਿੱਥੇ ਹੈ ਸਿਧਾਂਤਕ ਹੈ ਜ਼ਮੀਰ ਅਕਵਾਰ ਕਰਦੇ ਦੋ ਦੋਵੇਂ ਗੱਲਾਂ ਹੈ ਵੀ ਸਿਧਾਂਤਕ ਹੈ ਜਾਂ ਜਵੀ ਰਿਕਵਰ ਕਰਨ ਦੀ ਗੱਲ ਹੈ ਜਾਂ ਐਡਮਿਨਿਸਟ੍ਰੇਟਿਵ ਇਸ਼ੂਜ਼ ਹੈਗੇ ਜਿੱਥੇ ਗੱਲ ਸਾਰੀ ਅੜੀ ਹੋਈ ਹੈ ਮੈਂ ਸਿਧਾਂਤ ਨਾਲ ਲੈ ਕੇ ਚੱਲੇ ਜਿਹੜੀ ਗੱਲ ਵੀਰ ਉਰੇ ਕਰ ਰਹੇ ਹੈ ਸਿਧਾਂਤ ਦੀ ਮੈਂ ਵੀ ਉੱਥੇ ਉਹੀ ਗੱਲ ਕਰ ਰਿਹਾ ਦੋਵੇਂ ਗੱਲਾਂ ਹੈਗੀਆਂ ਨਹੀਂ ਪ੍ਰਸ਼ਾਸਨਿਕ ਤੌਰ ਤੇ ਵੀ ਤਾਂ ਇਹਦਾ ਮੈਂ ਮੈਂ ਉੱਥੇ ਪ੍ਰਸ਼ਾਸਨਿਕ ਦੀ ਗੱਲ ਮੈਂ ਆਉਣਾ ਚਾਹੀਦਾ ਸੀ ਮੰਨ ਲਓ ਜੀ ਮੈਂ ਮੈਂ ਰੰਦਾਵਾ ਜੀ ਉਹੀ ਗੱਲ ਕਰ ਰਿਹਾ ਹੈ ਪ੍ਰਸ਼ਾਸਨਿਕ ਪਦਰ ਤੇ ਇਸ਼ੂ ਨਾਲ ਹੈਗਾ ਜੀ ਤੇ ਸਰਕਾਰ ਤੋਂ ਜਵਾਬ ਇਸੇ ਕਰਕੇ ਮੰਗ ਰਹੇ ਸੀ ਭਈ ਇਹ ਜੇ ਮਸਲਾ ਸਿਰਫ ਜ਼ਮੀਨ ਅਕਵਾਇਰ ਕਰਨ ਦਾ ਹੈ ਤੇ ਫਿਰ ਇਹ ਜਿਹੜੀ ਮਾਰਕੁੱਟ ਹੋ ਰਹੀ ਹੈ ਇਹ ਕਿਉਂ ਹੋ ਰਹੀ ਹੈ ਕੌਣ ਫੋਰ ਕਿਡੀਆਂ ਫੋਰਸੇਸ ਹੈਗੀਆਂ ਜੜੀਆਂ ਇਹਦੇ ਪਿੱਛੇ ਹੈ ਕੀ ਇਹ ਪੰਜਾਬ ਨੂੰ ਬਦਨਾਮ ਕਰਨ ਵਾਲੀ ਗੱਲ ਹੈ ਜਾਂ ਇਹਦੇ ਪਿੱਛੇ ਕੋਈ ਹੋਰ ਮਸਲੇ ਹੈ ਲੈਂਡ ਮਾਫੀਆ ਹੈ ਨਹੀਂ ਸਰ ਅੱਜ ਅੱਜ ਤੁਸੀਂ ਦੇਖੋ ਨਾ ਸੁਖਚੈਨ ਸਿੰਘ ਗਿੱਲ ਜਿਹੜੇ ਕਿ ਹੈੱਡ ਕੁਆਰਟਰ 'ਚ ਦੇਖਦੇ ਨੇ ਪੁਲਿਸ ਨੂੰ ਬੁਲਾ ਰਹੇ ਨੇ ਉਹਨਾਂ ਦੇ ਉਹਨਾਂ ਨੇ ਡਰੱਗਸ ਦੇ ਉੱਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਇਹ ਮਾਮਲਾ ਉਹਦੇ ਨਾਲੋਂ ਜ਼ਿਆਦਾ ਸੀਰੀਅਸ ਸੀਗਾ ਕਿਉਂਕਿ ਇੱਕ ਸਵਾਲ ਉਠਾਤਾ ਗਿਆ ਪੰਜਾਬ ਸਰਕਾਰ ਦੇ ਵੀ ਤੁਹਾਡੇ ਇੱਥੇ ਸਭ ਕੁਝ ਸੁਰੱਖਿਅਤ ਨਹੀਂ ਹੈ ਅਮਨ ਕਾਨੂੰਨ ਦਾ ਮਾਮਲਾ ਇਹਦੇ ਉੱਤੇ ਉਹ ਕੈਟੈਗੋਰਿਕ ਜਵਾਬ ਦਿੰਦੇ ਕਿ ਘਟਨਾਵਾਂ ਹੋਈਆਂ ਨੇ ਬੇਸਿਕਲੀ ਕਿਸ ਨੇਚਰ ਦੀਆਂ ਨੇ ਤੇ ਇਹਦੇ ਉੱਤੇ ਕੀ ਕੀਤਾ ਹੁਣ ਤੱਕ ਇਹ ਸਬਚੈਨਸ ਗਿਲਦੇ ਲੈਵਲ ਦਾ ਕੰਮ ਨਹੀਂ ਹੈ ਸੇਫ ਚੀਫ मिनिस्टर ਦੇ ਲੈਵਲ ਦਾ ਕੰਮ ਹੈ ਇਹ ਜਵਾਬ ਉਹ ਦੇਣਗੇ ਕਿ ਇਹ ਸਿਰਫ ਇੱਕ ਆਈਸੋਲੇਟਡ ਲਾਇਰ ਆਰਡਰ ਦਾ ਇਸ਼ੂ ਨਹੀਂ ਹੈ ਇਹ ਵਾਈਡਰ ਇਸ਼ੂ ਹੈ ਜਿੰਨੂੰ ਸਰਫਸ सीएम ਦੇ ਲੈਵਲ ਤੇ ਹੀ ਦੇਖਿਆ ਜਾ ਸਕਦਾ ਹੈ ਉਹ ਇਹਦਾ ਜਵਾਬ ਦੇਣ ਕੋਈ ਅਫਸਰ ਜਵਾਬ ਨਹੀਂ ਦੇ ਸਕਦਾ ਇਸ ਗੱਲ ਦਾ ਵੀ ਕੀ ਹੋ ਰਿਹਾ ਜੀ ਹਾਂ ਇਹ ਜਿਹੜੇ ਇਹ ਵੀ ਐਫ ਆਈ ਆਰ ਕੋਰ ਰਜਿਸਟਰ ਨਹੀਂ ਹੋਏ ਇਹਦਾ ਜਵਾਬ ਅਫਸਰ ਕੋਈ ਦੇ ਸਕਦਾ ਹੈ ਲੇਕਿਨ ਜਿਹੜੀ ਬਾਡਰ ਇਸ਼ੂ ਹੈ ਉਹ ਸੀਮ ਤੋਂ ਥੱਲੇ ਤਾਂ ਕੋਈ ਜਵਾਬਦਾ ਹੀ ਨਹੀਂ ਸਕਦਾ ਵੀ ਹੋ ਕੀ ਰਿਹਾ ਹੈ ਸਟੇਟ ਦੇ ਵਿੱਚ ਲਗਾਤਾਰ ਇਹ ਇੱਕ ਟਰਵਾ ਇਸ ਟੱਕ ਦੀਆਂ ਆ ਰਹੀਆਂ ਜਿਹੜਾ ਮੈਂ ਤਾਕਲਾ ਪ੍ਰਗਟ ਕੀਤਾ ਉਹ ਇਹੀ ਹੈ ਕਿ ਇਹਦੇ ਪਿੱਛੇ ਹੈ ਕਿ ਉਹਨੂੰ ਐਕਸਪੋਜ਼ ਕਿਉਂ ਨਹੀਂ ਕੀਤਾ ਜਾਂਦਾ ਸਿਰਫ ਇਹ ਹੀ ਨਹੀਂ ਸਾਡੇ ਐਮਪੀ ਐਸ ਕੇ ਬਹੁਤ ਸਰਗਰਮ ਸੀ ਜੇ ਪੰਜਾਬ ਦੀ ਸਿਚੁਏਸ਼ਨ ਬਿਲਕੁਲ ਵੱਖਰੀ ਹੈ ਅਸੀਂ ਵਾਰ-ਵਾਰ ਆਪਣਾ ਕੇਸ ਦਿੱਲੀ ਦੇ ਵਿੱਚ ਪੇਸ਼ ਕਰਦੇ ਵਿੱਚ ਫੇਲ ਕਿਉਂ ਹੋ ਰਹੇ ਹਾਂ ਸਾਡੇ ਬਿਊਰੋਕ੍ਰੇਸੀ ਪੰਜਾਬ ਦਾ ਕੇਸ ਬਣਾ ਕੇ ਪੋਲਿਟੀਕਲ ਕਲਾਸ ਨੂੰ ਕਿਉਂ ਨਹੀਂ ਦਿੰਦੇ ਜਾਂ ਇਹਨਾਂ ਨੂੰ ਸਮਝ ਹੀ ਨਹੀਂ ਜਾਂ ਇਹ ਇੰਟਰਸਟਿਡ ਹੀ ਨਹੀਂ ਹੈ ਅਸੀਂ ਹਰ ਇਸ਼ੂ ਤੇ ਪੰਜਾਬ ਦੇ ਨਾਲ ਮਤਲਬ ਜਿਹੜਾ ਕੇਸ ਹੈ ਪ੍ਰੋਪਰ ਅਸੀਂ ਪੇਸ਼ ਨਹੀਂ ਕਰ ਸਕੇ ਪੰਜਾਬ ਦੀ ਸਿਚੁਏਸ਼ਨ ਇਹ ਮਰ ਕੇ ਚਲਣਾ ਚਾਹੀਦਾ ਹੈ ਕਿ ਬਿਲਕੁਲ ਵੱਖਰੀ ਹੈ ਬਾਕੀ ਸਟੇਟਸ ਨਾਲ ਤੇ ਸਾਡੇ ਇਸ਼ੂਜ਼ ਵੱਖਰੇ ਹੈ ਇਕਨੋਮੀ ਦੀ ਡਾਇਨਾਮਿਕਸ ਆ ਵੱਖਰੀ ਹੈ ਕੀ ਹੈ ਲੇਕਿਨ ਜਿਹੜੀ ਸਾਡੀ ਪੋਲਿਟੀਕਲ ਕਲਾਸ ਹੈ ਉਹ ਇਸ ਇਸ਼ੂ ਨੂੰ ਲੈ ਕੇ ਅੱਗੇ ਫੇਲ ਹੋਈ ਹੈ ਮੈਂ ਛੋਟੇ ਜਿਹੇ ਐਗਜ਼ਾਮਪਲ ਦਿੰਦਾ ਜੀ ਆਪਣੇ ਦਰੀ ਪਾਣੀਆਂ ਦਾ ਮਸਲਾ ਬੜਾ ਰੌਲਾ ਪੈਂਦਾ ਰਿਹਾ ਪਹਿਲੀ ਵਾਰੀ ਕੇਸ ਜੇ ਪ੍ਰੋਪਰ ਢਗ ਨਾਲ ਕਿਸੇ ਨੇ ਪੇਸ਼ ਕੀਤਾ ਸੀਗਾ ਉਹ ਹਰਚੰਦ ਸਿੰਘ ਬਰਾੜਸੀ ਅਰੀਗੇਸ਼ਨ ਮਿਨਿਸਟਰ 93 94 ਜਾ ਕੇ ਕਿਤੇ ਉਦੋਂ ਕੇਸ ਫਾਈਲ ਤੇ ਪਹਿਲੀ ਵਾਰੀ ਆਇਆ ਸੀ ਉਸ ਤੋਂ ਪਹਿਲਾਂ ਅਸੀਂ ਨਾਰੇਬਾਜੀ ਕਰਦੇ ਬਈ ਤੁਪਕਾ ਨਹੀਂ ਪਾਣੀ ਦਾ ਜਾਣ ਦਾਂਗੇ ਸਾਡੀ ਹਾਲਤ ਵੀ ਸਿਰਫ ਐਗਜ਼ਾਮਪਲ ਦਿੱਤੀ ਹੈ ਇਹ ਹੈ ਵੱਡੇ ਵੱਡੇ ਨਾਰੇ ਸਭ ਕੁਝ ਹੁਣ ਵੀ ਮਸਲਾ ਇਹੀ ਹੈ ਤੁਸੀਂ ਪੰਜਾਬ ਦਾ ਕੇਸ ਪ੍ਰੋਪਰ ਢਗ ਨਾਲ ਦਿੱਲੀ ਤੇਸ਼ ਕਿਉਂ ਨਹੀਂ ਕਰਦੇ ਉਹ ਇਹ ਇਸ਼ੂ ਹਰ ਲੈਵਲ ਤੇ ਟੇਕ ਅਪ ਕਰਨ ਵਾਲਾ ਜਵਾਬ ਸੀਐਮ ਤੋਂ ਹੋਣਾ ਚਾਹੀਦਾ ਜੀ ਹੋ ਸਕਦਾ ਕੱਲ ਤੱਕ ਮੁੱਖ ਮੰਤਰੀ ਇਹਦੇ ਉੱਤੇ ਵਿਧਿਬਤ ਤੌਰ ਤੇ ਕੇਂਦਰ ਨੂੰ ਲਿਖ ਦੇਣ ਤੇ ਉਹ ਵੀ ਚਿੱਠੀ ਫਿਰ ਬਾਹਰ ਆ ਜੇ ਘਟਨਾਵਾਂ ਦੇ ਵੇਰਵੇ ਵੀ ਹੋਣ ਤੇ ਹੁਣ ਤੱਕ ਜਿੰਨੇ ਉਹਨਾਂ ਦੇ ਤੌਖ ਲਿਆ ਉਹਨਾਂ ਦੇ ਉੱਤੇ ਸ਼ਾਇਦ ਕੋਈ ਜ਼ੋਰਦਾਰ ਵਕਾਲਤ ਵੀ ਕਰ ਦੇਣ ਉਹ ਉਮੀਦ ਕੀਤੀ ਜਾਣੀ ਬਣਦੀ ਹੈ ਮੈਂ ਅਗਲਾ ਇਸ਼ੂ ਲੈ ਕੇ ਆਵਾਂ ਸਤਜਗਤਾਰ ਸਿੰਘ ਜੀ ਆਪਾਂ ਕਿਉਂਕਿ ਸਿੱਖ ਮਾਮਲੇ ਲਗਾਤਾਰ ਅੱਗੇ ਵਧਾ ਰਹੇ ਆ ਸਿੱਖ ਪੋਲਿਟਿਕਸ ਦੇ ਵਿੱਚ ਉਤਰਾ ਚੜਾ ਲਗਾਤਾਰ ਜਾਰੀ ਹੈ ਹੁਣ ਇੱਕ ਕੰਸੋਲ ਲਗਾਤਾਰ ਕੱਲ ਦੀ ਅੱਗੇ ਵਧ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਗਰਮੀ ਨਾਲ ਵਿੱਚ ਰਹੇ ਨੇ ਸੁਖਬੀਰ ਸਿੰਘ ਬਾਦਲ ਔਰ ਉਹ ਜਿਹੜੀ ਸਿਚੁਏਸ਼ਨ ਬਣੀ ਹੋਈ ਆ ਉਹਨਾਂ ਨੂੰ ਲੈ ਕੇ ਪਾਰਟੀ ਨੂੰ ਲੈ ਕੇ ਉਹਦੇ ਉੱਤੇ ਕੋਈ ਪ੍ਰਜੀਡੀਅਮ ਬਣਾ ਕੇ ਆਪ ਲਾਂਬੇ ਹੋ ਸਕਦੇ ਆ ਉਹਦੇ ਤੋਂ ਉਹਦਾ ਛੱਡ ਸਕਦੇ ਇਹ ਮੈਂ ਇੱਕ ਖਬਰ ਨੂੰ ਵੀ ਜੇ ਆਧਾਰ ਬਣਾਵਾ ਜਾਂ ਅਦਰਵਾਈਜ਼ ਜੜੀਆਂ ਕੰਸੋਵਾਂ ਨੇ ਉਹਦੀ ਵੀ ਗੱਲ ਕਿ ਕੀ ਸੁਖਵੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਅਸਤੀਫਾ ਦੇਣਗੇ ਇੱਕ ਤਾਂ ਇਹ ਪਹਿਲੂ ਆ ਕਿ ਦੇਣਗੇ ਜਾਂ ਨਹੀਂ ਦੇਣਗੇ ਇਹ ਉਹਨਾਂ ਨੇ ਫੈਸਲਾ ਕਰਨਾ ਪਰ ਨਾਲ ਦੀ ਨਾਲ ਜੇ ਦੇਣਗੇ ਵੀ ਤੇ ਨਵੰਬਰ ਦੇ ਵਿੱਚ ਡੈਲੀਗੇਟ ਅਜਲਾਸ ਬੁਲਾ ਕੇ ਤੇ ਉਹ ਦੁਬਾਰਾ ਪ੍ਰਧਾਨ ਬਣ ਜਾਣਗੇ ਇਹ ਵੀ ਨਾਲ ਹੀ ਖਬਰ ਚੱਲਣ ਲੱਗ ਪੈਂਦੀ ਹੈ ਕਿ ਉਹ ਫਿਰ ਤੋਂ ਇੱਕ ਵਾਰੀ ਅਹੁਦੇਦਾਰ ਹੋ ਸਕਦੇ ਆ ਉਮੀਦਵਾਰ ਹੋ ਸਕਦੇ ਆ ਡੈਲੀਗੇਟਸ ਅਜਲਾਸ ਦੇ ਵਿੱਚ ਉਹ ਦੁਬਾਰਾ ਪ੍ਰਧਾਨਗੀ ਲਈ ਉਮੀਦਵਾਰ ਹੋ ਸਕਦੇ ਆ ਹੁਣ ਜੇਕਰ ਸੁਖਵੀਰ ਸਿੰਘ ਬਾਦਲ ਅਸਤੀਫਾ ਦੇ ਜਾਂਦੇ ਆ ਤਾਂ ਉਸ ਤੋਂ ਬਾਅਦ ਸਿਚੁਏਸ਼ਨ ਨੂੰ ਕਿਵੇਂ ਆਪਾਂ ਦੇਖ ਸਕਨੇ ਆ ਹਾਲਾਤ ਕਿਸ ਤਰ੍ਹਾਂ ਦੇ ਦੇਖ ਸਕਨੇ ਆ ਕਿ ਅਕਾਲੀ ਦਲ ਨੂੰ ਐਸੀ ਸਥਿਤੀ ਚ ਫਾਇਦਾ ਹੋ ਜਾਊਗਾ ਜਿਵੇਂ ਨੀ ਚੋਣ ਆ ਰਹੀ ਆ ਅਦਰਵਾਈਜ਼ ਵੀ ਜਿਵੇਂ ਮਾਹੌਲ ਦੇ ਵਿੱਚ ਤਲਖੀ ਪਾਈ ਜਾ ਰਹੀ ਆ ਕਾਫੀ ਵੱਡੇ ਆਗੂ ਪਾਸੇ ਹੋ ਗਏ ਨੇ ਅਕਾਲੀ ਦਲ ਨੂੰ ਸੁਖਵੀਰ ਸਿੰਘ ਬਾਦਲ ਦੇ ਲੰਬੇ ਜਾਣ ਦਾ ਫਾਇਦਾ ਜੇ ਸੁਖਵੀਰ ਸਿੰਘ ਬਾਦਲ ਇੱਕ ਵਾਰੀ ਲੰਬੇ ਹੋ ਜਾਂਦੇ ਆ ਤੇ ਉਹਨਾਂ ਦੀ ਵਾਪਸੀ ਓਨੀ ਆਸਾਨ ਹੋਊਗੀ ਜੀ ਫਿਰ ਦੁਬਾਰਾ ਬਤੌਰ ਪ੍ਰਧਾਨ ਇਹ ਸਵਾਲ ਹੈ ਨਹੀਂ ਪਹਿਲਾਂ ਜਿਹੜਾ ਤੁਹਾਡਾ ਅਖੀਰਲਾ ਸਵਾਲ ਹੈ ਨਾ ਮੈਂ ਇਹ ਇਹਨੂੰ ਪਹਿਲਾਂ ਐਡਰੈਸ ਕਰਦਾ ਇੱਥੋਂ ਸਾਰੀ ਗੱਲ ਕਲੀਅਰ ਹੋਏਗੀ ਵਾਪਸ ਆਪਾਂ ਬਾਕੀ ਗੱਲ ਤੇ ਆਵਾਂਗੇ ਕਿ ਇਹਦਾ ਫਾਇਦਾ ਪਾਰਟੀ ਨੂੰ ਹੋ ਸਕਦਾ ਤੇ 110 ਵੈਕੈਂਸੀਸ ਹੈਗੀਆਂ ਇਸ ਵਾਰ ਦੇ ਜਨਰਲ ਆਫਸ ਦੇ ਵਿੱਚ ਤੇ ਉਹਨਾਂ ਨੂੰ ਪੂਰਿਆ ਕਰਨ ਦਾ ਉਹਨਾਂ ਥਾਂ ਤੇ ਨਾਮਿਨੇਸ਼ਨ ਕਰਨ ਦਾ ਜਿਹੜਾ ਅਖਤਿਆਰ ਹੈ ਉਹ ਪਾਰਟੀ ਦੇ ਪ੍ਰਧਾਨ ਦਾ 500 ਕੁ ਟੋਟਲ ਜਨਰਲ ਡੈਲੀਗੇਟਸ ਹੈਗੇ ਆ ਜੀ ਤੇ 110 ਖਾਲੀ ਪੰਜਬ ਵੈਕੈਂਸੀ ਆ ਉਹ ਜਿਹੜੇ ਖਾਲੀ ਪਏ ਆ ਉਹ ਇਹਨਾਂ ਨੇ ਨਾਮਿਨੇਟ ਕਰ ਦੇਣੀ ਸੋ ਜਿਹੜੀ ਤੁਸੀਂ ਗੱਲ ਕੀਤੀ ਵੀ ਸੁਖਵੀਰ ਜੀ ਵਾਪਸ ਆ ਸਕਦੇ ਜੇ ਇੱਕ ਵਾਰੀ ਸੀਹੋ ਦੇ ਕੇ ਜਾਣ ਵਾਪਸ ਆਉਣ ਦੇ ਬਾਰੇ ਕੋਈ ਦਿੱਕਤ ਹੈ ਹੀ ਨਹੀਂ ਜੇ 100 ਦਾ ਤੁਸੀਂ ਨਾਮਿਨੇਟ ਕਰਕੇ ਹੀ ਜਾਣੇ ਤੇ ਬਾਕੀ ਮジョਰਿਟੀ ਨੇ ਫੈਸਲਾ ਕਰਨਾ ਹੈ ਤੇ ਮジョਰਿਟੀ ਤੁਹਾਡੇ ਨਾਲ ਹੈਗੀ ਹੈ ਟੈਕਨੀਕਲੀ ਇਹਨਾਂ ਦੇ ਵਾਪਸੀ ਦੇ ਵਿੱਚ ਕੋਈ ਦਿੱਕਤ ਨਹੀਂ ਹੈ ਗੱਲ ਇਹ ਹੈ ਕਿ ਇਹ ਅਸਤੀਫਾ ਦੇ ਕੇ ਜਾਣ ਪੇਸ਼ ਹੋਣਗੇ ਅਕਾਲ ਤਖਤ ਹੈ ਕਿ ਪ੍ਰਧਾਨ ਦੇ ਤੌਰ ਤੇ ਪੇਸ਼ ਹੋਣਗੇ ਇਹ ਫੈਸਲਾ ਉਹਨਾਂ ਦਾ ਆਪਣਾ ਹੈ ਆਪਾਂ ਵਾਰ-ਵਾਰ ਇਹ ਡਿਸਕਸ ਨਹੀਂ ਕਰਨਾ ਕਿ ਪ੍ਰਧਾਨਗੀ ਦਾ ਅਕਾਲੀ ਦਲ ਦਾ ਮਤਲਬ ਕਿਸੇ ਵੀਰੇ ਵੀ ਗੱਲ ਹੋਈ ਸੀਗੀ ਕਿ ਅਕਾਲੀ ਦਲ ਦਾ ਪ੍ਰਧਾਨ ਸ਼ਰੋਣੀ ਕਮੇਟੀ ਨੂੰ ਇਨਡਾਇਰੈਕਟਲੀ ਤੇ ਇਨਡਾਇਰੈਕਟਲੀ ਵਾਇਸ ਚੇਅਰ ਸ਼ਰੋਣੀ ਕਮੇਟੀ ਅਕਾਲ ਤਖਤ ਦੇ ਇੰਸਟੀਚੂਸ਼ਨ ਤੇ ਆਪਣਾ ਅਸਰ ਪਾਉਂਦਾ ਮੈਂ ਲੱਭ ਦੇ ਕੰਟਰੋਲ ਨਹੀਂ ਵਰਤੂਗਾ ਜਾਣ ਕੇ ਕਿਉਂਕਿ ਅਕਾਲ ਤਖਸਾਲ ਦਾ ਮਾਮਲਾ ਹੈ ਮੈਂ ਉੱਥੇ ਕੰਟਰੋਲ ਆਫ ਜੋ ਅਵਾਇਡ ਕਰੂਗਾ ਸੋ ਉਹ ਮਸਲਾ ਹੈ ਵਾਪਸ ਆਉਣਾ ਉਹਨਾਂ ਵਾਸਤੇ ਟੈਕਨੀਕਲੀ ਕੋਈ ਦਿੱਕਤ ਨਹੀਂ ਹੈ ਪਰ ਕੀ 2-3 ਮਹੀਨੇ ਆਸਤੇ ਪਾਸੋਂ ਹੋ ਕੇ ਵਾਪਸ ਆਉਣ ਦੇ ਨਾਲ ਪਾਰਟੀ ਰਵਾਈਵ ਹੋ ਸਕਦੀ ਹੈ ਤੁਹਾਡਾ ਬੇਸਿਕ ਇਸ਼ੂ ਹੈ ਇਹ ਰਵਾਈਵਲ ਬ੍ਰਾਡਰ ਇਸ਼ੂ ਹੈ ਇਹ ਪਾਰਟੀ ਲੋਕਾਂ ਤੋਂ ਆਈਸੋਲੇਟ ਓਵਰ ਦੀਅਰਸ ਕਿਉਂ ਹੋਈ ਹੈ ਕਿ ਉਹ ਸਿਰਫ ਸੁਖਵੀਰ ਸਿੰਘ ਬਾਦਲ ਦੇ ਪਾਸੇ ਹੋਣ ਨਾਲ ਉਹ ਮਸਲਾ ਹੱਲ ਹੋ ਸਕਦਾ ਹੈ ਮੇਰੇ ਖਿਆਲ ਚ ਸਿਰਫ ਇੰਨੀ ਗੱਲ ਨਾਲ ਅਕਾਲੀ ਦਲ ਦੀ ਐਕਸੈਪਟੇਬਿਲਟੀ ਨਹੀਂ ਬਣਦੀ ਲੋਕਾਂ ਨੇ ਵਿੱਚ ਫੈਸਲਾ ਤਾਂ ਲੋਕਾਂ ਨੇ ਕਰਨਾ ਅਲਟੀਮੇਟਲੀ ਚੁਆਇਸ ਉਹਨਾਂ ਦੀ ਹੈਗੀ ਹੈ ਕਿ ਉਹਨਾਂ ਨੇ ਪਾਰਟੀ ਅਡਾਪਟ ਕਰਨੀ ਹੈ ਜਾਂ ਨਹੀਂ ਮੈਂ ਗਲਤੀਆਂ ਤੇ ਗੁਰਾਹਾਂ ਦੀ ਗੱਲ ਕਰਦਾ ਹੁਣ ਜਿਹੜੇ ਓਵਰ ਦੀਅਰਸ ਹੋਏ ਹੋਏ ਆ ਔਰ ਜਿਹੜੀ ਕਲੈਕਟਿਵ ਲੀਡਰਸ਼ਿਪ ਹੈ ਇਹਨਾਂ ਲਈ ਉਹ ਸਾਰੇ ਹੀ ਜ਼ਿੰਮੇਦਾਰ ਹੈ ਲੀਡਰਸ਼ਿਪ ਜ਼ਰੂਰ ਬਾਦਲ ਪਰਿਵਾਰ ਦੀ ਸੀਗੀ ਲੇਕਿਨ ਇਹਨਾਂ ਵਿੱਚੋਂ ਤਾਂ ਕੋਈ ਕਰ ਬੋਲੇ ਹੀ ਨਹੀਂ ਉਹ ਜ਼ਰਾਦਰ ਹਿੱਸੇਦਾਰ ਉਸ ਜੋ ਕੋਈ ਸਾਰੇ ਗੱਲ ਦੇ ਵਿੱਚ ਹੋਇਆ ਸੋ ਇਸ ਕਰਕੇ ਜਿਹੜੀ ਪਾਰਟੀ ਦੇ ਰਿਵਾਈਵਲ ਹੈ ਉਹ ਇੱਕ ਬਿਲਕੁਲ ਵੱਖਰਾ ਇਸ਼ੂ ਹੈ ਤੇ ਉਹ ਪਾਰਟ ਮਤਲਬ ਨਵੇਂ ਸਿਰੇ ਨਵੇਂ ਲੀਡਰਸ਼ਿਪ ਹਰ ਲੈਵਲ ਤੇ ਲਿਆ ਕੇ ਨਵੇਂ ਟੈਗਲ ਨਵਾਂ ਨੈਰੇਟਿਵ ਸਿਰਜ ਕੇ ਪਾਰਟੀ ਨੂੰ ਕਿਵੇਂ ਆਪਸ ਸੁਲਿਉਣਾ ਗੱਲ ਉਹਦੀ ਹੈ ਕੱਲੀ ਕਾਲੀਦਲ ਦੇ ਨਹੀਂ ਹੈ ਇਹਦੇ ਨਾਲ ਐਸਜੀਪੀਸੀ ਤੇ ਅਕਾਲ ਤਖਤ ਦੇ ਸੰਸਾਵਾਂ ਨੂੰ ਮੁੜ ਤਾਕਤਵਰ ਬਣਾਉਣ ਦਾ ਮਸਲਾ ਵੀ ਹੈ ਇਹ ਖਾਸਾ ਉਲਝਿਆ ਮਾਮਲਾ ਹੈ ਸਾਰਿਆਂ ਤਿੰਨੇ ਆਪਸ ਦੇ ਵਿੱਚ ਬਹੁਤ ਜਿਹੜੇ ਉਸਬੰਧਿਤ ਹੈਗੇ ਆ ਸ਼੍ਰੋਮਣੀ ਕਾਲੀਦਲ ਐਸਜੀਪੀਸੀ ਤੇ ਅਕਾਲ ਤਖਤ ਸਾਹਿਬ ਜੀ ਮਸਲਾ ਤਿੰਨਾ ਦਾ ਹੈ ਇਸ ਕਰਕੇ ਜਦੋਂ ਕਾਲੀਦਲ ਦੇ ਰਵਾਈਵਲ ਦੀ ਗੱਲ ਕਰਦੇ ਆ ਆਪਾਂ ਨੂੰ ਪਤਾ ਹੈ ਕੱਲੇ ਕਾਲੀਦਲ ਦਾ ਨੌਨ ਫਲ ਨਹੀਂ ਹੋਇਆ ਪਿਆ ਅਰੇ ਜੀ ਬਾਕੀ ਦੋਸਤ ਸਾਰੇ ਨਾ ਇਹਨਾਂ ਦਾ ਵੀ ਡਾਊਨ ਹੋ ਗਿਆ ਤੇ ਲੋਕਾਂ ਨੇ ਤਾਂ ਬਾਈਕਾਟ ਕਰਨਾ ਸ਼ੁਰੂ ਕਰਤਾ ਸੀਗਾ ਕੱਲ ਤੱਕ ਦੇ ਜੇਜ਼ੇਦਾਰ ਦਾ ਜੀ ਮੈਂ ਜੇਜ਼ੇਦਾਰ ਦੀ ਗੱਲ ਕਰ ਰਿਹਾ ਕੱਲ ਤੱਕ ਦੀ ਗੱਲ ਨਹੀਂ ਕਰ ਰਿਹਾ ਗਿਆਨੀ ਗੁਰਬਚਨ ਸਿੰਘ ਵਾਲੇ ਹੋ ਹਾਂ ਜੀ ਬਿਲਕੁਲ ਹੋਇਆ ਸੀਗਾ ਜੀ ਹੁਣ ਵੀ ਸਮੱਸਿਆ ਇਹੀ ਹੈ ਜੇ ਕਿਤੇ ਕੋਈ ਗਲਤ ਫੈਸਲਾ ਹੋ ਗਿਆ ਕਿ ਉਹ ਸਿਚੁਏਸ਼ਨ 2015 ਵਾਲੀ ਦੁਬਾਰਾ ਆ ਜਾਏ ਜੀ ਤੇ ਉਹ ਬਹੁਤ ਸੀਰੀਅਸ ਇਸ਼ੂ ਹੈ ਸਾਰੀ ਗੱਲ ਤੇ ਆ ਕੇ ਸੋ ਜਿਹੜੀ ਅਕਾਲੀ ਦਲ ਦੀ ਰਿਵਾਈਵਲ ਹੈ ਉਹ ਇੱਕ ਵੱਖਰਾ ਇਸ਼ੂ ਹੈ ਸੁਖਵੀਰ ਜੀ ਦਾ ਵਾਪਸ ਹੋਣਾ ਉਹ ਸੰਭਵ ਹੈ ਲੇਕਿਨ ਇਹ ਜ਼ਰੂਰੀ ਨਹੀਂ ਕਿ ਇਹਦੇ ਨਾਲ ਅਕਾਲੀ ਦਲ ਰਿਵਾਈਵਲ ਪੋਸੀਬਲ ਹੋਵੇ ਅਕਾਲੀ ਦਲ ਦੀ ਲੇਕਿਨ ਇਹ ਜ਼ਰੂਰ ਹੈ ਜੇ ਅਕਾਲ ਤਖਤ ਵੱਲੋਂ ਫੈਸਲਾ ਠੀਕ ਲਿਆ ਜਾਂਦਾ ਕੋਈ ਤੇ ਉਸ ਤੋਂ ਬਾਅਦ ਪਾਰਟੀ ਇੱਕ ਨਵੇਂ ਦੌਰ ਦੇ ਵਿੱਚ ਦਾਖਲ ਹੋ ਸਕਦੀ ਹੈ ਜੀ ਸਹਮੀਰ ਸਿੰਘ ਜੀ ਆਪਾਂ ਕਿਉਂਕਿ ਮੀਡੀਆ ਦਾ ਇੱਕ ਹਿੱਸਾ ਹੈ ਛੋਟਾ ਜਿਹਾ ਸਾਨੂੰ ਅੰਦਾਜ਼ਾ ਹੈ ਕਿ ਖਬਰ ਜਿਹੜੀ ਕੋਈ ਵੀ ਹੁੰਦੀ ਹੈ ਉਹ ਕਿਸੇ ਸੋਰਸ ਤੇ ਹੁੰਦੀ ਹੈ ਔਰ ਸੋਰਸ ਵੀ ਉਹੀ ਹੁੰਦੇ ਆ ਜਿਹੜੇ ਬੜੇ ਪਾਵਰਫੁਲ ਵੀ ਹੁੰਦੇ ਆ ਔਰ ਕਈ ਵਾਰੀ ਤਾਂ ਖਬਰ ਇਸ ਕਰਕੇ ਵੀ ਅੱਗੇ ਵੱਧਦੀ ਆ ਕਿ ਉਹ ਉਹ ਖਬਰ ਨਾਲ ਅਸੀਂ ਪਾਣੀ ਵੀ ਮਾਪੇ ਆਪਣੇ ਹੁੰਦੇ ਆ ਪਰਖ ਪਰਖ ਚ ਪਾ ਕੇ ਦੇਖਣਾ ਹੁੰਦਾ ਵੀ ਇਹਦਾ ਅਸਰ ਕੀ ਹੁੰਦਾ ਤੇ ਕਈ ਵਾਰੀ ਖਬਰ ਜਿਹੜੀ ਆ ਉਹ ਸੋਰਸ ਕੱਢ ਵੀ ਦਿੰਦੇ ਆ ਬਾਹਰ ਹੁਣ ਜੇ ਇਹ ਮੰਨ ਲਈਏ ਕਿ ਸੁਖਵੀਰ ਸਿੰਘ ਬਾਦਲ ਦੇ ਮਨਚੇ ਖਿਆਲ ਹੈ ਕਿ ਪ੍ਰਜੀਡੀਅਮ ਬਣਦੀ ਜਾਵੇ ਔਰ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਣ ਵਾਲੀ ਕਿਸੇ ਵੀ ਕਾਰਵਾਈ ਨੂੰ ਫੇਸ ਕੀਤਾ ਜਾਵੇ ਇੱਕ ਨਿਮਾਣੇ ਸਿੱਖ ਵਾਂਗ ਬਤੌਰ ਪ੍ਰਧਾਨ ਨਾ ਜਾਇਆ ਜਾਵੇ ਤੇ ਜਿਹੜੀ ਨਾਲ ਹੀ ਦੂਜੀ ਖਬਰ ਸਗੀ ਕਿ ਪ੍ਰਜੀਡੀਅਮ ਕੰਮ ਚਲਾਉਗੀ ਉਹ ਸਾਰੇ ਜਿੰਨੇ ਫੈਸਲੇ ਲਾਉਗੀ ਇਨ ਦਾ ਮੇਨ ਟਾਈਮ ਡੈਲੀਗੇਟ ਅਜਲਾਸ ਜਿਹੜੇ ਨੇ ਅਜਲਾਸ ਤੋਂ ਪਹਿਲਾਂ ਦੀ ਪ੍ਰਕਿਰਿਆ ਹੋਊਗੀ ਤੇ ਡੈਲੀਗੇਟ ਅਜਲਾਸ ਦੇ ਵਿੱਚ ਉਹ ਉਮੀਦਵਾਰ ਹੋ ਸਕਦੇ ਨੇ ਦੁਬਾਰਾ ਇਹਦੇ ਨਾਲ ਜਿਹੜੀ ਦਰਮਿਆਨ ਵਾਲੀ ਸਥਿਤੀ ਆ ਜਿਹਦੇ ਵਿੱਚ ਸੁਖਵੀਰ ਜੀ ਪ੍ਰਧਾਨ ਨਹੀਂ ਰਹਿਣਗੇ ਫਿਰ ਉਹ ਪ੍ਰਧਾਨ ਨਾ ਰਹਿਣ ਵਾਲੀ ਸਥਿਤੀ ਨਹੀਂ ਹੁੰਦੀ ਉਹ ਨਾ ਹੋ ਕੇ ਵੀ ਹੋਣਗੇ ਜੀ ਔਰ ਇਹ ਅੰਦਾਜ਼ਾ ਹੀ ਹੋਊਗਾ ਕਿ ਹਰ ਚੀਜ਼ ਸਕ੍ਰਿਪਟਡ ਆ ਵੀ ਐ ਹੋ ਰਿਹਾ ਤੇ ਇਹਨੇ ਅਖੀਰ ਦੇ ਵਿੱਚ ਇੰਜ ਹੋ ਜਾਣਾ ਉਹ ਇਸ ਤਰੀਕੇ ਨਾਲ ਜੇ ਸਕ੍ਰਿਪਟ ਨੂੰ ਲੋਕ ਪੜ ਲੈਣਗੇ ਪੂਰੀ ਨੂੰ ਖਬਰ ਵੀ ਬੇਅਸਰ ਹੋ ਜਾਂਦੀ ਆ ਇਹ ਸਾਰੀ ਪ੍ਰਕਿਰਿਆ ਵੀ ਬੇਮਾਨੇ ਹੋ ਜਾਂਦੀ ਆ ਤੇ ਇਹਦੇ ਵਿੱਚੋਂ ਫਿਰ ਫਾਇਦਾ ਕੀ ਹੁੰਦਾ ਮੈਂ ਤੁਹਾਡੇ ਕੋਲੋਂ ਸਮੁੱਚਤਾ ਚ ਸਮਝਾ ਕਿ ਫਿਰ ਤਾਂ ਸਟੇਟਸ ਕੋਈ ਬਣਿਆ ਰਹਿੰਦਾ ਹੈ ਨਾ ਜੀ ਫਿਰ ਤਾਂ ਅਕਾਲ ਤਖਤ ਸਾਹਿਬ ਤੋਂ ਹੋਣ ਵਾਲੀਆਂ ਕਾਰਵਾਈਆਂ ਅਕਾਲ ਤਖਤ ਸਾਹਿਬ ਤੋਂ ਹੋਣ ਵਾਲੇ ਫੈਸਲੇ ਫਿਰ ਪਾਰਟੀ ਸਟੇਟਸ ਕੋਚ ਹੀ ਹੈ ਤਾਂ ਉਹਨੂੰ ਫਾਇਦਾ ਜਾਂ ਨੁਕਸਾਨ ਇਹ ਸਥਿਤੀ ਨੂੰ ਭੰਪਣਾ ਕੋਈ ਔਖਾ ਨਹੀਂ ਹੁੰਦਾ ਜਿਵੇਂ ਅਕਾਲ ਤਖਤ ਸਾਹਿਬ ਤੇ ਚੱਲੇਗੇ ਪ੍ਰੋਸੀਡੀਅਮ ਬਣਾ ਕੇ ਬੰਗ ਜਾਣਾ ਨਿਮਾਣੇ ਸਿੱਖ ਦੇ ਤੌਰ ਤੇ ਬਾਕੀ ਵੀ ਜਾਣਗੇ ਜਸਦਰ ਸਾਹਿਬ ਜੋ ਵੀ ਕਰਨ ਕੋਈ ਇੱਕ ਧਾਰਮਿਕ ਸਾਈਡ ਹੈ ਦੀ ਧਾਰਮਿਕ ਸਾਈਡ ਚਲੋ ਪਰਸਨਲ ਸੰਖਰੂ ਹੋ ਜਾਂਦਾ ਬੰਦਾ ਕਹਿ ਦਿੰਦਾ ਇੱਕ ਦਲੀਲ ਬਣ ਜਾਂਦੀ ਆ ਤੁਹਾਡੇ ਕੋਲ ਵੀ ਅਸੀਂ ਹੋਰ ਕੀ ਕਰੀਏ ਜਾਂ ਵੀ ਆਏ ਦੂਜੀ ਜਿਹੜੀ ਪੋਲੀਟੀਕਲ ਸਾਈਡ ਐ ਦੀ ਤੇ ਉਹ ਤਾਂ VOTER ਐ ਤੇ ਉਹ ਸੰਗਤ ਐ ਤੇ ਉਹ ਪੰਥ ਐ ਜਿਹੜਾ ਉਹ ਅਸਵੀਕਾਰ ਕਰਦਾ ਜਾਂ ਨਹੀਂ ਕਰਦਾ ਉਹਨਾਂ ਨੇ ਇਕੱਲੇ ਪੰਥ ਓਵਰਾਲ ਪੰਥ ਨੇ ਨਹੀਂ ਜਿਹੜੀ ਅਕਾਲੀ ਦਲ ਦੀ ਜਿਹਨੂੰ ਰੀਡ ਦੀ ਹੱਡੀ ਵਾਰ-ਵਾਰ ਕਿਹਾ ਜਾਂਦਾ ਸਟੇਜਾਂ ਤੋਂ ਲੋਕ ਕੇ ਸਾਡਾ ਵਰਕਰ ਐ ਇਹ ਸਾਡੇ ਲੋਕਲ ਜਥੇਦਾਰੀ ਸਿਸਟਮ ਐ ਜਿਹੜਾ ਕਾਲੀਦਲ ਦੀ ਰੀੜ ਦੀ ਹੱਡੀ ਹੈ ਉਹ ਰੀੜ ਦੀ ਹੱਡੀ ਕਹਿ ਰਹੀ ਹੈ ਜੀ ਨੇ ਬਾਰ-ਬਾਰ ਜਦੋਂ ਇਹਨਾਂ ਨੇ ਜਦੋਂ ਵੀ ਪੁੱਛਣ ਦੀ ਟਰਾਈ ਕੀਤੀ ਔਰ ਜਿਹੜੀ ਵੀ ਰਿਪੋਰਟ ਆਈ ਤੇ ਰਿਪੋਰਟਾਂ ਦੇ ਵਿੱਚ ਇਹ ਆਈ ਕਿ ਨਹੀਂ ਜੀ ਉੱਪਰਲਾ ਸਾਨੂੰ ਨਹੀਂ ਚਾਹੀਦੇ ਚਿਹਰੇ ਹੁਣ ਜਿਹੜੇ ਸਾਡੇ ਉੱਪਰ ਹੈਗੇ ਇਹਨਾਂ ਤੋਂ ਬਿਨਾ ਅਸੀਂ ਵੋਟ ਇਹ ਜੇ ਰਹਿਣਗੇ ਅਸੀਂ ਵੋਟ ਨਹੀਂ ਪਾਵਾਂਗੇ ਅਸੀਂ ਸਰਗਰਮੀ ਨਹੀਂ ਕਰਾਂਗੇ ਅਸੀਂ ਨਹੀਂ ਤੁਰਾਂਗੇ باوجود ਦੇ ਦੇ ਕਿ ਅਸੀਂ ਪੰਥਕਾ باوجود ਦੇ ਦੇ ਕਿ ਅਸੀਂ ਅਕਾਲੀ ਆ ਬਾਵਜੂਦ ਇਹ ਦੇ ਕੇ ਸੇ ਕਾਲੀਦਾਨ ਨੂੰ ਵੱਡਾ ਹੋਣਾ ਦੇਖਣਾ ਚਾਹੁੰਦੇ ਆ ਇਹਦੇ ਬਾਅਦੂਦ ਇੱਕ ਜਿੱਦ ਹੋ ਜਾਂਦੀ ਆ ਦੋਨੇ ਪਾਸਿਆਂ ਤੋਂ ਹੁਣ ਜਿੱਦ ਚ ਨੁਕਸਾਨ ਕੀਦਾ ਹੁੰਦਾ ਓਵਰ ਆਲ ਵੀ ਸਟੇਟ ਦਾ ਹੁੰਦਾ ਓਨਾ ਵਰਕਰਾਂ ਦਾ ਵੀ ਹੁੰਦਾ ਜਿਹੜੇ ਤਨੋਂ ਮਨੋਂ ਸੋਹਰਦਤਾ ਦੇ ਨਾਲ ਬਿਨਾ ਕਿਸੇ ਨਾਲ ਚ ਜੁੜੇ ਹੁੰਦੇ ਨੇ ਘਟੋ ਘਟ ਮੈਂਟਲ ਮਨੋਵਿਗਿਆਨਕ ਲਾਸ ਉਹਨਾਂ ਦਾ ਵੀ ਬਥੇਰਾ ਹੁੰਦਾ ਉਹਨਾਂ ਦਾ ਵੀ ਪ੍ਰਾਈਡ ਹੁੰਦਾ ਇੱਕ ਪਰ ਵੱਡਾ ਨੋਸਤਾ ਉਹਨੂੰ ਹੋਏਗਾ ਨਾ ਜਿਹੜਾ ਉੱਪਰ ਬੈਠਾ ਮੰਨਦਾ ਨਹੀਂ ਜਿਹੜਾ ਆਪਣੀ ਰੀੜ ਦੀ ਹੱਡੀ ਨਾਲ ਸੌ ਖੋਝੜਦਾ ਜਦੋਂ ਰੀਡ ਦੀ ਹੱਡੀ ਟੁੱਟਦੀ ਆ ਤਾਂ ਪੈਰਾਂ ਤੇ ਖੜਾ ਨਹੀਂ ਹੋਇਆ ਜਾਂਦਾ ਬਾਰ-ਬਾਰ ਇਹ ਪ੍ਰੋਬਲਮ ਹੋਰ ਹੈ ਇਹ ਬਾਰ-ਬਾਰ ਰੀਡ ਦੀ ਹੱਡੀ ਆਪਰੇਟ ਕਰਾ ਕੇ ਖੜਾ ਹੋਣ ਦੀ ਪੋਜੀਸ਼ਨ ਪੈਦਾ ਕਰਨਾ ਚਾਹੁੰਦਾ ਸ੍ਰੋਬਣੀ ਅਕਾਲੀ ਦੰਦ ਦੀ ਲੀਡਰਸ਼ਿਪ ਕਿ ਸ਼ਾਇਦ ਇਸੇ ਤਰੀਕੇ ਨਾਲ ਚੱਲ ਜੇ ਐਸੇ ਤਰੀਕੇ ਨਾਲ ਚੱਲ ਜੇ ਬਾਰ-ਬਾਰ ਇੱਕ ਗੱਲ ਇੱਕ ਕਦਮ ਇੱਧਰ ਇੱਕ ਕਦਮ ਇੱਧਰ ਉਹ ਇੱਕ ਅਲੱਗ ਗੱਲ ਉਹ ਥਾਟ ਪ੍ਰੋਸੈਸ ਹੋਰਾਂ ਚ ਚੱਲਣਾ ਹੈ ਔਰ ਜਿੰਨੀਆਂ ਵੀ ਚੀਜ਼ਾਂ ਇਹ ਦੇਖਣਗੇ ਜਦੋਂ ਬੇਪਰੋਸਗੀ ਹੋਈ ਹੋਵੇ ਨਾ ਉਦੋਂ ਤੁਹਾਡੀ ਕੰਮ ਦੀ ਗੱਲ ਵੀ ਇੱਕ ਅੰਦੀ ਵਿੱਚ ਹੋਵੇ ਉਹਦੇ ਤੇ ਵੀ ਜ਼ਿਕਰ ਕੋਈ ਨਹੀਂ ਕਰਦਾ ਉਹ ਕਹਿੰਦੇ ਨਹੀਂ ਇਹ ਗੱਲ ਹੀ ਨਹੀਂ ਤਾਂ ਰੌਲਾ ਹੀ ਫਲੈਟ ਹੋ ਕੇ ਆਉਂਦਾ ਹੈ ਰੌਲਾ ਹੀ ਕਮਰ ਦਰ ਬਿੰਗਣ ਹੋ ਜਾਂਦਾ ਜਿਹੜਾ ਹੁਣ ਇਹਨਾਂ ਨੇ ਇਜਲਾਸ ਬਣਾ ਲਿਆ ਤਣਦੰਦ ਨਾਰਮਲੀ ਜਦੋਂ ਇਜਲਾਸ ਐਮਰਜੈਂਸੀ ਵੇਲੇ ਬਣਾਏ ਜਾਂਦੇ ਨੇ ਜਦੋਂ ਕੋਈ ਰੌਲਾ ਲੀਡਰਸ਼ਿਪ ਚ ਪੈ ਜੇ ਜਮਾਤ ਚ ਇਧਰ ਉਧਰ ਕਰਨਾ ਹੋਵੇ ਪਰ ਜਿਹੜਾ ਰੁਟੀਨ ਚ ਇਜਲਾਸ ਬਣਾਏ ਜਾਂਦੇ ਉਹਦਾ ਤਰੀਕਾ ਘਾਰੇ ਹੁੰਦਾ ਕਿ ਹਰ ਇਜਲਾਸ ਨਵੀਂ ਮੈਂਬਰਸ਼ਿਪ ਕੱਟਣ ਤੋਂ ਬਾਅਦ ਉੱਪਰ ਤੱਕ ਦੀਆਂ ਚੋਣਾਂ ਦੇ ਰਾਹੀਂ ਫਿਰ ਉਸ ਡੈਲੀਗੇਟ ਜਨਾਜ਼ ਤੱਕ ਪਹੁੰਚਾਇਆ ਜਾਂਦਾ ਹੈ ਇਹ ਜਿਹੜਾ ਤਰੀਕਾ ਕਰਾ ਹੈ ਇਹ ਉੱਪਰੋਂ ਹੀ ਨੋਮੀਨੇਸ਼ਨ ਟਾਈਪ ਜਲਾਸਦਾ ਜਿਹੜਾ ਗਨ ਹੈ ਇਹਦੇ ਵਿੱਚ ਕੁਝ ਵੀ ਫਰੈਸ਼ ਨਹੀਂ ਹੈ ਅਕਾਲੀ ਦਲ ਦੇ ਉਸ ਸੈਟਅਪ ਦੇ ਮਤਵਕ ਕੇ 2 ਮਹੀਨੇ 4 ਮਹੀਨੇ 6 ਮਹੀਨੇ ਜਿੰਨਾ ਤੋਂ ਸਮਾਂ ਦੇਣਾ ਹੈ ਕਿ ਪਹਿਲਾਂ ਆਹ 2 ਮਹੀਨੇ ਮੈਂਬਰਸ਼ਿਪ ਕੱਟੀ ਜਾਊਗੀ ਫਿਰ ਬਲਾਕਾਂ ਦੀਆਂ ਤਹਿਸੀਲਾਂ ਦੀਆਂ ਜਥੇਦਾਰੀ ਦੀਆਂ ਚੋਣਾਂ ਹੋਣਗੀਆਂ ਫਿਰ ਜ਼ਿਲ੍ਹਾ ਜਥੇਦਾਰੀ ਤੱਕ ਚੋਣਾਂ ਹੋਣਗੀਆਂ ਉਦੋਂ ਬਾਅਦ ਫਿਰ ਇੱਕ ਡੈਲੀਗੇਟ ਜਲਾਸ ਹੋਏਗਾ ਫਿਰ ਉੱਚ ਮੈਂ ਵੀ ਲੀਡਰਸ਼ਿਪ ਚੁਣੀ ਜਾਏਗੀ ਇੱਕ ਤਾਂ ਉਹ ਤਰੀਕਾ ਇਹ ਦੋਨੋਂ ਤਕਰੀਕ ਤਰੀਕੇ ਟਕਰਾ ਰਹੇ ਨੇ ਆਪਸ ਦੇ ਵਿੱਚ ਉਹ ਤਰੀਕਾ ਇਹ ਹੋਏਗਾ ਕਿ ਜਿਹੜੇ ਨਵੇਂ ਲੋਕ ਆਉਣਗੇ ਚੁਣ ਕੇ ਠੇਠਾ ਤੋਂ ਉੱਪਰ ਤੱਕ ਇੱਕ ਤਾਂ ਹੁਣ ਤੱਕ ਦੇ ਜਿਹੜਾ ਜਥੇਦਾਰ ਸਾਰੇ ਨਾਮਿਨੇਟਡ ਨੇ ਹੁਣ ਤੱਕ ਦੇ ਹਲਕਾ ਜਰ ਜਿਹਨੂੰ ਮਰਜ਼ੀ ਕੱਢਦਾ ਜਿਹੜਾ ਨਾਮਿਨੇਟ ਕਰਤਾ ਨਾਮਿਨੇਟਡ ਨੇ ਹੁਣ ਤੱਕ ਦੀ ਕੋਰ ਕਮੇਟੀ ਤੇ ਵਰਕਿੰਗ ਕਮੇਟੀ ਤੁਸੀਂ ਉਹੇ ਜਿਹੀ ਬਣਾ ਲਈ ਵਿੱਚ ਜਿਹੜੇ ਲੰਘੇ ਕੱਢਤੇ ਤੇ ਉਹਨਾਂ ਦੀ ਜਗ੍ਹਾ ਨਾਮਿਨੇਟ ਕਰ ਲੇ ਹੋਰ ਤੱਕ ਦੇ ਡੈਲੀਗੇਟ ਤੁਸੀਂ ਜਿਹੜੇ ਨਹੀਂ ਤੁਹਾਡੇ ਕੋਲ ਹੈਗੇ ਜਿਹੜੇ ਉਦੋਂ ਦੇ ਨਹੀਂ ਚੁਣੇ ਹੋਏ ਬਾਅਦ ਦੇ ਨੂੰ ਨਾਮਿਨੇਟਡ ਇਹ ਫਰੈਸ਼ ਪਾਰਟੀ ਦਾ ਝਲਕ ਕਿਵੇਂ ਦੇ ਦੂਗੀ ਕੋਈ ਵੀ ਇਹ ਮੰਨਣ ਜੋ ਕਿਵੇਂ ਹੋਏਗਾ ਉਹ ਸਾਰੇ ਮਾਮਲੇ ਦੇ ਵਿੱਚ ਇਸ ਕਰਕੇ ਬਹੁਤ بڑا ਇੱਕ ਹਾੜਡਲ ਹੋਏਗੀ ਉਹ ਨਿਮਾਨਤਾ ਦਾ ਮਤਲਬ ਤਾਂ ਇਹ ਹੁੰਦਾ ਜਿਸ ਵੀ ਤਰੀਕੇ ਨਾਲ ਲੋਕ ਚਾਹੁੰਦੇ ਨੇ ਮਾਨਤਾ ਤਾਂ ਮਿਲਦੀ ਹੈ ਕਿ ਜੇਕਰ ਵੱਡਾ ਬੰਦਾ ਜਿਹੜਾ ਪਰਿਵਾਰਵਾਦ ਦਾ دوست ਸੀ ਮੈਂ ਕਾਂਗਰਸ ਤੇ ਲੱਗਦਾ ਇਹ ਨਹੀਂ ਕਿ ਕਾਂਗਰਸ ਬਹੁਤ ਵਧੀਆ ਪਾਰਟੀ ਹੋਗੀ ਸਾਰਾ ਕੁਝ ਉਹਨੇ ਚੇਂਜ ਕਰ ਲਿਆ ਜੀ ਪਤਾ ਨਹੀਂ ਕੀ ਹੋ ਗਿਆ ਕੁਝ ਨਹੀਂ ਪਰ ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਜਦ ਤੋਂ ਰੌਲਾ ਚੱਲਦਾ ਸੀ ਉਹ ਗਰੁੱਪ 23 ਦਾ ਜਿਹੜਾ ਜਿਹੜਾ ਬੇਸਿਕ ਫੱਡਾ ਸੀ ਕਿ ਦੁਬਾਰਾ ਇਲੈਕਸ਼ਨ ਕਰਾਓ ਐ ਕਰੋ ਦੋ ਵਾਰ ਤੋਂ ਵੱਧ ਨਹੀਂ ਹੋਣਾ ਕਹਿੰਦੇ ਸਾਰਾ ਉੱਥੇ ਵੀ ਪੱਗਾ ਸੀ ਲਗਾਤਾਰ ਉਹ ਪਰਿਵਾਰਕ ਪਾਰਟੀ ਇੱਕ ਲੈਵਲ ਦੀ ਸੀ ਹੁਣ ਵੀ ਉਸ ਪਰਿਵਾਰ ਦੇ ਤਿੰਨ ਜੀ ਮੈਂਬਰ ਪਾਰਲੀਮੈਂਟ ਨੇ ਰਾਜ ਸਭਾ ਚਾਹ ਦੋ ਪਾਰਲੀਮੈਂਟ ਦੇ ਵਿੱਚ ਪਰ ਉਹਨਾਂ ਨੇ ਮੌਕਾ ਦਿੱਤਾ ਜਿਹੜਾ ਮਰਜ਼ੀ ਖੜਾ ਹੋ ਜਾਏ ਜੀ ਭਾਵੇਂ ਅੰਦਰ ਖਾਤੇ ਉਹਨਾਂ ਦਾ ਕੈਂਡੀਡੇਟ ਸੀਗੇ ਖੜ ਗਏ ਸਾਬ ਤੇ ਜਿੱਸ ਅਸੀਂ ਥਰੂ ਚੋਣ ਲੜਦੇ ਨੇ ਤਾਂ ਦੋਨਾਂ ਚ ਮੌਕਾ ਸਸਿ ਥਰੂ ਸੀਡਬਲਯੂ 3 ਸੀਚ ਪਾਏ ਜਾਂਦੇ ਨੇ ਮਣੁਕੇ ਫੇਰ ਇਹ ਨਹੀਂ ਆ ਕਿ ਰਾਜੇ ਸਾਹਿਬ ਤੋਂ ਵਿਰੋਧੀ ਆ ਫਿਰ ਹੁਣ ਤੇਰਾ ਚੋਣ ਕੇ ਮੈਨ ਲੜੀ ਤੇਰਾ ਬਾਕੀ ਚ ਇੰਜਾਂ ਕੀ ਨੇ ਇਹਨੂੰ ਲਿਆਉਂਦਾ ਤੇ ਖੜ ਕੇ ਆਏ ਜੇ ਪ੍ਰਧਾਨ ਨੇ ਪਰਿਵਾਰ ਨੇ ਨਾਲ ਕੀਤਾ ਕਿ ਸਾਡੇ ਚੋਂ ਪ੍ਰਧਾਨ ਦਾ ਕੈਂਡੀਡੇਟ ਕੋਈ ਨਹੀਂ ਤਾਂ ਇੱਕ ਲੈਵਲ ਤੇ ਲੋਕ ਰਿਆਇਤ ਕਰਦੇ ਨੇ ਯਾਰ ਇੰਨਾ ਤਾਂ ਹੋ ਗਿਆ ਚਲੋ ਬਾਕੀ ਦੇਖੀ ਜਾਈਓ ਸ਼ਾਇਦ ਅੱਗੇ ਕਿਵੇਂ ਬੰਦਾ ਅੱਜ ਵੀ ਪਾਵਰਫੁਲ ਤਾਂ ਰੌਣ ਗਾਂਧੀ ਹੁਣਾਂ ਹੀ ਹੈ ਨਾ ਆਏ ਜੇ ਲੀਡਰ ਜੇਕਰ ਕੋਈ ਇੱਕ ਲੀਡਰ ਸਭ ਤੋਂ ਪਾਵਰਫੁਲ ਦੇਖਿਆ ਜਾਏ ਤਾਰਾਹਨ ਗਾਂਧੀ ਐ ਕਾਂਗਰਸ ਦੇ ਜੋ ਮਾਰ ਕੀ ਕਹੀ ਅਸੀ ਪ੍ਰਧਾਨ ਖੜਗੇ ਸਾਹਿਬ ਦੇ ਬਾਕੀ ਨੇ ਪਰ ਫਿਰ ਵੀ ਉਹਦਾ ਵੀ ਪੱਕਾ ਫਰਕ ਦੇਖਿਆ ਜਾ ਰਿਹਾ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਉਂਕਿ ਆਫੀਸ਼ੀਅਲ ਮਾਮਲਿਆਂ ਦੇ ਵਿੱਚ ਜਦੋਂ ਵੀ ਹੋਣਾ ਸਭ ਤੋਂ ਲਾਸਟ ਚ ਬੋਲਣਾ ਖੜਗੇ ਉਹ ਨਹੀਂ ਬੋਲਣਗੇ ਕੋਈ ਅਨਾਉਂਸਮੈਂਟ ਕਰਾਉਣੀ ਆ ਖੜਗੇ ਕਰ ਦਿੰਦੇ ਨੇ ਬਾਕੀ ਚੀਜ਼ਾਂ ਨੇ ਜਿਸ ਲੈਵਲ ਦੀਆਂ ਚੀਜ਼ਾਂ ਨੇ ਉਹ ਹੁੰਦੀਆਂ ਨੇ ਉਹਨਾਂ ਨਾਲ ਵੀ ਇੱਕ ਫਰਕ ਪੈਂਦਾ ਇਸ ਲਈ ਅਕਾਲੀ ਦਲ ਦੇ ਅੰਦਰ ਵੀ ਉਹ ਇਹ ਦੇਖਣਾ ਚਾਹੁੰਦੇ ਨੇ ਜਿਹੜੀ ਨਾ ਕੇਵਲ ਕੱਲੇ ਸੁਖਵੀਰ ਸਿੰਘ ਬਾਦਲ ਜਿਹੜੀ ਟੋਟਲ ਕੋਰ ਕਮੇਟੀ ਪੀਏਸੀ ਜਿਹੜੇ ਉਦੋਂ ਮਨਿਸਟਰ ਰਹੇ ਜਿਹੜੇ ਉਦੋਂ ਵੱਡੇ ਅਹੁਦੇ 'ਤੇ ਰਹੇ ਉਹ ਸਾਰਿਆਂ ਨੂੰ ਇੱਕ ਵਾਰ ਸਾਈਡਲਾਈਨ ਕੀਤਾ ਜਾਣਾ ਲੋਚਦੀ ਹੈ ਜਿਹੜੀ ਰੀਅਲ ਚੂੰਦਾ ਕਮੇਟੀ ਦੀ ਰਿਪੋਰਟ ਦੀ ਲੋਕਾਂ ਦੀ ਆਵਾਜ਼ ਹੈ ਇਹਨਾਂ ਦੇ ਕੇਂਦਰ ਦੀ ਆਵਾਜ਼ ਹੈ ਇਹਨਾਂ ਦੀ ਰੀੜ ਦੀ ਹੱਡੀ ਦੀ ਆਵਾਜ਼ ਉਹ ਹੁਣ ਲੈ ਕੇ ਜਾਣਾ ਨਹੀਂ ਜਾਣਾ ਇਹ ਅਕਾਦਿਦਾਂ ਦਾ ਮਾਮਲਾ ਹੈ ਇਹ ਤਾਂ ਅੰਦਰੂਨੀ ਮਾਮਲਾ ਹੈ ਜੀ ਅੰਦਰੂਨੀ ਮਾਮਲੇ ਅੱਜ ਫਿਰ ਇਹ ਹੁੰਦਾ ਤੁਸੀਂ ਖੜੇ ਹੋਣਾ ਹੈ ਜਾਂ ਨਹੀਂ ਹੋਣਾ ਇਹ ਤੁਹਾਡੀ ਆਪਣੀ ਚੁਆਇਸ ਹੁੰਦੀ ਹੈ ਵੈਸੇ ਵੈਸੇ ਕਿਤੇ ਬਾਹਰ ਨਹੀਂ ਦੀ ਚੁਆਇਸ ਨਹੀਂ ਵੈਸੇ ਸਦਾ ਹਮੀਰ ਸਿੰਘ ਜੀ ਇੱਕ ਸਵਾਲ ਤਾਂ ਇੱਥੇ ਵੀ ਐਡਰੈਸ ਕਰਨ ਵਾਲਾ ਨਾ ਵੀ ਜੇ ਮੰਨ ਲਓ ਅਸਤੀਫਾ ਦੇਣ ਦਾ ਮਨ ਕਿਤੇ ਬਾਣੀ ਗਿਆ ਇਹੀ ਤੋਂ ਮੰਗ ਰਹੇ ਸੀ ਜਿਹੜੇ ਬਾਹਰ ਕੱਢਤੇ ਇਹੀ ਤਾਂ ਉਹ ਵਿਚਾਰੇ ਹੁਣ ਸੁਧਾਰ ਲੈਰ ਬਣਾ ਕੇ ਜਾਂ ਉਹਨਾਂ ਨੇ ਬਾਕੀ ਕਾਰਵਾਈਆਂ ਕਰਨੀਆਂ ਤੇ ਉਹਨਾਂ ਨੂੰ ਹੀ ਆਵਾਜ਼ ਮਾਰ ਲੈਣ ਤੇ ਉਹ ਤਰੋਜ਼ ਅਜੇ ਵੀ ਕਹੀ ਜਾਂਦੇ ਜਦੋਂ ਕੋਈ ਕਿਸੇ ਨਾਲ ਇੰਟਰਵਿਊ ਦੇ ਰਹੇ ਹੁੰਦੇ ਪ੍ਰੈਸ ਕਾਨਫਰੰਸ ਵੀ ਸੁਖਵੀਰ ਜੀ ਨੂੰ ਜਿੱਦ ਨਹੀਂ ਕਰਨੀ ਚਾਹੀਦੀ ਛੱਡ ਦੇਣਾ ਚਾਹੀਦਾ ਨਮਾਣੇ ਤਾਂ ਮੈਨੂੰ ਲੱਗਦਾ ਉਹ ਵੀ ਅਜੇ ਬਣੇ ਹੋਇਆ ਤੇ ਜੇ ਉਹਨਾਂ ਦੀ ਮੰਗ ਹੀ ਪੂਰੀ ਹੋ ਗਈ ਤੇ ਉਹਨਾਂ ਨੇ ਵੱਖਰੇ ਹੋ ਕੇ ਆਪਣਾ ਚੋਲਾ ਕੱਤ ਉਤਾਉਣਾ ਇਹਨਾਂ ਦੇ ਨਾਲ ਬਿਚਾਰੇ ਤਾਂ ਉਹ ਵੀ ਨਹੀਂ ਮਲਾਈ ਉਹਨਾਂ ਨੇ ਵੀ ਬਹੁਤ ਸਾਰੇ ਉਮੇ ਹੀ ਖਾਦੀ ਹੈ ਤੇ ਉਸੇ ਤੋਂ ਚ ਹਿੱਸੇ ਬਣਾਏ ਨੇ ਕੱਲਾ ਇੰਨੀ ਗੱਲ ਨਹੀਂ ਕਿ ਉਹ ਬੋਲ ਨਹੀਂ ਸਕੇ ਹਮ ਸਰਗਰਮ ਸਮੂਲੀਅਤ ਰਹੀ ਹੈ ਸਾਰੇ ਕੰਮ ਦੇ ਵਿੱਚ ਨਾ ਬੋਲ ਸਕਣਾ ਕਿਸੇ ਦੀ ਕਮਜ਼ੋਰੀਆਂ ਅਲੱਗ ਚੀਜ਼ ਹੁੰਦੀ ਹੈ ਐ ਨਹੀਂ ਗੱਲ ਐਨੇ ਨਾਲ ਕੰਮ ਨਹੀਂ ਚੱਲੂਗਾ ਸਾਰਿਆਂ ਦਾ ਸਾਰਿਆਂ ਨੂੰ ਇਹ ਗੱਲ 'ਚ ਪੱਲਾ ਪਾ ਕੇ ਘਟੋ ਘਟੇ ਕਹਿਣਾ ਪਏਗਾ ਹਾਂ ਐਨੀ ਕਿਰਿਆ ਤੇ ਉਹਨਾਂ ਨੂੰ ਜ਼ਰੂਰ ਚੱਲੀ ਜਾਂਦੀ ਹੈ ਘਟੋ ਘਟ ਰਿਕਾਰਡ ਤੇ ਚੀਜ਼ ਆ ਗਈ ਅਖਾਲ ਤੱਕ ਸਭ ਕੋਲ ਚਲੇ ਗਏ ਉਹ ਚਿੱਠੀ ਲੈ ਕੇ ਨਹੀਂ ਤਾਂ ਪਤਾ ਨਹੀਂ ਪਹਿਲਾਂ ਵੀ ਤਾਂ ਐਨੇ ਸਾਲਾਂ ਤੋਂ ਗੱਲਾਂ ਹੁੰਦੀਆਂ ਆਈਆਂ ਨੇ ਕਦੇ ਰਿਕਾਰਡ ਤੇ ਨਹੀਂ ਆਈ ਕਦੇ ਐਸ ਲੈਵਲ ਦਾ ਨਹੀਂ ਹੋਇਆ ਵੀ ਸ਼ਾਇਦ ਹੋਣ ਮਾਮਲਾ ਕਲੋ ਕਲੋਜ਼ਰ ਵੱਲ ਨੂੰ ਵੱਧ ਰਿਹਾ ਹੈ ਉਧਰ ਜਾਊਗਾ ਪੰਥ ਵਿਚਾਰ ਕਰਊਗਾ ਜਥੇਦਾਰ ਸਾਹਿਬਾਂ ਨਾਲ ਵਿਚਾਰ ਕਰਨਗੇ ਇੰਨਾ ਕੁ ਜਿਵੇਂ ਵਾਦਾ ਪਾਸਪਾਸ ਨਾਲ ਕਰਦੇ ਨੇ ਨਾ ਲੋਕ ਇੰਨੇ ਹੀ ਉਹਨਾਂ ਦੀ ਹੈ ਥੋੜੇ ਜੀ ਪਹਿਲ ਕਦਮੀ ਕੰਪੈਰੀਟਿਵਲੀ ਇੰਨੇ ਕੁ ਰਿਆਦ ਦਾ ਕੁਐਸਚਨ ਹੈ ਪਰ ਰੌਲਾ ਇਹ ਨਹੀਂ ਹੈ ਕਿ ਉਹ ਕਹਿਣ ਵੀ ਲੋਕਾਂ ਨੂੰ ਉਹਨਾਂ ਚੋਂ ਕਿਸੇ ਨੂੰ ਮੰਨ ਲਿਆ ਜਾਊਗਾ ਜੇ ਸੁਖਵੀਰ ਸਿੰਘ ਬਾਦਲ ਨੂੰ ਨਹੀਂ ਮੰਨਿਆ ਜਾਊਗਾ ਉਹ ਫਰੈਸ਼ ਲੀਡਰਸ਼ਿਪ ਜਿਹਦੇ ਤੇ ਜਿਹਨੂੰ ਇਹ ਲੱਗੂਗਾ ਕਿ ਨਹੀਂ ਇਹਦੇ ਤੇ ਕੋਈ ਇਹ ਬਿਲਕੁਲ ਕੰਪੈਰੀਟੇਬਲੀ ਬੈਟਰ اور ਫਰੈਸ਼ ਆਈ ਹੈ ਇਹਦੇ ਤੇ ਉਹ ਪੁਰਾਣੇ ਐਲੀਗੇਸ਼ਨ ਕੋਈ ਨਹੀਂ ਹੈ ਜਿਹੜੇ ਵੀ ਲੱਗਦੇ ਰਹੇ ਨੇ ਹੁਣ ਤੱਕ ਦੇ ਸ਼ਾਇਦ ਉਹ ਕੋਈ ਮੋੜਾ ਪਾ ਦੇਣ ਉਹ ਚੀਜ਼ਾਂ ਕਿਸ ਨਾ ਕਿਸੇ ਰੂਪ ਨੇ ਵਿੱਚ ਇਹ ਲੱਗਦਾ ਹੈ ਕਿ ਜੇ ਲੋਕਾਂ ਨੇ ਫਿਰ ਹੈਪਿਕੈਂਡ ਚੂਜ਼ ਕਰਨੀਆਂ ਕਿ ਇਹਨਾਂ ਚੋਂ ਕੋਈ ਕੱਢ ਕੇ ਚੋਣ ਲੈਣਾ ਤੇ ਉਹਨੂੰ ਮੰਨ ਲੈਣਾ ਫਿਰ ਤਾਂ ਟੋਟਲ ਲੀਡਰਸ਼ਿਪ ਦੇ ਸਤੀਫੇ ਵਾਲੀ ਮੰਗ ਦਾ ਕੋਈ ਮਤਲਬ ਨਹੀਂ ਬਣਦਾ ਨਾ ਫਿਰ ਤਾਂ ਠੀਕ ਹੈ ਫਿਰ ਤੁਸੀਂ ਇੱਕ ਇੱਕ ਕੱਲੇ ਪ੍ਰਧਾਨ ਦੀ ਦੀ ਗੱਲ ਬਣਦੀ ਹੈ ਜੀ ਤੇ ਜੇ ਓਵਰਆਲ ਜਿਹੜੀਆਂ ਚੀਜ਼ਾਂ ਨੇ ਦੇਖਦੇ ਹਾਂ ਅਸੀਂ ਕਿੰਨਿਆਂ ਨੇ ਪਰਿਵਾਰਾਂ ਚ ਉਹਦੇ ਵੱਡੇ ਕਿੰਨਿਆਂ ਨੇ ਟਿਕਟਾਂ ਮਾਰਨੀਆਂ ਪਰਿਵਾਰਾਂ ਦੇ ਅੰਦਰ ਔਰ ਜਾਇਦਾਦਾਂ ਦੀ ਕਿਸ ਰੇਸੋ ਨਾਲ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੋਈ ਹੈ ਵੱਖ-ਵੱਖਾਂ ਦੀ ਹਰੇਕ ਦੀ ਹਰੇਕ ਦਾ ਮੌਜੂਨਾ ਕਰਾਇਆ ਜਾ ਸਕਦਾ ਜੇ ਕਰੋਨਾ ਹੋਵੇ ਕੋਈ ਇੱਕ ਦਾ ਸਵਾਲ ਨਹੀਂ ਇਹ ਪੋਲਿਟਿਕਸ ਹੀ ਉਧਰ ਲੈ ਕੇ ਜਾ ਰਹੀ ਹੈ ਸਾਰੇ ਪੋਲਿਟਿਕਸ ਇਨਵੋਲ ਬਣੇ ਇਕੱਲੇ ਇੱਕ ਵਿਅਕਤੀ ਦਾ ਇੱਕ ਪਾਰਟੀ ਦਾ ਕੁਐਸਚਨ ਨਹੀਂ ਹੈ ਜੀ ਉਹ ਫਿਰ ਪੋਲਿਟੀਕਲ ਵੀ ਅਲਟਰਨੇਟਿਵ ਮਾਡਲ ਹੁੰਦਾ ਕਾਦੀਆਂ ਦਾ ਪੁਰਾਣਾ ਮਾਡਲ ਕਾਦੀਆਂ ਦਾ ਜਿਦੇ ਵਿੱਚ ਮਾਸਟਰ ਤਾਰਾ ਸਿੰਘ ਵਰਗੇ ਯਾਨੀ ਕਰਤਾਰ ਸਿੰਘ ਵਰਗੇ ਜਿਹੜੇ ਵਕ ਵਕ ਟਾਈਪ ਦੇ ਲੋਕ ਨੇ ਇਹ ਮਤਲਬ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ ਪੈਸੇ ਪੂਸੇ ਨਾਲ ਜਾਉਣ ਜਾਣ ਦਾ ਤਰੀਕਾ ਉਹਦੇ ਨਾਲ ਮੈਚ ਕਰਾਂਗੇ ਮੇਰੇ ਖਿਆਲ ਅੱਜ ਦੀ ਸਿਆਸਤ ਜਿੰਨੀ ਮਹਿੰਗੀ ਇਲੈਕਸ਼ਨ ਹੋਊਗੀ ਉਹ ਮੈਚ ਹੋਣਾ ਵੀ ਉੱਥੇ ਤਾਂ ਜਾਇਆ ਹੀ ਨਹੀਂ ਜਾਣਾ ਇਹਨਾਂ ਤੋਂ ਜੋ ਮਰਜੀ ਜ਼ੋਰ ਲਾ ਕੇ ਵੀ ਪਰ ਫਿਰ ਵੀ ਕੋਈ ਫਰਕ ਤਾਂ ਨਜ਼ਰ ਆਉਣਾ ਚਾਹੀਦਾ ਦੂਜੀਆਂ ਪਾਰਟੀਆਂ ਦੇ ਕੰਮਾਂ ਦੇ ਆ ਇੱਕ ਨੈਤਿਕਤਾ ਤੇ ਬਚੀ ਰਹਿਣੀ ਚਾਹੀਦੀ ਐ ਸਦਾ ਜਗਤਾਰ ਸਿੰਘ ਜੀ ਇੱਕ ਟਿੱਪਣੀ ਦਾ ਹੋਰ ਥੋੜੀ ਬਣਦੀ ਆ ਵੀ ਜਦੋਂ ਬਾਦਲ ਸੱਤਾ 'ਚ ਸੀਗੇ ਤਾਂ ਸੂਬੇਦਾਰ ਤੇ ਵੀ ਆਪਣੇ ਆਪਣੇ ਹਲਕਿਆਂ ਦੇ ਸੀ ਢਿੰਡਸਾ ਸਾਹਿਬ ਵੀ ਤੇ ਹੱਥ ਅੱਦਾ ਹੀ ਮਿਲਾਉਂਦੇ ਹੁੰਦੇ ਸੀ ਪਤਾ ਲੱਗਿਆ ਚੰਦੂ ਮਾਜਰਾ ਸਾਹਿਬ ਵੀ ਉਂਗਲਾਂ ਦੋ ਹੀ ਅੱਗੇ ਵਧਾਉਂਦੇ ਸੀਗੇ ਆ ਵੱਖਰੀ ਗੱਲ ਆ ਹੁਣ ਹਿਰਦੇ ਪਰਵਰਤਨ ਹੋ ਗਏ ਸਾਰੀਆਂ ਗੱਲਾਂ ਪਰ ਵੈਸੇ 'ਚ ਦੇਖਿਆ ਜਾਵੇ ਦੂਜੀ ਐਂਗਲ ਜੇਬ ਜੇ ਪ੍ਰੋਸੀਡਿਅਮ ਬਣਾਉਣੀ ਆ ਤਾਂ ਇਧਰਲੇ ਬੰਨੇ ਜਿਹੜੇ ਪ੍ਰੋਸੀਡਿਅਮ ਦੇ ਕਨਵਿਨਰ ਇਹਨਾਂ ਨੂੰ ਮੈਂਬਰ ਉਧਰ ਲੈ ਲੈਣ ਈ ਵਾਲੀ ਬਾਹਰ ਬੈਠਾ ਮਨਪ੍ਰੀਤ ਸੋਂ ਉਹਨੂੰ ਇੱਕ ਲੈ ਲੈਣ ਦੋ ਹੋ ਗਏ ਤੈਨ ਉਧਰਲੇ ਬੰਨੇ ਹੋ ਜਿਹੜੇ ਸਾਫ ਸੋਤਰੇ ਜੇ ਕੋ ਲੱਭ ਕੇ ਲੱਪਣੇ ਵੀ ਪੈਣੇ ਆ ਸਕੈ ਫਿਰ ਉਹਦੇ ਚੋਂ ਤਿੰਨ ਕੋ ਪਾ ਕੇ ਪੰਜ ਦੀ ਪ੍ਰੀਜੀਡੀਅਮ ਬਣਾ ਕੇ ਸਾਰਿਆਂ ਨੂੰ ਕਹਿਣ ਵੀ ਸਖਵੀਰ ਜੀ ਤਾਂ ਹੋ ਗਏ ਪਾਸੇ ਤੇ ਤੁਸੀਂ ਵੀ ਜਿਹੜੇ ਜਿਹੜੇ ਆਪਣੇ ਆਪ ਨੂੰ ਆਪਣੇ ਅੰਦਰ ਹਿਰਦੇ ਚਾਤੀ ਮਾਰ ਕੇ ਮਾੜੇ ਮੋٹے ਮੰਨਦੇ ਹੋ ਵੀ ਸਾਨੂੰ ਵੀ ਪਾਸੇ ਹੋਣਾ ਚਾਹੀਦਾ ਸਾਰੇ ਹੋ ਜੋ ਅਕਾਲੀ ਦਲ ਇਦਾਂ ਅੱਗੇ ਵਧੂਗਾ ਫਿਰ ਡੈਲੀਗੇਟ ਵੀ ਪੂਰੇ ਆਪਣੇ ਹਿਰਦੇ ਦੇ ਵਿੱਚ ਝਾਕਣ ਤੇ ਉਹ ਵੀ ਕਹਿਣ ਵੀ ਹੁਣ ਕੋਈ ਜਿਹੜੇ ਕੁਰਬਾਨੀ ਵਾਲੇ ਬੰਦੇ ਆ ਜਦਾਂ ਉਹਨਾਂ ਨੂੰ ਥੋੜਾ ਥੋੜਾ ਦੇਰ ਲਈ ਕਿਹਾ ਜਾਵੇ ਵੀ ਹਾਂ ਵੀ ਇੱਕ ਬਹਿਸ ਕਰਾ ਲਓ ਜਿੰਨੇ ਪੰਜ ਚਾਰ ਪ੍ਰਧਾਨ ਦੇ ਉਮੀਦਵਾਰ ਹੋਣ ਜਦੋਂ ਉਧਰ ਟਰੰਪ ਤੇ ਬਾਈਡਨ ਸੀ ਲੱਗੇ ਹੋਏ ਤੇ ਬਾਈਡਨ ਨੂੰ ਪਾਸੇ ਹਟਣਾ ਪੈ ਗਿਆ ਆਪ ਵੀ ਹਟਣਾ ਪੈ ਗਿਆ ਨਾ ਲੋਕਾਂ ਦਾ ਪ੍ਰੈਸ਼ਰ ਇੰਨਾ ਹੋ ਜਾਂਦਾ ਸੋ ਇਹਨਾਂ ਦੀ ਪ੍ਰਧਾਨਗੀ ਦੇ ਅਹੁਦੇਦਾਰਾਂ ਨੂੰ ਪਾਸੇ ਹਟਣਾ ਪਵੇ ਆਪਣੇ ਆਪਣੇ ਵਿਜਨ ਦੇਣ ਆਪਣੀ ਆਪਣੀ ਅਕਾਲੀਅਤ ਬਾਰੇ ਦੱਸਣ ਇਸ ਖੇਤੇ ਨਾਲ ਲਗਾਵਰੇ ਦੱਸਣ ਮੈਂ ਵੈਸੇ ਸੁਪਨਾ ਜਿਹਾ ਲੈ ਰਿਹਾ ਜੀ ਤੁਹਾਨੂੰ ਕਿਹੋ ਜਿਹਾ ਆਉਂਦਾ ਸੁਪਨਾ ਜੀ ਕਦੇ ਨਹੀਂ ਮੈਂ ਤਾਂ ਲੱਕ ਲੀਅਰ ਕਰ ਦਿਆ ਬਈ ਕਾਲਜ ਦਾ ਸੁਖਵੀਰ ਜੀ ਦੇ ਪ੍ਰਧਾਨਗੀ ਇਠ ਕਾਰਪੋਰੇਟ ਕੰਪਨੀ ਬਣ ਗਿਆ ਸੀਗਾ ਤੇ ਸੁਖਵੀਰ ਜੀ ਸੀਈਓ ਸੀਗੇ ਮੈਨੂੰ ਇਤਰਾਜ਼ ਆ ਤੁਸੀਂ ਸੀਗੇ ਕਹਿ ਰਹੇ ਹੋ ਨਾ ਮੈਨੂੰ ਸੀਗੇ ਚ ਵਰਤਮਾਨ ਚ ਤੁਹਾਨੂੰ ਲਿਆਉਣਾ ਪੈਣਾ ਜੀ ਮੈਂ ਸੀਈ ਉਹ ਦੀ ਗੱਲ ਕਰ ਰਿਹਾ ਤੁਸੀਂ ਕਹੇ ਸੀਓ ਸੀਗੇ ਮੈਨੂੰ ਲੱਗਦਾ ਵੀ ਉਹ ਪ੍ਰਧਾਨ ਅਜੇ ਹੈਗੇ ਨੇ ਨਹੀਂ ਉਹ ਸੀਈ ਉਹ ਪ੍ਰਧਾਨ ਹੈਗੇ ਆ ਮੈਂ ਸੀਈ ਉਹ ਦੀ ਗੱਲ ਕਰ ਰਿਹਾ ਠੀਕ ਹੈ ਸਰ ਪ੍ਰਧਾਨਗੀ ਤੇ ਸੀਈ ਉਹ ਦੋ ਗੱਲਾਂ ਦਾ ਫਰਕ ਹੈਗਾ ਨਾ ਪ੍ਰਧਾਨ ਤਾਂ ਰਹਿਣਗੇ ਹੁਣ ਕੰਪਨੀ ਫੇਲ ਹੋ ਗਈ ਨਾ ਅੱਛਾ ਉਹ ਤੁਸੀਂ ਉਸ ਐਂਗਲ ਤੋਂ ਕਰ ਰਹੇ ਹੋ ਹਾਂ ਮੈਂ ਤਾਂ ਮੇਰੇ ਤਾਂ ਸਮੱਸਿਆ ਹੋ ਰਹੀ ਇਹ ਜਿਹੜੇ ਬਾਕੀ ਸੱਜਣ ਹੈਗੇ ਆ ਇਹ ਇਹਨਾਂ ਨੇ ਰੌਲਾ ਉਦੋਂ ਪਾਇਆ ਜਦੋਂ ਕੰਪਨੀ ਦਿਵਾਲੀਆ ਹੋ ਗਈ ਤੇ ਇਹਨਾਂ ਇਹਨਾਂ ਦਾ ਵੀ ਨਾਲ ਦਿਵਾਲਾ ਨਿਕਲ ਗਿਆ ਇਹ ਉਸ ਕੰਪਨੀ ਦੇ ਸ਼ੇਅਰਹੋਲਡਰ ਸੀਗੇ ਜਦੋਂ ਸ਼ੇਅਰਹੋਲਡਰ ਨੂੰ ਨੁਕਸਾਨ ਹੋ ਗਿਆ ਕੰਪਨੀ ਦਾ ਦਿਵਾਲਾ ਨਿਕਲਣ ਤੋਂ ਬਾਅਦ ਰੌਲਾ ਪੈ ਗਿਆ ਮੈਂ ਤਾਂ ਉੱਥੇ ਹੀ ਆ ਰਹੇ ਹਾਂ ਵੀ ਕੱਲਾ ਲੀਡਰਸ਼ਿਪ ਤਾਂ ਸੀ ਉਹਦੀ ਸੀਗੀ ਸੀਈ ਉਹ ਵਿਚਾਰਾ ਫੇਲ ਹੋ ਗਿਆ ਮੈਂ ਵਿਚਾਰਾ ਲਫ਼ਜ਼ ਵਰਤ ਰਿਹਾ ਜਦ ਤੱਕ ਤਾਂ ਉਹ ਕੰਪਨੀ ਨੂੰ ਪ੍ਰੋਫਿਟ 'ਚ ਰੱਖੀ ਗਿਆ ਇਹ ਸਾਰੇ ਉਹਦਾ ਕੁਨਕਾਨ ਕਰਦੇ ਸੀ ਹਰ ਜਨਰਲ ਬਾਡੀ ਮੀਟਿੰਗ ਦੇ ਵਿੱਚ ਬਈ ਇਹਦੇ ਵਰਗਾ ਤਾਂ ਸੀਈਓ ਕੋਈ ਨਹੀਂ ਇਹੀ ਕੰਪਨੀ ਨੂੰ ਇੰਨੇ ਉਚਾਈਆਂ ਤੱਕ ਲੈ ਗਈ ਜਦੋਂ ਕੋ ਆਪਣੇ ਡਿੱਗ ਪਈ ਤੇ ਇਹ ਫੇਰ ਰੋਣਾ ਪਾਉਣ ਲੱਗ ਪਿਆ ਵੀ ਇਹਨੇ ਤਾਂ ਸਾਨੂੰ ਫੇਲ ਕਰਤਾ ਆ ਹੋਇਆ ਅਸਲੀ ਸੋ ਇਹ ਉਹ ਛੱਡ ਕੇ ਭੱਜ ਲੈ ਸਾਰੇ ਬਈ ਨਵੇਂ ਕਪੜੇ ਕੋਈ ਬਣਾਓ ਤੇ ਉਸ ਪਾਸਿਓਂ ਫਾਇਦਾ ਲਈਏ ਇੱਕ ਮਸਲਾ ਪੰਥਰ ਦੀ ਸੇਵਾ ਕਰਨ ਦਾ ਨਹੀਂ ਇਹ ਆਪਾਂ ਕਲੀਅਰ ਹੋ ਗਿਆ ਥੋੜਾ ਜਿਹਾ ਇਹ ਇਹ ਕੰਪਨੀ ਬਣਾ ਕੇ ਆਪਣੇ ਫਾਇਦੇ ਲੈਣ ਦੀ ਗੱਲ ਹੈਗੀ ਹੈ ਜਿਹੜੀ ਸਾਡੀ ਸਿਆਸਤ ਹੈ ਨਾ ਇਹ ਹੁਣ ਵਪਾਰ ਦੇ ਵਿੱਚ ਬਦਲ ਚੁੱਕੀ ਹੈ ਹੂੰ ਤੇ ਇਹ ਤੁਹਾਨੂੰ ਬੜਾ ਸਪਸ਼ਟ ਨਜ਼ਰ ਆਉਂਦਾ ਪੰਜਾਬ ਤਾਂ ਖਾਸ ਕਰਕੇ ਇਹਨਾਂ ਦੀਆਂ ਵੱਡੀਆਂ-ਵੱਡੀਆਂ ਜਿਹੜੀਆਂ ਬਿਲਡਿੰਗਾਂ ਕਈ ਥਾਰੇ ਤੁਹਾਨੂੰ ਨਜ਼ਰ ਆ ਜਾਣਗੀਆਂ ਇਹ ਕੰਪਨੀਆਂ ਵਾਲਿਆਂ ਦੀਆਂ ਕਿੰਨੀ-ਕਿੰਨੀ ਜਾਇਰਾਤਾ ਤੁਸੀਂ ਕਿਸੇ ਦੀ ਕਰਾ ਲਓ ਕਿਸੇ ਪਾਰਟੀ ਦੀ ਕਰਾ ਲਓ ਨਾ ਹੁਣ ਆ ਪਾਲੇ ਹੋਣਾ ਇਹ ਜਦੋਂ 5 ਸਾਲ ਪੂਰੇ ਹੋ ਜਾਣਗੇ ਤੁਸੀਂ ਇਹਨਾਂ ਦਾ ਵੀ ਦੇਖ ਲਿਓ ਕੋਈ ਗੱਲ ਨਹੀਂ ਸੋ ਕਾਲੀਦਵਾਲ ਦੀ ਸਵੱਸਿਆ ਇਹ ਵੱਢ ਗਈ ਸੀ ਉਹ ਤਾਂ ਆਪ ਕਹਿਣ ਲੱਗ ਪਏ ਸੀ ਵੀ ਸਾਡਾ ਜਿਹੜਾ ਪਾਰਟੀ ਦਫਤਰ ਹੈ ਨਾ ਇਹ ਇਹ ਕਾਰਪੋਰੇਟ ਆਫਿਸ ਹੈ ਅਸੀਂ ਅਸੀਂ ਤਾਂ ਉਹਦੇ ਇੰਟਰਪ੍ਰੀਟੇਸ਼ਨ ਕਰ ਰਹੇ ਹਾਂ ਹੁਣ ਕੰਪਨੀ ਤਾਂ ਦਿਵਾਲਾ ਨਿਕਲ ਗਿਆ ਸਾਰੇ ਸਹਿਦਾਤਾ ਜਿਹੜੀ ਗੱਲ ਤੁਸੀਂ ਕਹਿੰਨੇ ਬਈ ਇਹ ਪਹਿਲਾਂ ਉਹਨਾਂ ਨਾਲ ਸੀ ਬਿਲਕੁਲ ਨਾਲ ਸੀ ਮੈਂ ਤੋਹੀ ਕਹਿ ਰਿਹਾ ਵੀ ਹਿੱਸੇਦਾਰ ਸੀ ਕਿ ਦੁਆਲਾ ਨਿਕਲ ਗਿਆ ਹੁਣੇ ਪੰਜ ਰਹੇ। ਫੋ ਨਵੇਂ ਕੱਪੜੇ ਬਣਾਉਣਗੇ ਜਿਹੜੇ ਇਹਨਾਂ ਨੂੰ ਫੈਰਾ ਦੇਵੇ। ਗੱਲ ਇੰਨੀ ਇਹ ਆ ਤੁਸੀਂ ਇਹ ਗੱਲ ਦਿਮਾਗ ਤੋਂ ਕੱਢ ਦਿਓ ਵੀ ਇਹਨਾਂ ਦਾ ਪੰਥ ਨੂੰ ਤਕੜੇ ਕਰਨ ਦੇ ਵਿੱਚ ਕੋਈ ਇੰਟਰਸਟ ਹੈਗਾ। ਇਹਨਾਂ ਦਾ ਦੂਰ ਨੇੜੇ ਦਾ ਵੀ ਕੋਈ ਰਿਸ਼ਤਾ ਨਹੀਂ ਪਾਰਟੀ ਦੇ ਸਿਧਾਂਤ ਦੇ ਨਾਲ। ਜਾਂ ਨਵੀਂ ਲੀਡਰਸ਼ਿਪ ਕੋਈ ਆਵੇ ਉਹ ਪਾਰਟੀ ਨੂੰ ਸਿਧਾਂਤਕ ਪੱਧਰ ਤੇ ਅਗਰ ਰਵਾਈਵ ਕਰੇ ਜਿਹੜੀ ਹੁਣ ਦੀ ਲੀਡਰਸ਼ਿਪ ਹੈ ਇਹਦੇ ਚ ਕਪੈਸਿਟੀ ਨਹੀਂ ਹੈ। ਇੱਕ ਜੰਦ ਜਾਂਦੇ ਸਾਬ ਮੀਰ ਸਿੰਘ ਦੀ ਟਿੱਪਣੀ ਦੇ ਜੋ ਮੈਨੂੰ ਤਾਂ ਲੱਗਦਾ ਹੁਣ ਇਸ਼ੂ ਆਪਾਂ ਉਹ ਨਾ ਹੀ ਲਈਏ ਕਾਫੀ ਗਾਂ ਲੰਘ ਆਏ ਆ ਤੇ ਉਹ ਭਾਜਪਾ ਵਾਲਿਆਂ ਦਾ ਵੀ ਰੌਲਾ ਪਈ ਜਾਂਦਾ ਜਾਖੜ ਨਾਲ ਕੀ ਤਕਲੀਫ ਹੈ ਪੰਜਾਬ ਦੀਆਂ ਪਾਰਟੀਆਂ ਨੂੰ ਜਿੱਥੇ ਜਾਂਦੇ ਨੇ ਉੱਥੇ ਹੀ ਮੁੜ ਕੇ ਕਹਿੰਦੇ ਬਦਲ ਦੋ ਜੀ ਅਜੇ ਉਹਨਾਂ ਪੂਣੀ ਨਹੀਂ ਕੱਤੀ ਨਾ ਉਹ ਰਾਜ ਸਭਾ ਚ ਗਏ ਨਾ ਉਹ ਕੇਂਦਰ ਚ ਮੰਤਰੀ ਸ਼ਿਪ ਦਾ ਸਵਾਦ ਦੇਖਿਆ ਕਾਂਗਰਸੀਆਂ ਨੇ ਬਣਦੇ ਬਣਦੇ ਸੀਐਮ ਪਛਾਣ ਖੇਚਲੇ ਤੇ ਹੁਣ ਇਧਰਲੇ ਬੰਨੇ ਪੁਰਾਣੇ ਕਾਂਗਰਸੀ ਸ਼ਰੀਕ ਭਾਵੇਂ ਕਿਵਲ ਢਿੱਲਾਉਂਦਾ ਮੈਂ ਜ਼ਿਕਰ ਦੇਖ ਰਿਹਾ ਸੀ ਇੱਕ ਖਬਰ ਚ ਇੱਕ ਮੈਂ ਰਾਣਾ ਗਰਮੀਸ਼ ਤੋਂ ਸੋਢੀ ਦਾ ਦੇਖ ਰਿਹਾ ਸੀ ਇਹ ਪੁਰਾਣੇ ਸ਼ਰੀਕ ਟਿਕਣ ਨਹੀਂ ਦਿੰਦੇ ਪਹਿਲੇ ਸ਼ਰੀਕਾਂ ਨੇ ਟਿਕਣ ਨਹੀਂ ਦਿੱਤਾ ਹੁਣ ਫਿਰ ਇੱਥੇ ਪੁਰਾਣੇ ਕਾਂਗਰਸੀ ਅਗੋਂ ਟਕਰੇ ਪਏ ਨੇ ਤੇ ਮੈਂ ਜੇ ਤੁਹਾਡੇ ਤੋਂ ਸਮਝਾਂ ਕਿ ਬੀਜੇਪੀ ਦੀ ਪ੍ਰਦੇਸ਼ ਪ੍ਰਧਾਨਗੀ ਜਾਂ ਪ੍ਰਦੇਸ਼ ਲੀਡਰਸ਼ਿਪ 'ਚ ਤਬਦੀਲੀ ਵਿਜੇ ਰupani ਇੰਚਾਰਜ ਕਹਿੰਦੇ ਆ ਬੇਸਲੈਸ ਅਜੀ ਇਹਨਾਂ ਖਬਰਾਂ ਦਾ ਕੋਈ ਆਧਾਰ ਨਹੀਂ ਜੀ ਉਹ ਸਾਡੇ ਪ੍ਰਧਾਨ ਨੇ ਪ੍ਰਧਾਨ ਬਣੇ ਰਹਿਣਗੇ ਤੇ ਜਾਖੜ ਸਾਹਿਬ ਕਹੁੰਦਾ ਹੀ ਨਹੀਂ ਜੀ ਮੈਂ ਵੈਸੇ ਤਾਂ ਬੀਜੇਪੀ ਚ ਤਰੀਕਾ ਹੈ ਕਿ ਜਿਹੜੇ ਇੰਚਾਰਜ ਲਾਏ ਹੁੰਦੇ ਨੇ ਉਹਨਾਂ ਨੂੰ ਵੀ ਪਤਾ ਹੁੰਦਾ ਜਦੋਂ ਬਦਲ ਦਿੰਦੇ ਨੇ ਤੇ ਪਾਰਟੀਾਂ ਸੈਂਟਰਲਾਈਜ਼ ਨੇ ਬਹੁਤ ਸਾਰੀ ਹੈ ਔਰ ਪਤਾ ਉਦੋਂ ਲੱਗਦਾ ਕਈ ਵਾਰ ਅਖਵਾਰਾਂ ਤੋਂ ਹੀ ਲੱਗਦਾ ਬਹੁਤੇ ਬੰਦਿਆਂ ਨੂੰ ਪਤਾ ਵੀ ਅੱਛਾ ਹੋ ਗਿਆ ਜਿਵੇਂ ਟਿੱਕ ਟਾ ਬੰਦਨ ਤੇ ਲੱਗਦਾ ਰਿਆ ਲੋਕਾਂ ਨੂੰ ਔਰ ਦੂਜੀ ਗੱਲ ਇਹ ਹੈ ਕਿ ਜਾਖੜ ਉਹਨੇ ਨਾਰਾਜ਼ ਹੋ ਕੇ ਕਾਂਗਰਸ ਤੋਂ ਬੀਜੇਪੀ ਚਲੇ ਖਾ ਗਏ ਉਹਨਾਂ ਦੇ ਆਪਣਾ ਦਾ ਇੰਸੈਟ ਵੀ ਬੀਜੇਪੀ ਦੇ ਮੇਜ 'ਚ ਨਹੀਂ ਆ ਰਿਹਾ ਉਹ ਆਪ ਵੀ ਕਦੇ ਇਹ ਨਹੀਂ ਮਹਿਸੂਸ ਕਰ ਰਹੇ ਕਿ ਮੈਂ ਬੀਜੇਪੀ ਦਾ ਆਦਮੀ ਹਾਂ ਮੈਂਟਲੀ ਇੱਕ ਮੈਂਟਲ ਮੇਕ ਉਹ ਮਤਲਬ ਲਗਾਤਾਰ ਤੀਜੀ ਪੀੜ੍ਹੀ ਉਹਨਾਂ ਦੀ ਪੋਲਿਟਿਕਸ ਦੇ ਵਿੱਚ ਆ ਗਈ ਉਹ ਇੱਕ ਹੋਰ ਨੇਚਰ ਦੀ ਪਾਰਟੀ ਥੋੜੀ ਜਿਹੀ ਕੰਪੈਰੀਟਿਵਲੀ ਕਰਦੇ ਰਹੇ ਨੇ ਤੇ ਬੀਜੇਪੀ ਇੱਕ ਹੋਰ ਅਡਾਇਲੋਜੀ ਦੀ ਪਾਰਟੀ ਹੈ ਔਰ ਉਹਦਾ ਸਟਰਕਚਰ ਹੋ ਰਿਹਾ ਹੈ ਜਿਸ ਢੰਗ ਨਾਲ ਉਹਨੂੰ ਚਲਾਉਣ ਵਾਲੇ ਬੰਦੇ ਥੋੜੇ ਚੀੜਾਪਨ ਵਾਲਾ ਮਾਹੌਲ ਆਉਂਦੇ ਨੇ ਹੇਠੋਂ ਉਹਨਾਂ ਨੇ ਕਦੇ ਜਾਖੜ ਸਾਹਿਬ ਨੂੰ ਪਸੰਦ ਨਹੀਂ ਕੀਤਾ ਤੇ ਇਹਨਾਂ ਇਹਨਾਂ ਦੀ ਉਹਨਾਂ ਨਾਲ ਕਦੇ ਮਿੱਤ ਨਹੀਂ ਮਿਲੀ ਇਸ ਲਈ ਬਹੁਤਾ ਲੰਮੇ ਰੇਸ ਦੇ ਘੋੜੇ ਬੀਜੇਪੀ 'ਚ ਜਾਖੜ ਸਾਹਿਬ ਮਿਲਦਾ ਹੁੰਦਾ ਹੈ ਨਹੀਂ ਅੱਜ ਹੁੰਦੇ ਨੇ ਕੱਲ ਹੁੰਦੇ ਨੇ ਉਹ ਇੱਕ ਅਲੱਗ ਗੱਲ ਹੈ ਪਰ ਹਰ ਇੱਕ ਦਾ ਆਪੋ ਆਪਣਾ ਇੱਕ ਸਫੀਅਰ ਹੁੰਦਾ ਹੈ ਤੇ ਉਹ ਸਫੀਅਰ ਦੇ ਵਿੱਚ ਘਰ ਬੈਠ ਜੇ ਉਦੋਂ ਚੰਗਾ ਹੁੰਦਾ ਹੈ ਤੰਗ ਹੋਣ ਨਾਲੋਂ ਆਲੇ ਦੁਆਲੇ ਦੇ ਨਾਲ ਮੇਰੇ ਖਿਆਲ ਟਿਕਟਾਂ ਵੇਲੇ ਵੀ ਉਹ ਪਰੇਸ਼ਾਨ ਹੀ ਰਹੇ ਨੇ ਕਿ ਕਦੋਂ ਉਹ ਟਿਕਟਾਂ ਦਾ ਅਜੇ ਕਾਂਗਰਸ ਵਾਲਾ ਤਾਂ ਉਹਨਾਂ ਨੂੰ ਉੱਥੇ ਭੇਤ ਸੀ ਥੋੜਾ ਬਹੁਤ ਕਿਸੇ ਨੂੰ ਕਿਸੇ ਨੂੰ ਨਾਲ ਲੈ ਕੇ ਇੱਧਰ ਉੱਧਰ ਹੋ ਜਾਂਦਾ ਸੀ ਉੱਥੇ ਤੱਕ ਤਾਂ ਕਹਿੰਦੇ ਪਤਾ ਹੀ ਨਹੀਂ ਲੱਗਦਾ ਕੀ ਹੋ ਰਿਹਾ ਕਿਹੜੇ ਕਿਹੜੇ ਤਰੀਕੇ ਨਾਲ ਹੋ ਰਿਹਾ ਇਸ ਲਈ ਭਾਜਪਾ ਦਾ ਆਪਣਾ ਇੱਕ ਚੱਲਣ ਦਾ ਤਰੀਕਾ ਹੈ ਔਰ ਬਦਲ ਦੇਣ ਦੇ ਤਬਾਦਲ ਦੇ ਹੋਰ ਲਿਆਉਣਗੇ ਟੈਸਟ ਬੀਜੇਪੀ ਪੰਜਾਬ ਚ ਤਜਰਬਾ ਹੀ ਕਰਦੀ ਆ ਕਿ ਕਿਹੜਾ ਅਜੇ ਇੱਕ ਨੰਬਰ 1 ਪਾਰਟੀ ਹੈ ਪਹਿਲਾਂ ਤਜਰਬਾ ਕਰਕੇ ਦੇਖਿਆ ਐ ਐਨੇ ਕਾਂਗਰਸੀ ਲਿਆਏ 13 ਚੋਂ 12 11 12 ਤਾਂ ਬੰਦੇ ਬਾਹਰ ਲਈ ਲਿਆਉਂਦੇ ਨੇ ਨਾ ਜਿਹਨਾਂ ਨੂੰ ਟਿਕਟਾਂ ਦਿੱਤੀਆਂ ਨੇ ਬੀਜੇਪੀ ਕਿੱਥੇ ਐ ਜੇ ਬੀਜੇਪੀ ਦੀ ਰੀਅਲ ਸ਼ਕਲ ਦੇਖੀ ਜਾਵੇ ਬੀਜੇਪੀ ਦੀ ਚਿਹਰਾ ਹੀ ਨਹੀਂ ਦਿਖਾਈ ਦਿੰਦਾ ਬੀਜੇਪੀ ਪੰਜਾਬ ਚ ਤੇ ਬੀਜੇਪੀ ਤਾਂ ਉਦੋਂ ਹੀ ਪਿੱਛੇ ਐ ਨਾ हां ਹੁਣ ਉਹ ਜੇ ਹੋਏ ਜੇ ਚੇਰੀ ਦੁਆਰਾ ਲਿਆਉਣਾ ਚਾਹੁੰਦੀ ਆ ਫਿਰ ਇਹ ਸਾਰਿਆਂ ਨੂੰ ਹਟਾਉਣਾ ਪਏਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਲਈ ਹੁਣ ਮਿਲਖੋਪਾ ਹੋ ਗਿਆ ਐਡਾ ਸੌਖਾ ਨਹੀਂ ਹੈ ਬੀਜੇਪੀ ਲਈ ਉਹ ਰੋੜ ਰੋੜ ਕੇ ਕੱਢਣਾ ਕਿ ਕਾਉਂਡ ਮੁਝੇ ਆਵੇ ਕਾਉਂਡ ਨਹੀਂ ਆਵੇ ਕਿਹੜਾ ਕੰਸੈਂਸਸ ਕੈਂਡੀਡੇਟ ਬਣੇ ਔਖਾ ਜਿਹਾ ਕੰਮ ਹੈ ਥੋੜਾ ਜਿਹਾ ਮੇਰੇ ਨਾਲ ਜੀ ਸੱਜਗਰ ਸਿੰਘ ਦੀ ਤੁਹਾਡੀ ਵੀ ਨਜ਼ਰ ਕਾਫੀ ਬਣੀ ਹੋਈ ਸੀ ਇਸ ਖਬਰ ਤੇ ਵੈਸੇ ਤਾਂ ਜਾਖੜ ਸਾਹਿਬ ਦੀ ਪ੍ਰਧਾਨਗੀ 'ਚ ਭਾਵੇਂ ਉਹਦਾ ਰੋਲ ਸੀ ਜਾਂ ਨਹੀਂ ਰੋਲ ਸੀ ਪਰਸੈਂਟੇਜ ਤਾਂ ਕਾਫੀ ਵੱਧੀ ਵੋਟਾਂ ਦੀ ਇਸ ਵਾਰੀ ਹੁਣ ਪਾਰਲੀਮੈਂਟ ਦੇ ਵਿੱਚ ਹੀ ਇਹੀ ਤਾਂ ਐਕਸਪੈਰੀਮੈਂਟ ਉਹ ਕਰ ਰਹੇ ਸੀ ਉਹਨਾਂ ਨੇ ਕਾਲੀਆਂ ਨਾਲੋਂ ਵੱਖਰੇ ਹੋ ਕੇ ਕਾਲੀਆਂ ਦੇ ਉੱਤੋਂ ਦੀ ਹੱਥ ਰੱਖ ਲਿਆ ਇਹਦੇ ਨਾਲ ਤਸੱਲੀ ਨਹੀਂ ਹੋਈ ਜੀ ਹੁਣ ਉਹ 27 ਭੜਦੇ ਆ ਵੀ 27 ਦੇ ਵਿੱਚ ਅਸੀਂ 메ਨ ਦਾਵੇਦਾਰਾਂ ਜੀ ਅਸੀਂ ਲੜਾਈ ਸਾਡੀ ਹੋਊ ਜਦਨਾ ਵੀ ਹੋਊ ਉਹ ਆਮ ਨਾ ਹੁੰਦੀ ਕਾਂਗਰਸ ਨਾਲ ਹੁੰਦੀ ਜਦਨਾ ਵੀ ਹੁੰਦੀ ਹੈ ਪਰ ਬੁਨਿਆਦੀ ਤੌਰ ਤੇ ਭਾਜਪਾ ਦਾ ਕੋਈ ਬਹੁਤਾ ਜ਼ਿਕਰ ਹੁੰਦਾ ਨਹੀਂ ਸਿਆਸੀ ਸਫਾ ਦੇ ਵਿੱਚ ਤੇ ਜੇ ਉਹਨਾਂ ਦੀ ਪਹਿਲੀ ਰਜਿਮ ਜਿਹੜੀ ਸੀਗੀ ਜਿਹੜੀ ਆਰਐਸਐਸ ਬੇਸਡ ਸਾਰੀ ਉਹਨਾਂ ਦੀ ਲੀਡਰਸ਼ਿਪ ਸੀਗੀ ਜਿਹੜੀ ਪਹਿਲਾਂ ਪਰਖੀ ਹੋਈ ਸੀ ਅਕਾਲੀ ਦਲ ਦੇ ਮਗਰ ਲੱਗ ਲਾ ਕੇ ਚੱਲਣ ਵਾਲੀ ਜੇ ਉਹ ਮੁੜ ਕੇ ਲੈ ਆਉਂਦੇ ਤਾਂ ਉਹ ਤਾਂ ਫੇਰ ਕੁਝ ਹਿੱਸਿਆਂ 'ਚ ਕੁਝ ਪਾਕਟਸ ਤੱਕ ਸੀਮਿਤ ਰਹਿ ਜਾਣਗੇ ਇਹ ਜਿਹੜੇ ਫੈਲੇ ਹੋਏ ਲੀਡਰ ਸੀ ਇਹਨਾਂ ਨੇ ਤਾਂ ਤਾਂ ਵੀ ਮਾੜਾ ਮੋਟਾ ਉਹਨਾਂ ਦਾ ਮੂੰਹ ਮੰਦਰਾ ਬਣਾਤਾ ਇਸ ਪਾਰਲੀਮੈਂਟਲ ਇਲੈਕਸ਼ਨ 'ਚ ਤੁਸੀਂ ਇਹਨਾਂ ਖਬਰਾਂ ਦੇ ਦਰਮਿਆਨ 'ਚ ਬੀਜੇਪੀ ਨੂੰ ਕਿਵੇਂ ਆਂਕ ਰਹੇ ਹੋ ਨੇ ਬੀਜੇਪੀ ਦੀ ਪੰਜਾਬ ਦੀ ਪਾਲਿਸੀ ਬਾਕੀ ਦੇ ਮੁਲਕ ਨਾਲੋਂ ਤਾਂ ਵੱਖਰੀ ਹੈ ਨਾ ਜਿਵੇਂ ਆਪਾਂ ਕਹਿੰਨੇ ਪੰਜਾਬ ਦੀ ਸਿਆਸਤ ਵੱਖਰੀ ਹੈ ਇਮੀਡੀਏਟਲੀ ਪਾਲਿਸੀ ਵੀ ਪੰਜਾਬ ਦੇ ਬਾਰੇ ਵੱਖਰੀ ਹੈ ਉਹ ਰੱਬ ਉਹ ਪੰਜਾਬ ਦੇ ਵਿੱਚ ਹੁਣ ਪੂਰਾ ਫੋਕਸ ਕਰਨਾ ਜਸਟ ਹੰਟ ਬੀ ਸੁਨੀਲ ਜਾਖੜ ਦੀ ਦਿੱਕਤ ਇਹ ਹੈ ਕਿ ਉਹ ਇਸ ਕਲਚਰ ਨੂੰ ਮਿਲਾਉਂਗੇ ਨਹੀਂ ਕਰਦੇ ਤੇ ਨਾ ਉਹਨਾਂ ਕੋਲੇ ਇਹ ਈਡੀਅਮ ਹੈ ਇਸ ਇਲੈਕਸ਼ਨ ਦੇ ਵਿੱਚ ਪਿਛਲੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਬੀਜੇਪੀ ਨੇ ਤਾਂ ਸੰਗ ਨੂੰ ਵੀ ਨਹੀਂ ਸੀ ਪੁੱਛਿਆ ਟਿਕਟਾਂ ਦੇਣ ਦੇ ਮਾਮਲੇ ਦੇ ਵਿੱਚ ਟਿਕਟਾਂ ਸਾਰੀਆਂ ਸੈਂਟਰਲਾਈਜ਼ ਸਿਸਟਮ ਦੇ ਵਿੱਚੋਂ ਆਈਆਂ ਸੀਗਾ ਸੁਨੀਲ ਜਾਖੜ ਤਾਂ ਵਿਚਾਰੇ ਕੁਛ ਵੀ ਨਹੀਂ ਉਸ ਸਿਸਟਮ ਦੇ ਵਿੱਚ ਇਹਨਾਂ ਨੂੰ ਕਿਹਨੇ ਪੁੱਛਣਾ ਸੀਗਾ ਸੋ ਇਹ ਮੈਨੂੰ ਲੱਗਦਾ ਕਿ ਇਹ ਆਪਣੇ ਆਪ ਨੂੰ ਇਸ ਪਾਰਟੀ ਦੇ ਵਿੱਚ ਮਿਸਫਿਟ ਫੀਲ ਕਰ ਰਿਹਾ ਹੈ ਇਹ ਜਨਤਾ ਕਰਕੇ ਇਹਨਾਂ ਦੀ ਕਮਜ਼ੋਰੀ ਸੀ ਵਾਕੀ ਲੋਕ ਵੀ ਜਨਨ ਕਰਕੇ ਕੁਝ ਮੁੜ ਕੇ ਕੁਝ ਵਾਪਸ ਵੀ ਆ ਗਏ ਉਹਨਾਂ ਨੂੰ ਲੱਗਿਆ ਵੀ ਇਹ ਜਿਹੜੇ ਕਾਂਗਰਸੀ ਗਏ ਵੀ ਇਹ ਸਾਡਾ ਤਾਂ ਇੱਥੇ ਦਾਲ ਗਲਦੀ ਨਹੀਂ ਗਈ ਤਾਂ ਸਿਸਟਮ ਹੀ ਸਾਰਾ ਹੋਰ ਹੈ ਉਹ ਜਿਹੜੀ ਇਹ ਪੰਜਾਬ ਵਾਲੇ ਦੀ ਨਿਕਰਤਾ ਜਿਹੜੇ ਨਵੇਂ ਬੰਦੇ ਸੀ ਨਵੇਂ ਸਿਕ ਲੀਡਰ ਉੱਭਰ ਰਹੇ ਹੈ ਉਹ ਚਲੇ ਜਾਣ ਉਹ ਗੱਲ ਵੱਖਰੀ ਹੈ ਮੈਂ ਉਹ ਰੁਨੀਤ ਬਿੱਟਰ ਨੂੰ ਦੇਖਦਾ ਹਾਂ ਉਹਨਾਂ ਕੋਲ ਤਾਂ ਮਾੜਾ ਬੋਲਟੇ ਡੀਓ ਮ ਹੈਗਾ ਬੀਜੇਪੀ ਕੋਲ ਉਹਦਾ ਕਾਰਨ ਹੈ ਵੱਖਰਾ ਉਹਨਾਂ ਦੇ ਜਿਹੜੇ ਪਿੱਛੇ ਸਿਆਸਤ ਹੈ ਔਰ ਸਟੱਬਰ ਦੀ ਉਸ ਟਾਈਪ ਦੀ ਥੋੜੀ ਜਿਹੀ ਮਿਲਦੀ ਜੁਲਦੀ ਸੀ ਹੂੰ ਸੋ ਇਸ ਕਰਕੇ ਉਹਦਾ ਚੱਲ ਸਕਦੇ ਆ ਸਰੀਰ ਜਾ ਖੜਤਾ ਉਹ ਸਰੀਰion ਦੇ ਵਿੱਚੋਂ ਆਏ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋ ਇਹ ਤਾਂ ਖੁਦ ਵੀ ਔਖੇ ਸੀ ਇਹ ਲੱਗ ਰਿਹਾ ਸੀ ਕਿ ਤੇ ਖੁਦ ਹੀ ਛੱਡ ਕੇ ਨਾ ਘਰ ਬੈਠ ਜਾਣ ਲੇਕਿਨ ਹੁਣ ਜਿਸ ਤਰ੍ਹਾਂ ਨਾਲ ਇਹ ਪਾਰਟੀ ਆਪਣੇ ਆਪ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ ਹੋ ਸਕਦਾ ਹੈ ਕਿ ਕੋਈ ਚੇਂਜ ਕਰਦੇ ਬਾਰੇ ਸੋਚ ਰਹੀ ਹੋਵੇ ਆਉਣ ਵਾਲੇ ਦਿਨ ਦੱਸਣਗੇ ਕੁਝ ਰਵਨੀਤ ਬਿੱਟੂ ਦਾ ਤੁਸੀਂ ਜ਼ਿਕਰ ਕੀਤਾ ਉਹ ਤਾਂ ਹੁਣ ਜਿਹਨੂੰ ਨਾਲੇ ਮਿਨਿਸਟਰਸ਼ਿਪ ਮਿਲ ਗਈ ਭਾਵੇਂ ਚੰਗੀ ਆ ਜਾਂ ਮਾੜੀ ਆ ਉਹਦਾ ਤਾਂ ਵੈਸੇ ਹੀ ਚੰਗਾ ਕੰਮ ਚੱਲ ਪੈਂਦਾ ਹੈ ਉਹਦੇ ਆਲੇ ਦੁਆਲੇ ਅਫਸਰ ਵੀ ਬਹਿੰਦੇ ਆ ਇੰਡਸਟਰੀਅਲਿਸਟ ਵੀ ਬਹਿੰਦੇ ਆ ਕੋਈ ਕੰਮ ਧੰਦਾ ਕਰਾਉਣ ਵਾਲਾ ਵੀ ਆ ਜਾਂਦਾ ਤੇ ਉਹ ਇੱਕ ਆਬਾ ਮੰਡਲ ਜਿਹਾ ਹੁੰਦਾ ਜੀ ਉਹ ਇੱਧਰ ਤਾਂ ਮਿਲਣਾ ਨਹੀਂ ਸੀ ਉਧਰੋਂ ਮਿਲ ਗਿਆ ਇਧਰ ਜਿੱਤ ਕੇ ਵੀ ਨਹੀਂ ਸੀ ਮਿਲਣਾ ਉੱਤਰ ਹਾਰ ਕੇ ਵੀ ਮਿਲ ਗਿਆ ਉਹਨਾਂ ਨੂੰ ਅੱਗੇ ਵਧਾ ਲੈਣ ਤੇ ਸ਼ਾਇਦ ਕੋਈ ਇਹਨਾਂ ਨੂੰ ਬੈਨੀਫਿਟ ਹੋ ਜੇ ਹੋਰ ਤਾਂ ਕੋਈ ਲੀਡਰ ਇਹੋ ਜਿਹਾ ਲੱਗਦਾ ਨਹੀਂ ਜਿਹੜਾ ਬਿਨਾ ਪਾਵਰ ਤੋਂ ਪੰਜਾਬ ਦੇ ਵਿੱਚ ਖਿੱਚ ਸਕੇ ਸਾਰੇ ਲੋਕ ਸਾਇਕੀ ਨੂੰ ਨਹੀਂ ਉਹਨਾਂ ਨੂੰ ਲੈ ਕੇ ਜਦੋਂ ਆਇਆ ਆਂਦਾ ਸੀਗਾ ਤੇ ਉਦੋਂ ਇਹੀ ਲੱਗ ਰਿਹਾ ਸੀਗਾ ਕਿ ਇਹਨਾਂ ਨੂੰ ਕੋਈ ਇਹੋ ਜਿਹਾ ਪ੍ਰੋਮਿਸ ਕੀਤਾ ਗਿਆ ਵੀ ਇਹਨਾਂ ਨੂੰ ਅੱਗੇ ਲਾ ਕੇ ਪਾਰਟੀ ਰਵਾਈਵ ਕਰਨਾ ਚਾਹੁੰਦੇ ਆ ਤਾਂ ਮੈਂ ਕਿਹਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਿਚੁਏਸ਼ਨ ਕੁਲੀਅਰ ਹੋ ਜਾਏਗੀ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਥੈਂਕ ਯੂ ਜੀ ਸ਼ੁਕਰੀਆ ਜੀ